ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਪੰਜਾਬ ਫੋਕਸ ਦੇ ਵਿੱਚ ਸਵਾਗਤ ਮੈਂ ਹਾਂ ਸੰਜੀਵ ਯਸ਼ ਖੰਨਾ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਬਲਕਾਰ ਜੀ ਜੀ ਅਮਰੀਕਾ ਵੱਲੋਂ ਬੜੀ ਵੱਡੀ ਸਟੇਟਮੈਂਟ ਆਈ ਹੈ ਵਾਈਟ ਹਾਊਸ ਵੱਲੋਂ ਕਹਿੰਦੇ ਨੇ ਕਿ ਭਾਰਤ ਦੀ ਡੈਮੋਕ੍ਰੇਸੀ ਇੱਕ ਜਿਉਂਦੀ ਜਾਗਦੀ ਤਸਵੀਰ ਹੈ ਡੈਮੋਕ੍ਰੇਸੀ ਦੀ ਲੋਕ ਜਾਗਰੂਕ ਨੇ ਸਰਕਾਰਾਂ ਦੇ ਉੱਤੇ ਪੂਰੀ ਨਜ਼ਰ ਰੱਖਦੇ ਨੇ ਸਰਕਾਰਾਂ ਦੇ ਹਰ ਫੈਸਲੇ ਤੇ ਨਜ਼ਰ ਰੱਖਦੇ ਨੇ ਔਰ ਐਦਾਂ ਦੀ ਜਮਹੂਰੀਅਤ ਪੂਰੀ ਦੁਨੀਆ 'ਚ ਮਿਲਣਾ ਮੁਸ਼ਕਿਲ ਹੈ ਅੱਜ ਦੇ ਸਮੇਂ 'ਚ ਇਹ ਬੜੀ ਵੱਡੀ ਮਾਨ ਵਾਲੀ ਤੇ ਸਤਿਕਾਰ ਵਾਲੀ ਗੱਲ ਹੈ ਕਿਉਂਕਿ ਹਿੰਦੁਸਤਾਨ ਦੀ ਡੈਮੋਕ੍ਰੇਸੀ ਜਿਹੜੀ ਹੈ ਇਹ ਪੂਰੇ ਵਿਸ਼ਵ ਵਿੱਚ ਮੰਨੀ ਗਈ ਹੈ ਔਰ ਜਿਸ ਤਰ੍ਹਾਂ ਆਪਾਂ ਕੇਵਨ ਜਿਗਰ ਕਰਦੇ ਕਿ ਇਹਦਾ ਕਨਸਟੀਟਿਊਸ਼ਨ ਜਿਹੜਾ ਉਹ ਵੀ ਬੜਾ ਵਧੀਆ ਬਣਾਇਆ ਗਿਆ ਅ ਬੀਤਕਾਰ ਸਾਹਮਣੇ ਜਦੋਂ ਲਿਖਿਆ ਉਹ ਚੇਅਰਮੈਨ ਸੀਗੇ ਇਸ ਸੰਸਥਾ ਦੇ ਔਰ ਇਹ ਪ੍ਰੀਅੰਬਲ ਉਹਦਾ ਜਵਾਬ ਨਹੀਂ ਸੈਕੂਲਰਿਜ਼ਮ ਜਿਹੜਾ ਹੈਗਾ ਇਹਦੇ ਚ ਧਰਮ ਪੱਖੀ ਲੋਕਾਂ ਦਾ ਰਹਿਣਾ ਇੰਨੇ ਲੋਕ ਇੰਨੀ ਭਾਸ਼ਾ ਇਨਾਂ ਰੈਂਸੈਨ ਉਹਨਾਂ ਦਾ ਪੁਸ਼ਾਕਾਂ ਖਾਣ ਪੀਣ ਡਿਫਰੈਂਟ ਤਰ੍ਹਾਂ ਦੇ ਫਿਰ ਵੀ ਯੂਨਿਟੀ ਹੈ ਇਕਤਾ ਔਰ ਇਨਾ ਵੱਡਾ ਦੇਸ਼ ਹੋਣ ਦੇ ਕਰਕੇ ਇਹ ਬੜੀ ਵੱਡੀ ਉਦਾਹਰਣ ਆ ਬਾਹਰਲੇ ਦੇਸ਼ਾਂ ਲਈ ਤਦ ਇਹ ਵਾਈਟ ਹਾਊਸ ਦੇ ਵਿੱਚ ਇਹ ਐਲਾਨਨਾਮਾ ਕੀਤਾ ਗਿਆ ਕਿ ਜਦੋਂ ਇਹ ਡੈਮੋਕ੍ਰੇਸੀ ਦੀ ਬਹੁਤ ਵੱਡੀ ਜੀਉਂਦੀ ਜਾਗਦੀ ਤਸਵੀਰ ਜਿਸ ਤਰ੍ਹਾਂ ਕਹਿੰਦੇ ਨੇ ਕਿ ਸਿੱਕੇ ਦੇ ਜਿਹੜੇ ਆ ਦੋ ਪਾਸੇ ਹੁੰਦੇ ਆ ਨਾ ਇੱਕ ਪਾਸੇ ਪਬਲਿਕ ਹੈ ਇੱਕ ਪਾਸੇ ਐਡਮਿਨਿਸਟ੍ਰੇਸ਼ਨ ਆ ਔਰ ਇਸੇ ਤਰ੍ਹਾਂ ਦੀ ਜਿਹੜੀ ਹੈਗੀ ਆ ਚਾਹੇ ਇੰਗਲੈਂਡ ਤੇ ਅਨਰਿਟਨ ਕਨਸਟੀਟਿਊਸ਼ਨ ਆ ਪਰ ਡੈਮੋਕ੍ਰੇਸੀ ਵੀ ਆ ਪਰ ਉਹ ਡੈਮੋਕ੍ਰੇਸੀ ਦੇ ਨਿਸਬਤ ਜਿਹੜੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਹੈ ਜਮਹੂਰੀਅਤ ਵੀ ਨੂੰ ਕਹਿੰਦੇ ਆ ਔਰ ਇਹਦਾ ਨਾਂ ਇਹਦਾ ਵਿਸ਼ਵ ਵਿੱਚ ਚਰਚਾ ਹੋਣਾ ਔਰ ਅਮਰੀਕਾ ਦੇ ਵਾਈਟ ਹਾਊਸ ਵਿੱਚ ਹੋਣੀ ਬੜੀ ਵੱਡੀ ਗੱਲ ਆ ਔਰ ਇਹਦੇ ਵਿੱਚ ਸਾਡੇ ਵਿਦਿਆਰਥੀ ਡੈਮੋਕ੍ਰੇਸੀ ਦੇ ਬਾਰੇ ਪੜ੍ਹਦੇ ਆ ਲੋਕਤੰਤਰ ਕੀ ਹੈ ਇੱਕ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਹੁੰਦੀ ਹੈ ਇੱਕ ਹੁੰਦੀ ਆ ਜਿਹੜੀ ਲੋਕਸਪਲੀਮੈਂਟ ਹੈ ਜਿਹਨੂੰ ਫੈਡਰਲ ਕਨਸਟੀਟਿਊਸ਼ਨਲ ਹੈ ਉਹ ਉਹਦੇ ਵਿੱਚ ਸਭ ਤੋਂ ਉੱਚਤਮ ਜਿਹੜੇ ਸਿਖਰ ਤੇ ਹੈਗਾ ਹਿੰਦੁਸਤਾਨ ਨੂੰ ਮੰਨਿਆ ਗਿਆ ਔਰ ਜੇ ਸੁਪਰ ਪਾਵਰ ਨੇ ਕੁਝ ਕਹਿਤਾ ਵਾਈਟ ਹਾਊਸ ਦੇ ਵਿੱਚ ਹੋ ਗਿਆ ਤੇ ਇਹਦੇ ਵਿੱਚ ਕੋਈ ਵੀ ਵੱਡੀ ਤਾਕਤ ਜਿਹੜੀ ਹੈ ਜਗ ਦੇ ਰੋੜਾ ਨਹੀਂ ਬਣੂਗੀ ਕੋਈ ਰੇੜਕਾ ਨਹੀਂ ਪਾਊਗਾ ਇਸ ਮਹੀਨੇ ਦੇ ਆਖਰ ਦੇ ਵਿੱਚ ਮੋਦੀ ਜੀ ਜਾ ਰਹੇ ਨੇ ਆਫੀਸ਼ੀਅਲ ਵਿਜ਼ਿਟ ਹੈ ਉਹਨਾਂ ਦੀ ਅਮਰੀਕਾ ਹਾਂ ਔਰ ਉਸ ਸਮੇਂ ਤੋਂ ਪਹਿਲਾਂ ਇਦਾਂ ਦੀ ਸਟੇਟਮੈਂਟ ਆਉਣਾ ਵਾਈਟ ਹਸ ਵੱਲੋਂ ਬਹੁਤ ਵੱਡੀ ਗੱਲ ਹੈ ਔਰ ਟੈਕਨੋਲੋਜੀ ਦਾ ਆਦਾਨ ਪ੍ਰਦਾਨ ਤੇ ਕਰਦੇ ਹੀ ਰਹਿੰਦੇ ਨੇ ਦੋਵੇਂ ਦੇਸ਼ ਆਪਸ ਦੇ ਵਿੱਚ ਉਹ ਪਰਿਆਵਰਣ ਨੂੰ ਲੈ ਕੇ ਇੰਟਰਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਖਾਸ ਤੌਰ ਤੇ ਇਕੱਠੇ ਨੇ ਵਕਫ ਵਕਫ ਪਲੇਟਫਾਰਮਸ ਤੇ ਉਤੇ ਗੱਲ ਕਰਦੇ ਰਹਿੰਦੇ ਨੇ ਔਰ ਇਸ ਵਕਤ ਜਿਸ ਸਾਸੀਂ ਸਾਰੇ ਹੀ ਇਸ ਗੱਲ ਨੂੰ ਬਾਰ ਬਾਰ ਡਿਸਕਸ ਕਰਦੇ ਆ ਕਿ ਅਮਰੀਕਾ ਦੀ ਡੈਮੋਕ੍ਰੇਸੀ ਦੁਨੀਆ ਦੀ 올ਡੇਸਟ ਡੈਮੋਕ੍ਰੇਸੀ ਹੈ ਭਾਰਤ ਦੀ ਬਿਗੇਸਟ ਡੈਮੋਕ੍ਰੇਸੀ ਹੈ ਤਾਂ ਦੋਵਾਂ ਦੀ ਜ਼ਿੰਮੇਵਾਰੀ ਵੀ ਬਹੁਤ ਵਧੀਆ ਬਣਦੀ ਹੈ ਔਰ ਬਹੁਤ ਵੱਡੀ ਬਣਦੀ ਹੈ ਕਿ ਪੂਰੀ ਦੁਨੀਆ ਦੇ ਸਾਹਮਣੇ ਇੱਕ ਐਗਜ਼ਾਮਪਲ ਸੈੱਟ ਕਰਨ ਕਿ ਡੈਮੋਕ੍ਰੇਸੀ ਅਸਲ ਦੇ ਵਿੱਚ ਹੁੰਦੀ ਕੀ ਹੈ ਨਾਲ ਇਹ ਵੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਜ਼ਰੂਰੀ ਤੌਰ ਤੇ ਕਮੀਆਂ ਪੇਸ਼ੀਆਂ ਜ਼ਰੂਰ ਹੁੰਦੀਆਂ ਨੇ ਹਰ ਗਵਰਨਮੈਂਟ ਦੇ ਵਿੱਚ ਹੁੰਦੀਆਂ ਨੇ ਹਰ ਸਿਸਟਮ ਦੇ ਵਿੱਚ ਹੁੰਦੀਆਂ ਨੇ ਔਰ ਉਸ ਨੂੰ ਦੂਰ ਕਰਨਾ ਉਸ ਨੂੰ ਬਿਹਤਰ ਬਣਾਉਣਾ ਹੀ ਇੱਕ ਜਮਹੂਰੀਅਤ ਦਾ ਕੰਮ ਹੈ ਲੋਕਾਂ ਦਾ ਕੰਮ ਹੈ ਦਿ ਰੋਡ ਟੂ ਹੈਪੀਨੈਸ ਇਜ਼ ਆਲਵੇਜ਼ ਅੰਡਰ ਕੰਸਟਰਕਸ਼ਨ ਉਸੇ ਸਾਰੇ ਜਾਣਦੇ ਆ ਕਿ ਜਿਹੜੀ ਖੁਸ਼ਹਾਲੀ ਵੱਲ ਜਾਂਦਾ ਰਾਹ ਹੈ ਉਹ ਹਮੇਸ਼ਾ ਬਣਦਾ ਹੀ ਰਹਿੰਦਾ ਉਹਨੂੰ ਬਣਾਇਆ ਜਾਂਦਾ ਰਹਿੰਦਾ ਕਿਉਂਕਿ ਖੁਸ਼ਹਾਲੀ ਦਾ ਨਾਮ ਕਦੀ ਵੀ ਪੂਰਾ ਨਹੀਂ ਬਣਦਾ ਕਿਉਂਕਿ ਨਵੇਂ-ਨਵੇਂ ਤਕਨੀਕਾਂ ਆਉਂਦੀਆਂ ਰਹਿੰਦੀਆਂ ਨੇ ਹਰ ਵਕਤ ਚੇਂਜ ਆਉਂਦੀ ਰਹਿੰਦੀ ਹੈ ਜ਼ਰੂਰੀ ਤੌਰ ਤੇ ਸਾਨੂੰ ਸਮੇਂ ਦੇ ਮੁਤਾਬਿਕ ਸਮੇਂ ਦੀ ਲੋੜ ਦੇ ਮੁਤਾਬਿਕ ਹਰ ਚੀਜ਼ 'ਚ ਬਦਲਾਵ ਕਰਕੇ ਜਮਹੂਰੀਅਤ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਵਾਈਟ ਹਾਊਸ ਦੀ ਜੋ ਸਟੇਟਮੈਂਟ ਆਈ ਹੈ ऐसे वाले इशारा कर दिया जिस तरह ਤੁਸੀਂ ਕਿਹਾ ਨਾ ਕਿ મોદી ਸਾਹਿਬ ਇਸ ਮਹੀਨੇ ਦੇ ਅੰਤ ਚ ਜਾ ਰਹੇ ਹਨ ਅਮਰੀਕਾ ਪਰ ਉੱਥੇ ਇਹਨਾਂ ਨੇ ਤਰੰਗ ਨਿਰਪੱਖ ਨੀਤੀ ਬਾਰੇ ਦਵੱਲੇ ਜਿਹੜੇ ਸਬੰਧ ਉਹਨਾਂ ਬਾਰੇ ਔਰ ਜਿਹੜੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਬਾਰੇ ਬੋਲਣਗੇ ਕਿਉਂਕਿ ਇਹਨਾਂ ਨੂੰ ਵਿਸ਼ੇ ਦਿੱਤੇਗਾ ਔਰ ਇਹਨਾਂ ਨੂੰ ਇਨਵਾਈਟ ਕੀਤਾ ਗਿਆ ਔਰ ਕਿੱਡੀ ਵੱਡੀ ਗੱਲ ਹੈ ਕਿ ਇੱਕ ਡਿਵੈਲਪਿੰਗ ਕੰਟਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨੂੰ ਇੱਕ ਵੱਡੀ ਦਾਵਤ ਦਿੱਤੀ ਜਾਵੇ ਕਿ ਤੁਸੀਂ ਇੱਥੇ ਆ ਕੇ ਬੋਲੋ ਵਾਈਟ ਹਾਊਸ ਵਿੱਚ ਉਰਦੂ ਚਾਹੇ ਏਸ਼ੀਆਨ ਕੰਟਰੀ ਦੇ ਲੋਕ ਵੀ ਬਹੁਤ ਬੈਠੇ ਆ ਉਹ ਯੂਰੋਪੀਅਨ ਕੰਟਰੀ ਦੇ ਲੋਕ ਵੀ ਬੈਠੇ ਆ ਆਫਰੀਕਨ ਲੋਕ ਵੀ ਬੈਠੇ ਆ ਕਿਉਂਕਿ ਉੱਥੇ ਜਿਹੜਾ ਰਲ ਮਿਲ ਕੇ ਸਾਰਾ ਕੁਝ ਲੋਕ ਕਰ ਰਹੇ ਆ ਜਿਸ ਤਰ੍ਹਾਂ ਭਾਰਤ ਵਿੱਚ ਹੈ ਭਾਰਤ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਲੋਕ ਆ ਜਿੱਦਾਂ ਆਪਾਂ ਕਹ ਜਿਕਰ ਕੀਤਾ ਭਾਸ਼ਾ ਵੀ ਆ ਇਹਦੇ ਵਿੱਚ ਬੋਲੀ ਵੀ ਵੱਖਰੀ ਵੱਖਰੀ ਆ ਧਰਮ ਬਹੁਤ ਜ਼ਿਆਦਾ ਹਿੰਦੁਸਤਾਨ ਵਿੱਚ ਜਦੋਂ ਕਹਿੰਦੇ ਕੋਈ 36 ਕਰੋੜ ਦੇਵਤਿਆਂ ਨੇ ਇੱਥੇ ਜਨਮ ਲਿਆਗਾ ਉਸ ਜ਼ਮਾਨੇ ਦੀ ਪੁਰਾਣੇ ਜ਼ਮਾਨੇ ਦੇ ਜਿਹੜੇ ਇਤਿਹਾਸ ਵੇਖੀਏ ਵੇਦ ਪੜ੍ਹੀਏ ਗ੍ਰੰਥ ਪੜ੍ਹੀਏ ਜਿਹਦੇ ਵਿੱਚ ਜਿਹੜੇ ਸਾਡੇ ਵੇਦ ਗ੍ਰੰਥ ਇਤਿਰਾਚੀਗੇ ਉਹਨਾਂ ਨੇ ਪੜ੍ਹੀਏ ਤੇ ਉਸੇ ਤਰ੍ਹਾਂ ਦੀ ਜਿਹੜੀ ਨੀਤੀ ਨੂੰ ਲੈ ਕੇ ਮੋਦੀ ਸਾਹਿਬ ਉੱਥੇ ਪਹੁੰਚ ਰਿਹਾ ਔਰ ਇਹਦੇ ਵਿੱਚ ਜਿਹੜੀ ਸਾਡੀ ਪੁਰਾਣੀ ਸੰਸਕ੍ਰਿਤੀ ਆ ਇਹਦੇ ਵੀ ਵੈਸੇ ਤਾਂਗ ਜੰਮੀ ਹੈ ਪਰਲੇ ਦੇਸ਼ਾਂ ਵਿੱਚ ਜਦੋਂ ਤੱਕ ਲੋਕ ਜੁਆਇੰਟ ਫੈਮਿਲੀ ਕਿਤੇ ਨਹੀਂ ਮਿਲਦੀ ਇੰਡੀਆ ਚ ਪੰਜਾਬ ਚ ਖਾਸ ਕਰਕੇ ਹਸਪਿਟੈਲਿਟੀ ਕਿਤੇ ਨਹੀਂ ਪਰਉਣਾਚਾਰੀ ਵੀ ਆਏ ਬੰਦੇ ਨੂੰ ਗੱਲ ਲਾ ਲੈਣਾ ਉਹਨੂੰ ਦਾਵਤ ਦੇਣੀ ਰੋਟੀਆਂ ਦੇਣੀ ਖਾਣ ਖਾਣ ਪੈਣ ਦੇਣਾ ਰਹਿਣਾ ਰਹਿਣ ਲਈ ਦੇਣਾ ਲੋੜ ਵੰਦ ਲਈ ਔਰ ਇਹਦੇ ਵਿੱਚ ਜਿਹੜੀਆਂ ਸਿੱਖ ਕਮਿਊਨਿਟੀ ਆ ਉੱਥੇ ਬੈਠੀਆਂ ਅਮਰੀਕਾ 'ਚ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਆ ਬੜਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਨੇ ਉੱਥੇ ਕੰਮ ਕੀਤੇ ਜਿਹੜੇ ਉਹਨਾਂ ਦੇ ਸਾਹਮਣੇ ਉਦਾਹਰਣ ਪੇਸ਼ ਕਰ ਦਿੱਤੀ ਜਿੱਥੇ ਇੱਥੇ ਹੈਗੇ ਜਦੋਂ ਕਿਸੇ ਤੇ ਆਫਤ ਹੁੰਦੀ ਆ ਤਾਂ ਅਮਰੀਕਾ 'ਚ ਬੜਾ ਪੈਸਾ ਜਾਂਦਾ ਰੇ ਕੌਣ ਦਿੰਦਾ ਰਿਹਾਗਾ ਜੁੜੀਆਂ ਸਿੱਖ ਕਮਿਊਨਿਟੀ ਆ ਉਹ ਹੈਗੀਆਂ ਹਿੰਦੂ ਕਮਿਊਨਿਟੀ ਵੀ ਰਲਦੀਆਂ ਬਾਕੀ ਜਿੰਨੇ ਕਮਿਊਨਿਟੀ ਉੱਥੇ ਬੈਠੀਆਂ ਲੋੜਵੰਦ ਲੋਕਾਂ ਦੇ ਲਈ ਸਾਹਮਣੇ ਪੇਸ਼ ਹੁੰਦੇ ਇਹ ਬਾਈਡਨ ਸਾਹਿਬ ਨੇ 트럼ਪ ਨੇ ਔਰ ਜਿੰਨੇ ਵੀ ਇੱਥੇ ਰਹੇ ਨੇ ਪ੍ਰੈਜ਼ੀਡੈਂਟ ਉਹਨਾਂ ਨੇ ਵੇਖਿਆ ਕਿ ਹਿੰਦੁਸਤਾਨ ਵਾਲੇ ਇਦਾਂ ਕੰਮ ਕਿਉਂ ਕਰਦੇ ਆ ਇਹ ਬੜਾ ਯੂਨੀਕ ਕੰਮ ਕਰਦੇ ਆ ਹੈਨਾ ਤੇ ਜਿਹੜੀ ਪੰਗਰ ਚ ਬਿਠਾ ਕੇ ਲੋਕਾਂ ਨੂੰ ਖਾਣਾ ਦਿੰਦੇ ਆ ਔਰ ਖਾਣਾ ਆਉਂਦਾ ਵਾਇਜਾਂ ਦੇ ਬਾਹਰੋਂ ਆਉਂਦਾ ਜਿੱਥੇ ਪਹਚਾਲਾ ਜੇ ਉੱਥੇ ਕੰਬਲ ਵੰਡਦੇ ਆ ਉੱਥੇ ਰਜਾਈਆਂ ਭੇਜਦੇ ਆ ਉੱਥੇ ਖਾਣੇ ਲਈ ਭੇਜ ਦਾਣਾ ਮੱਖਣ ਸਾਰਾ ਕੁਝ ਦਿੰਦੇ ਉੱਥੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਆਫਤ ਆਈ ਜਾਂ ਨਹੀਂ ਆਈ ਹੁਣ ਜੇ ਟ੍ਰੇਨ ਦਾ ਹਾਦਸਾ ਹੋਇਆ ਸਾਰਾ ਕੁਝ ਹੈ ਉੱਥੇ ਵੀ ਐਸਜੀਪੀਸੀ ਔਰ ਜਿਹੜੀਆਂ ਧਾਰਮਿਕ ਸੰਸਥਾਵਾਂ ਉਹ ਲੋਕ ਪੁੱਜ ਗਏ ਉਥੇ ਚਾਹੇ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਨੇ ਸੈਂਟਰ ਨੇ ਪੈਸਾ ਦਿੱਤਾ ਦਿਲ ਖੋਲ ਕੇ ਪਰ ਲੋਕਾਂ ਦੀ ਆਫਤ ਨੂੰ ਬਚਾਉਣ ਲਈ ਬਾਹਰ ਲੀਆਂ ਏਜੰਸੀਆਂ ਜਿਹੜੀਆਂ ਐਨਜੀਓ ਆ ਉਹ ਪਹੁੰਚ ਗਏ ਇਹ ਹੁੰਦੀ ਹੈ ਹਿੰਦੁਸਤਾਨ ਦੀ ਨੀਤੀ ਇਹਨੂੰ ਕਹਿੰਦੇ ਆ ਬੇਸਿਕ ਤੌਰ ਤੇ ਡੈਮੋਕ੍ਰੇਸੀ ਇਹ ਹੈ ਕਿ ਲੋਕਾਂ ਸਾਰਿਆਂ ਦਾ ਖਿਆਰ ਰੱਖ ਇੱਕ ਦੂਜੇ ਦੇ ਕੰਮ ਆਉਣਾ ਇਹ ਜ਼ਰੂਰੀ ਹੈ ਔਰ ਏਸ਼ੀਅਨ ਵਿਜ਼ਡਮ ਦੀ ਹਮੇਸ਼ਾ ਗੱਲ ਹੁੰਦੀ ਹੈ ਇਹ ਵੀ ਜ਼ਰੂਰੀ ਹੈ 2024 ਦੀਆਂ ਇਲੈਕਸ਼ਨਸ ਵੀ ਪੈਂਡਿੰਗ ਨੇ ਅਮਰੀਕਾ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਉਹਦੇ ਉੱਤੇ ਵੀ ਤਾਂ ਇਹ મોદી ਸਾਹਿਬ ਆਰਵਾਜ ਜਾ ਰਹੇ ਕੁਝ ਨਾ ਕੁਝ ਤੇ ਉਹਦੇ ਉੱਤੇ ਵੀ ਗੱਲਬਾਤ ਹੋਣੀ ਹੈ ਹੋਣੀ ਹੋਣੀ ਔਰ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਭਾਰਤ ਔਰ ਅਮਰੀਕਾ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ ਅਗਲੀ ਵੀ ਜੋ ਨਿਊਜ਼ ਹੈ ਦੇ ਨਾਲ ਜੁੜੀ ਹੋਈ ਹੈ ਕਿ ਜੋ ਫਾਸਟ ਟਰੈਕ ਟੈਕਨੋਲੋਜੀ ਦਾ ਤਬਾਦਲਾ ਹੋ ਰਿਹਾ ਜਿਹਨੂੰ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਆ ਵਕਫਾ ਖੇਤਰਾਂ ਦੇ ਵਿੱਚ ਕਈ ਵਾਰ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਲੋਕਾਂ ਦੀਆਂ ਜੌਬਸ ਚਲੀਆਂ ਜਾਣਗੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਰਕੇ ਬਟ ਜਿਸ ਟਵਿੱਟਰ ਦੇ ਮਾਲਕ ਐਲਨ ਮਸਕ ਕਹਿੰਦੇ ਨੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਉਹਨਾਂ ਕਿ ਡਿਵੈਲਪ ਕਰੋ ਕਿ ਇਹ ਇਨਸਾਨਾਂ ਨੂੰ ਕੰਟਰੋਲ ਨਾ ਕਰ ਲਵੇ ਬਲਕਿ ਇਨਸਾਨ ਇਹਨੂੰ ਕੰਟਰੋਲ ਕਰਨ ਇਸ ਤਰ੍ਹਾਂ ਚੱਲੋ ਔਰ ਭਾਰਤ ਤੇ ਅਮਰੀਕਾ ਦੇ ਜਿਹੜੇ ਸੰਬੰਧ ਨੇ ਮਜ਼ਬੂਤ ਹੋ ਰਹੇ ਨੇ ਜੋ ਟੈਕਨੋਲੋਜੀ ਦਾ ਗਿਵ ਐਂਡ ਟੇਕ ਹੁੰਦਾ ਤਾਂ ਉਸ ਦੇ ਨਾਲ ਫਾਸਟ ਟਰੈਕ ਟੈਕਨੋਲੋਜੀ ਦਾ ਕਾਫੀ ਜ਼ਿਆਦਾ ਤਬਾਦਲਾ ਹੋਏਗਾ ਔਰ ਭਾਰਤ ਦੇ ਵਿੱਚ ਖਾਸ ਕਰਕੇ ਜੋ ਜ਼ਰੂਰਤ ਹੈ ਉਸ ਨੂੰ ਜ਼ਰੂਰਤ ਨੂੰ ਪੂਰੀ ਕਰੇਗਾ ਅਮਰੀਕਾ ਅਮਰੀਕਾ ਕਰੂ ਹਾਂ ਜਿਸ ਤਰ੍ਹਾਂ ਆਸਟਨ ਸਾਹਿਬ ਇਹਨਾਂ ਦੇ ਜਿਹੜੇ ਵਿਦੇਸ਼ ਮੰਤਰੀ ਉਹ ਵੀ ਆ ਰਹੇ ਆ ਉਹ ਨਾਲ ਸਾਡੇ ਜੈ ਸ਼ੰਕਰ ਜੀ ਆ ਹੈ ਉਹ ਹਮ ਰਤਬਾ ਦੋਨੇ ਮਿਲ ਕੇ ਇਹ ਗੱਲ ਕਰਨਗੇ ਫਾਸਟੈਕ ਬਾਰੇ ਔਰ ਜਿਹੜੀ ਸਾਡੇ ਦਵਲੇ ਸਬੰਧ ਹੈਗੇ ਔਰ ਸੁਰੱਖਿਆ ਜਿਹੜੀ ਸੁਰੱਖਿਆ ਸਾਡੀ ਸਿਕਿਉਰਿਟੀ ਹੈ ਉਹਦੇ ਵਿੱਚ ਵੀ ਕਰਨਗੇ ਜਿੱਥੇ ਚైనా ਨਾਲ ਤੇਨਾਂ ਦਾ ਟਕਰਾਅ ਹੋਇਆ ਦੋ ਬੀੜਿਆਂ ਦਾ ਆਪੋ ਵਿੱਚ ਜਿਹੜੇ ਉਹ ਪ੍ਰਸ਼ਾਂਤ ਹਿੰਦ ਪ੍ਰਸ਼ਾਂਤ ਸਾਗਰ ਦੇ ਵਿੱਚ ਉਹਦੇ ਵਿੱਚ ਸਾਡੇ ਬੇੜੇ ਵੀ ਚੱਲਦੇ ਜਿਹਨੂੰ ਜੰਗੀ ਬੇੜੇ ਕਹਿੰਦੇ ਨੇ ਜਿਹਦੇ ਵਿੱਚ ਸਾਰੀ ਤਰ੍ਹਾਂ ਦੇ ਲੈਸ ਹੁੰਦਾ ਉਹ ਚ ਜਾਜੂ ਉੱਡਦੇ ਆ ਉਹ ਚ ਰਾਕ ਲਾਂਚਰ ਵੀ ਉੱਡਦੇ ਆ ਉਹਦੇ ਵਿੱਚ ਮਿਜ਼ਾਈਲਮੈਂਟ ਵੀ ਹੁੰਦੀ ਆ ਸਾਰਾ ਕੁਝ ਹੁੰਦਾ ਜਦੋਂ ਪਾਕਿਸਤਾਨ ਨਾਲ ਆਪਣਾ 65 ਦੀ ਜੰਗ ਹੋਈ ਸੀਗੀ ਉਹਨਾਂ ਪੈਂਟਨ ਟੈਂਕ ਪਾਕਿਸਤਾਨ ਦਿੱਤੇ ਸੀ ਉਹਨਾਂ ਨੂੰ ਜਦੋਂ ਮਾਰਾ ਜਾ ਗੋਲੀ ਲੱਗਦੀ ਸੀ ਉਹਨੂੰ ਅੱਗ ਲੱਗਦੀ ਸੀ ਬਹੁਤ ਆਲਾ ਦੋਲਾ ਤਬਾਹ ਕਰ ਦਿੰਦਾ ਕੁਝ ਪੈਂਟਨ ਟੈਂਕ ਫੜੇ ਵੀ ਆ ਜਿਹੜੇ ਪੈਂਟ ਦੇ ਜੰਗ ਦੇ ਹੈਗੇ ਆ ਆ ਪੰਜਾਬ ਦੇ ਵਿੱਚ ਜਲੰਧਰ ਵਿੱਚ ਵੀ ਇਸ ਵੇਲੇ ਕਈ ਜਗ੍ਹਾ ਤੇ ਆ ਪਾਰਕਾਂ ਦੇ ਵਿੱਚ ਖੜੇ ਆ ਔਰ ਇਹ ਸਾਰਾ ਕੁਝ ਅਮਰੀਕਾ ਭੇਜਦਾ ਰਿਹਾ ਅੱਜ ਉਹਨਾਂ ਚੀਜ਼ਾਂ ਤੇ ਟ੍ਰੀਟੀ ਹੋਏਗੀ ਸੰਧੀ ਹੋਏਗੀ ਦੋਨਾਂ ਦੇਸ਼ ਮੰਤਰੀਆਂ ਦੀ ਕਿ ਗਵਾਂਡੀ ਜਿਹੜੇ ਸਾਡੇ ਸਟੇਟ ਨੇ ਜਾਂ ਸਾਡੇ ਨਾਲ ਦੇ ਜਿਹੜੇ ਦੇਸ਼ ਨੇ ਉਹਨਾਂ ਨੂੰ ਜੋ ਸਿਕਿਉਰਿਟੀ ਵਜ੍ਹਾ ਦਿੰਦੇ ਜੇ ਉਹਦੇ ਵਿੱਚ ਪਰਮਾਣੂ ਬੰਬ ਜਾ ਉਹਦੇ ਵਿੱਚ ਕਈ ਕੁਛ ਹੈਗਾ ਉਹਨਾਂ ਤੋਂ ਅਵੋਇਡ ਕਰੋ ਵਿਦੇਸ਼ ਮੰਤਰੀ ਸਾਹਿਬ ਗੱਲ ਕਰਨਗੇ ਉਹਦੇ ਵਿੱਚ ਰਾਜਨਾਥ ਸਾਹਿਬ ਵੀ ਵਿੱਚ ਹੋਣਗੇ ਜਿਹੜੇ ਡਿਫੈਂਸ ਮਿਨਿਸਟਰ ਹੈ ਇਹ ਬਹੁਤ ਵੱਡੀ ਵੱਡੀ ਮੀਟਿੰਗ ਹੈਗੀ ਦੇਖੋ ਕਿੰਨੀ ਵੱਡੀ ਗੱਲ ਹੈ ਉਹ ਉਧਰੋਂ ਤੇ ਵਿਦੇਸ਼ ਮੰਤਰੀ ਆ ਰਹੇ ਹੈ ਡਿਫੈਂਸ ਮਿਨਿਸਟਰ ਆਪਣੇ ਨਾਲ ਵਿਦੇਸ਼ ਮੰਤਰੀ ਹੈ ਔਰ ਸਾਡੇ ਪ੍ਰਾਈਮ ਮਿਨਿਸਟਰ ਅਮਰੀਕਾ ਜਾ ਰਹੇ ਹੈ ਇਹ ਹੈਗਾ ਸ਼ਾਂਤੀਪੂਰਵਕ ਉਸ ਦੇਸ਼ ਨਾਲ ਉੱਥੋਂ ਦੇ ਬਾਈਡਨ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਉਹਦੇ ਨਾਲ ਹੱਥ ਮਲਾਉਣੇ ਬਹੁਤ ਵੱਡੀ ਗੱਲ ਹੈ ਔਰ ਸਾਡੇ ਪ੍ਰਾਈਮ ਮਿਨਿਸਟਰ ਜੱਫੀਆਂ ਪ اور ਡিনার ਤੇ ਬੁਲਾਇਆ ਜਾਂਦਾ اور ਬਕਾਇਦਾ ਤੌਰ ਤੇ ਨਾ ਨਾ ਜਨਗ੍ਰੇਸ਼ਨ ਜਦੋਂ ਅੱਜ ਜਾਣਗੇ ਉਹ ਇਹਦੇ ਲਾਸਟ ਚ اور ਬਕਾਇਦਾ ਤੌਰ ਤੇ ਇਹਨਾਂ ਦਾ ਜਿਹੜਾ ਬੋਲਣਾ ਇਹਨਾਂ ਦਾ ਜਿਹੜੀ ਨੀਤੀਆਂ ਤੇ ਬੋਲਣਾ ਸਭ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਇੰਡੀਆ ਬੋਲਣਗੇ ਉਹ ਬਹੁਤ ਵੱਡੀ ਮਾਨ ਸਤਕਾਰ ਤੇ ਆਨਰੇਬਲ ਐਕਸੈਕਟਲੀ ਕਿਉਂਕਿ ਜਦੋਂ ਅਸੀਂ ਭਾਰਤ ਦੇ ਵਿੱਚ ਟੈਲੀਕਾਸਟ ਕਰਦੇ ਹਾਂ ਮਨ ਕੀ ਬਾਤ ਦਾ ਜਦੋਂ ਉਹਦਾ 100ਵਾਂ ਐਪੀਸੋਡ ਕੰਪਲੀਟ ਹੋਇਆ ਉਹ ਵੀ ਅਮਰੀਕਾ ਦੇ ਵਿੱਚ ਕਈ ਸਰਕਾਰੀ ਸੰਸਥਾਵਾਂ ਨੇ ਲਾਈਵ ਬ੍ਰਾਡਕਾਸਟ ਹੋਇਆ ਲਾਈਵ ਟੈਲੀਕਾਸਟ ਹੋਇਆ ਅਸੀਂ ਦੇਖਦੇ ਹਾਂ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਏਸ਼ੀਅਨ ਵਿਜ਼ਡਮ ਨੂੰ ਕਾਫੀ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਹਮ ਯੂਰਪ ਦੇ ਵਿੱਚ ਵੈਸਟਰਨ ਕੰਟਰੀਜ਼ ਦੇ ਵਿੱਚ ਸੋ ਬਾਈਡਨ ਜੀ ਦਾ ਔਰ ਮੋਦੀ ਸਾਹਿਬ ਦਾ ਦੋਸਤਾਨਾ ਦਾ ਬਹੁਤ ਵਧੀਆ 트ੰਪਸਾਲ ਵੀ 트ੰਪਸ ਸਾਹਿਬ ਨਾਲ ਵੀ ਔਰ ਬਰਾਕ ਓਬਾਮਾ ਸਾਹਿਬ ਨਾਲ ਵੀ ਬਹੁਤ ਵਧੀਆ ਦੋਸਤਾਨਾ ਰਿਹਾ ਸਾਡਾ ਤੇ ਦੋਸਤਾਨਾ ਹਰੇਕ ਨਾਲ ਹੀ ਹੈ ਬੇਬੀ ਜੇ 트ੰਪ ਸਾਹਿਬ ਆ ਜਾਂਦੇ ਤੇ ਅਮਰੀਕਾ ਨਾਲ ਸਾਡੇ ਦੋਲੇ ਸਬੰਧ ਜਾਂ ਸਾਡਾ ਲੈਣ ਦੇਣ ਜਾਂ ਨੀਤੀਆਂ ਉਹਨਾਂ ਚ ਕੋਈ ਫਰਕ ਨਹੀਂ ਪੈਣਾ ਐਕਚੁਅਲੀ ਓਬਾਮਾ ਸਾਹਿਬ ਨਾਲ ਵੀ ਬਹੁਤ ਵਧੀਆ ਸੀ ਔਰ ਫਰਸਟ ਨੇਮ ਨਾਲ ਬੁਲਾਉਂਦੇ ਸੀ ਬਰਾਕ ਕਹਿ ਕੇ ਬੁਲਾਉਂਦੇ ਸੀ ਆਪਣੇ ਸੰਬੋਧਨ ਦੇ ਵਿੱਚ ਵੀ ਮੋਦੀ ਸਾਹਿਬ ਨੇ ਅਦਾ ਕਿਹਾ ਹਾਂ ਸੋ ਪਾਕਿਸਤਾਨ ਦੇ ਉੱਤੇ ਮਿਸਟਰ ਪ੍ਰੈਜ਼ੀਡੈਂਟ ਕਿਹਾ ਜਾਂਦਾ ਤੋਂ ਉਹਨਾਂ ਦਾ ਆਪਣਾ ਦੋਸਤੀ ਕਰਨ ਦਾ ਇੱਕ ਤਰੀਕਾ ਹੈ ਸੋ ਭਾਰਤ ਦੀ ਤਾਂ ਹਮੇਸ਼ਾ ਫੋਰਨ ਪੋਲਿਸੀ ਇਹੀ ਰਹੀ ਹੈ ਕਿ ਸਭ ਦੇ ਨਾਲ ਦੋਸਤੀ ਰੱਖੋ ਆਫ ਕੋਰਸ ਅਸੀਂ ਆਪਣੀ ਜੋ ਇੰਟਰਨਲ ਸਿਕਿਉਰਿਟੀ ਐਕਸਟਰਨਲ ਸਿਕਿਉਰਿਟੀ ਉਹਨਾਂ ਦਾ ਧਿਆਨ ਚ ਰੱਖ ਕੇ ਚੱਲਦੇ ਹਾਂ ਸਾਡੀ ਕੂਟਨੀਤੀ ਤਾਂ ਹਮੇਸ਼ਾ ਧਿਆਨ ਚ ਰੱਖ ਕੇ ਚੱਲਦੀ ਹੈ ਬਟ ਇੱਕ ਚੀਜ਼ ਸਾਡਾ ਜੋ ਸਾਡੀ ਵਿਜ਼ਡਮ ਹੈ ਨਾ ਏਸ਼ੀਆ ਦੀ ਕਿ ਸਾਰਾ ਸੰਸਾਰ ਇੱਕੋ ਹੀ ਪਰਿਵਾਰ ਹੈ ਉਸ ਚੀਜ਼ ਨੂੰ ਅਸੀਂ ਜ਼ਰੂਰ ਆਪਣਾ ਨਿਭਾਉਣਾ ਦੋਸਤੀ ਜ਼ਰੂਰ ਨਿਭਾਉਣਾ ਅਸੀਂ ਸੋ ਅੱਗੇ ਹੁਣ ਵਧੀਏ ਜੇ ਕੈਨੇਡਾ ਪੜਨ ਗਏ ਪੰਜਾਬੀ ਵਿਦਿਆਰਥੀਆਂ ਨਾਲ ਜੋ ਠੱਗੀਆਂ ਹੁੰਦੀਆਂ ਨੇ ਤਾਂ ਜੋ ਵਿਰੋਧੀ ਧਿਰਾਂ ਨੇ ਹਰ ਸਿਮਰਤ कौर ਬਦਲ ਉਹ ਵੀ ਕਹਿੰਦੇ ਨੇ ਕਿ ਜੋ ਬਿਆਨ ਆਣਾ ਚਾਹੀਦਾ ਹੈ ਵਿਦੇਸ਼ ਮੰਤਰੀ ਵੱਲੋਂ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ इमोशनल ਸਪੋਰਟ ਮਿਲੇਗੀ ਉਹਨਾਂ ਵਿਦਿਆਰਥੀਆਂ ਨੂੰ ਔਰ ਨਾਲੇ ਵੀ ਪਤਾ ਲੱਗੂਗਾ ਕਿ ਪਾਕਿਸਤਾਨ ਸਰਕਾਰ ਸੀਰੀਅਸ ਹੈ ਸੰਜੀਦਾ ਸਾਡੇ ਮਸਲੇ ਨੂੰ ਲੈ ਕੇ ਔਰ ਕੋਈ ਨਾ ਕੋਈ ਜ਼ਰੂਰੀ ਕਦਮ ਚੁੱਕਣ ਜਾ ਰਹੀ ਹੈ ਇਹ ਇਹ ਵਾਪਰਿਆ ਜਿਹੜੀ ਘਟਨਾ ਹੈ ਖਾਸ ਕਰਕੇ ਪੰਜਾਬ ਦੇ ਮੁੰਡੇ ਬਹੁਤ ਜ਼ਿਆਦਾ ਆ ਗਏ ਜਿਹੜੇ ਸਟੱਡੀ ਲਈ ਗਏ ਸੀ ਉਹ ਜਿਹੜੇ ਸਟੱਡੀ ਤੋਂ ਲੈ ਕੇ ਕਰ ਕੰਪਲੀਟ ਕਰ ਲਈ ਜਦੋਂ ਆਪਣਾ ਵਰਕ ਪਰਮਿਟ ਦਾ ਲਾਉਣ ਲੱਗੇ ਉਹਦੇ ਵਿੱਚ ਉਹਨਾਂ ਨੇ ਫਿਰ ਆਪਣੇ ਡਾਕੂਮੈਂਟਸ ਪੇਸ਼ ਕੀਤੇ ਆ ਜਿਹੜੇ ਉੱਥੋਂ ਦੇ ਸੁਰੱਖਿਆ ਪੁਲਿਸ ਆ ਉਹਨੂੰ ਪਤਾ ਲੱਗ ਗਿਆ ਕਿ ਫੇਕ ਹੈਗੇ ਉਹਨਾਂ ਨੇ ਉਹਨੂੰ ਵੈਰੀਫਾਈ ਕੀਤਾ ਉੱਤੇ ਪਤਾ ਕੀਤਾ ਉਹ ਸਾਰੇ ਦੇ ਸਾਰੇ ਉਸੇ ਤਰ੍ਹਾਂ ਦੇ ਝਾਲੀ ਨਿਕਲੇ ਬਿਲਕੁਲ ਔਰ ਉਹਨਾਂ ਨੂੰ ਇਹਨਾਂ ਤਬਦੀਸ਼ ਕਰਨ ਲਈ ਇਮੀਗ੍ਰੇਸ਼ਨ ਨੂੰ ਭੇਜਿਆ ਇਮੀਗ੍ਰੇਸ਼ਨ ਨੇ ਵੈਰੀਫਾਈ ਕੀਤਾ ਇੰਡੀਆ ਨਾਲ ਗੱਲ ਕੀਤੀ ਇੰਡੀਅਨ ਦੀ ਇਮੀਗ੍ਰੇਸ਼ਨ ਤਾਂ ਆਪਣੀ ਐਮਬੈਸੀ ਨਾਲ ਗੱਲ ਕੀਤੀ ਉਦੋਂ ਬਾਅਦ ਪਤਾ ਲੱਗਾ ਕਿ ਅਸੀਂ ਇਸ ਗੱਲ ਤੇ ਜਿਹੜੇ ਹੈਗੇ ਆ ਗਲਤ ਨਿਕਲੇ ਕਿਉਂਕਿ ਉਹਦੇ ਚ ਜਿਹੜੇ ਕਾਗਜ਼ ਸੀਗੇ ਜਿਹੜੇ ਡਾਕੂਮੈਂਟ ਸੀ ਉਹ ਗਲਤ ਲਾਇਆ ਕਿਨੇ ਟਰੈਵਲ ਏਜੰਟ ਨੇ ਔਰ ਇਹਦੇ ਵਿੱਚ ਮੁੰਡਿਆਂ ਦਾ ਇਹਨਾਂ ਕਸੂਰ ਨਹੀਂ ਸਮਝਿਆ ਜਾ ਸਕਦਾ ਪੇਰੈਂਟਸ ਤੇ ਵਿਚਾਰੇ ਇੰਦਾਂ ਦੇ ਅਨਪੜ੍ਹ ਹੁੰਦੇ ਪੜੇ ਨਹੀਂ ਗਏ ਉਹਨਾਂ ਦਾ ਨਹੀਂ ਹੈਗਾ ਉਹਦੇ ਵਿੱਚ ਇਹ ਹੈਗਾ ਕਿ ਜਿਨ੍ਹਾਂ ਨੇ ਕਾਗਜ਼ ਪੇਸ਼ ਕੀਤੇ ਆ ਜਿਨ੍ਹਾਂ ਨੇ ਬਣਾਏ ਆ ਔਰ ਟ੍ਰੈਵਲ ਏਜੰਟ ਤੁਹਾਨੂੰ ਪਤਾ ਹੈ ਆਪਣੇ ਸਾਈਨ ਨਹੀਂ ਕਰਦੇ ਇਹ ਜਿਹੜਾ ਕੈਂਡੀਡੇਟ ਆ ਮੁੰਡਾ ਉਹ ਹੀ ਭਰਦਾ ਫਾਰਮ ਉਹ ਹੀ ਸਾਈਨ ਕਰਦਾ ਆ ਆਪ ਪਾਸੇ ਰਿੰਦੇ ਆ ਔਰ ਇਹ ਕਮਿਸ਼ਨ ਲੈਂਦੇ ਉਹਦੇ ਤੋਂ ਔਰ ਜਿੱਦੇ ਤੋਂ ਆਫਰ ਲੈਟਰ ਆਉਂਦੀਆਂ ਉਥੋਂ ਜਿਹੜੀਆਂ ਯੂਨੀਵਰਸਿਟੀਆਂ ਜਾਂ ਕਾਲਜਸ ਜਾਂ ਸਕੂਲਾਂ ਤੋਂ ਜਿੱਥੇ ਸਟੱਡੀ ਕਰ ਲਏਗੇ ਉਹ ਆਫਰ ਲੈਟਰ ਵੀ ਕੁਝ ਵਿੱਚ ਇੰਡੀਅਨ ਇੰਸਟੀਟਿਊਸ਼ਨਾਂ ਦੀ ਜੀ ਕੁਝ ਉਹਨਾਂ ਦੀਆਂ ਆਪਣੀਆਂ ਆ ਗਈਆਂ ਕੈਨੇਡਾ 'ਚ ਬੇਸ਼ੁਮਾਰ ਜਣੀਆਂ ਯੂਨੀਵਰਸਿਟੀਆਂ ਔਰ ਉਹਨਾਂ ਨੇ ਦੇਖੋ ਆਫਰ ਲੈਟਰ ਭੇਜੀ ਆ ਉਹ ਵੀ ਫੇਕ ਆ ਔਰ ਉਹਦੇ ਵਿੱਚ ਵੀ ਬੜਾ ਕੁਝ ਹੈਗਾ ਔਰ ਉਹ ਜਦੋਂ ਯੂਨੀਵਰਸਿਟੀ ਉੱਥੇ ਕਿ ਉਹਨਾਂ ਨੂੰ ਇਨਕੁਆਰੀ ਕਰਨੀ ਚਾਹੀਦੀ ਹੈ ਜਿੱਥੇ ਉਹਨਾਂ ਨੂੰ ਡਾਊਟ ਹੈਗਾ ਉਹਨਾਂ ਦਾ ਪਤਾ ਕਰਨਾ ਚਾਹੀਦਾ ਹੈ ਕਿ ਇਹ ਗਲਤ ਹੈ ਜਾਂ ਠੀਕ ਹੈਗਾ ਇੱਕ ਦਾ ਦੋ ਦਾ ਤਿੰਨ ਦਾ ਚਾਰ ਦਾ 700 ਮੁੰਡਾ ਹੈਗਾ ਔਰ ਤੁਸੀਂ 에어ਪੋਰਟ ਕੈਨੇਡਾ ਤੇ ਜਾ ਕੇ ਵੇਖੋ ਉੱਥੇ ਇਸ ਤਰ੍ਹਾਂ ਦੀਆਂ ਲਾਈਨਾਂ ਲੱਗੀਆਂ ਔਰ ਬੱਚੇ ਰੋ ਰਹੇ ਆ ਔਰ ਇਸੇ ਤਰ੍ਹਾਂ ਯੂਕਰੇਨ ਚ ਹੋਇਆ ਸੀ ਜਿਹੜਾ ਮੈਡੀਕਲ ਐਮਬੀਬੀਐਸ ਕਰਨ ਗਏ ਮੁੰਡੇ ਜਦੋਂ ਯੂਕਰੇਨ ਚ ਆਫਤਾ ਕੀ ਜਦੋਂ ਹਮਲਾ ਹੋ ਗਿਆ ਰਸ਼ੀਆ ਦਾ ਉਹ ਮੁੰਡੇ ਆ ਕੇ ਪੰਜਾਬ ਚ ਬਹਿ ਗਏ ਹਿੰਦੁਸਤਾਨ ਚ ਬਹਿ ਗਏ ਉਹ ਅੱਜ ਵੀ ਮਾਨ ਸਰਕਾਰ ਨੇ ਕੋਈ ਉਹਨਾਂ ਕੋਈ ਛਣ ਕੀਤਾ اور ਉਹਨਾਂ ਨੂੰ ਫਾਲੋ ਕਰਕੇ ਉਹਨਾਂ ਨੂੰ ਕਿਤੇ ਵੀ ਪੜ੍ਹਾਈ ਲਈ ਮੌਕਾ ਨਹੀਂ ਦਿੱਤਾ ਜਦੋਂ ਕੋਈ ਬੱਚੇ ਐਲੀਜੀਬਿਲਟੀ ਲੈ ਕੇ ਗਏ ਉੱਥੇ ਉੱਥੇ ਉਹਨਾਂ ਨੇ ਐਮਬੀਬੀਐਸ ਕਰ ਲਈ ਗਏ ਪੈਸਾ ਬਰਬਾਦ ਹੋ ਗਿਆ ਬੱਚਿਆਂ ਦਾ ਕੈਰੀਅਰ ਸਪਾਇਲ ਹੋ ਗਿਆ ਇਸੇ ਤਰ੍ਹਾਂ ਆ ਬੱਚੇ ਆ ਰਹੇ ਸਸ ਸਬਚਨ ਕਿੱਥੇ ਰਹੂਗਾ ਔਰ ਇਸੇ ਤਰ੍ਹਾਂ ਮਾਂ ਪਿਓ ਨੇ ਤੇ ਭੇਜੇ ਸੀ ਵੀ ਨਸ਼ੇ ਤੋਂ ਬਚਣਗੇ ਔਰ ਆਪਣੇ ਕੰਮ ਤੇ ਕੈਰੀਅਰ ਬਣ ਜੂ ਇਹਨਾਂ ਦਾ ਸਟੱਡੀ ਹੋ ਜੂਗੀ ਉੱਥੇ ਪੀਆਰ ਲੈਣਗੇ ਇਹ ਇਹਦੇ ਪਿੱਛੇ ਵੀ ਹੁੰਦਾ ਕਿ ਪੀਆਰ ਲੈਣੀ ਹੁੰਦੀ ਆ ਹੁਣ ਜਦੋਂ ਇਹਨਾਂ ਵਰਕ ਪਰਮਿਟ ਲਾਇਆ ਫਿਰ ਵੀ ਪੀਆਰ ਤੇ ਮਿਲਣੀ ਆ ਪਿਆਰ ਤੋਂ ਬਾਅਦ ਸਿਟੀਜ਼ਨ ਬਣ ਜਾਣਾ ਸੀ ਉਹਨਾਂ ਨੇ ਕੈਨੇਡਾ ਦੇ ਔਰ ਬੱਚਿਆਂ ਦਾ ਸਾਰੇ ਦਾ ਸਾਰਾ ਕੈਰੀਅਰ ਜੀਵਨ ਤਬਾਹ ਕਰ ਦਿੱਤਾ ਕਿਹਨੇ ਟਰੈਵਲ ਏਜੰਟਾਂ ਨੇ ਕਿਹਨੇ ਜਿਹੜੇ ਜਿਹੜੇ ਬਾਕੀ ਜਿਹੜੇ ਇਹਨਾਂ ਵਿੱਚ ਮੀਡੀਆਟਰ ਲੋਕ ਨੇ ਉਹਨਾਂ ਨੇ ਪੈਸਾ ਮਾ ਆਪਣੇ ਪਲਾਟ ਵਿੱਚ ਜ਼ਮੀਨ ਕਹਨੇ ਪਾਈ ਕਈ ਕੁਝ ਕੀਤਾ ਉਹ ਗਰੀਬ ਦੇ ਗਰੀਬ ਰਹਿ ਗਏ ਬੱਚਿਆਂ ਤੇ ਸਾਰਾ ਕੁਝ ਹੁੰਦਾ ਬੱਚੇ ਪ੍ਰਾਪਰਟੀ ਹੁੰਦੀ ਹੈ ਲਾਈਫ ਚ ਪੇਰੈਂਟਸ ਦੇ ਬੱਚੇ ਵਿਚਾਰੇ ਪਿਛਾ ਮੋੜੇ ਤੇ ਮਾਂ ਤੇ ਪਿਓ ਬੁੜੇ ਹੋ ਜਨੋ ਚਿੰਤਾ ਨਾਲ ਗਰਸ ਹੋ ਕੇ ਮਾਰੇ ਜਾਣ ਆਸਟ੍ਰੇਲੀਆ ਨੇ ਇੱਕ ਜੀਲਸ ਨੂੰ ਦੇਖਿਆ ਤਾਂ ਉਹਨੇ ਪੰਜ ਸਟੇਟਸ ਨੂੰ ਦਾ ਬਿਲਕੁਲ ਬੈਨ ਹੀ ਕਰ ਦਿੱਤਾ ਜਿਹਦੇ ਵਿੱਚ ਪੰਜਾਬ ਵੀ ਹੈ ਕਿ ਐਸੀ ਇੱਥੋਂ ਦੇ ਸਟੂਡੈਂਟਸ ਲੈਣੇ ਨਹੀਂ ਕਿਉਂਕਿ ਉਹ ਹਮੇਸ਼ਾ ਜਾਲੀ ਡਾਕੂਮੈਂਟਸ ਸੋ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਵੈਸੇ ਤੁਸੀਂ ਬਿਲਕੁਲ ਕਿਹਾ ਕਿ ਮਿਹਨਤ ਨਾਲ ਕਮਾਇਆ ਹੋਇਆ ਧਨ ਜ਼ਾਇਆ ਹੋ ਜਾਣਾ ਨਹੀਂ ਚਲੇਗਾ ਔਰ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਜਾਣਗੀ ਬਸ ਇਹ ਗੱਲ ਹੋ ਰਹੀ ਜਿੱਥੇ ਜਿੱਦਾਂ ਆਪਾਂ ਐਮਬੈਸੀ ਦੀ ਗੱਲ ਕੀਤੀ ਆ ਔਰ ਸਾਰੇ ਜਿੰਨੇ ਵੀ ਸਿਆਣੇ ਲੋਕ ਨੇ ਉਹ ਗੱਲ ਕਰ ਰਹੇ ਆ ਕਿ ਬਾਕੀ ਕੰਟਰੀਆਂ ਚ ਕਿਉਂ ਨਹੀਂ ਹੋ ਰਿਹਾ ਇੰਗਲੈਂਡ ਚ ਨਹੀਂ ਹੋਇਆ ਕਦੇ ਵੀ ਨਿਊਜ਼ੀਲੈਂਡ ਚ ਖਾਸ ਤੌਰ ਤੇ ਹੁੰਦਾ ਜਿਹੜੀ ਅੰਬੈਸੀ ਬੜੀ ਟਾਈਟ ਕਰਦੀ ਹੈ ਉਹ ਕਾਗਜ਼ ਜਿਹੜੇ ਵੀ ਲਾਉਂਦੇ ਆ ਇੰਟਰਵਿਊ ਹੁੰਦੀ ਹੈ ਬੜੀ ਹੁੰਦੀ ਹੈ ਕੈਨੇਡਾ ਚ ਧੜਾ ਧਾੜੀ ਹੁੰਦਾ ਆਗੇ ਚਲੇਗੇ ਆਗੇ ਚਲੇਗੇ ਅੰਬੈਸੀ ਇੰਨੀ ਓਪਨ ਵੀ ਨਹੀਂ ਹੋਣੀ ਚਾਹੀਦੀ ਜੇ ਕਰਨਾ ਤਾਂ ਐਲੀਜੀਬਿਲਟੀ ਤਾਂ ਦੇਖ ਲਓ ਕਾਗਜ਼ ਤਾਂ ਚੈੱਕ ਕਰ ਲਓ ਕੀ ਕਰਨਾ ਉੱਥੇ ਨੇ ਅਪਲਾਈ ਬਿਠਾਏ ਆ ਤੁਸੀਂ ਕੀ ਕਰਦੇ ਓਥੇ ਅੱਜ ਕੱਲ ਖੰਨਾ ਜੀ ਆਨਲਾਈਨ ਆ ਸਾਰਾ ਕੁਝ ਜਿੱਥੇ ਵੀ ਇਸ਼ੂ ਹੋਇਆ ਮੰਨ ਲਓ ਕੋਈ ਉਹ ਤੋ ਉਥੋਂ ਉਹਨਾਂ ਨੂੰ ਲਾਈਨ ਤੇ ਪੁੱਛ ਲੋ ਉਹਨਾਂ ਦੇ ਨੰਬਰ ਹੁੰਦੇ ਸਾਰਾ ਕੁਝ ਕਿਸੇ ਕੈਟਾਗਰੀ ਵਾਈਜ਼ ਜਾ ਰਹੇ ਬੱਚੇ ਉਥੇ ਜਾਂ ਸਟੱਡੀ ਲਈ ਜਾ ਰਹੇ ਆ ਤਾਂ ਉਹਨਾਂ ਦੇ ਜੇ ਬੈਂਡ ਆਇਆ ਜਾਂ ਓਵਰਆਲ ਕਿੰਨੇ ਹੈਗੇ ਉਹਦਾ ਪਤਾ ਕਰ ਲੋ ਕਾਗਜ਼ ਪੱਤਰ ਜਿਹੜੇ ਆਗੇ ਐਕਸਪੀਰੀਅੰਸ ਦਾ ਪਤਾ ਕਰ ਲੋ ਟਰੈਵਲ ਏਜੰਟ ਜਿਹੜਾਗਾ ਉਹਨੂੰ ਅੰਦਰ ਕਰੋ ਜਿਹੜੇ ਬੰਦੇ ਨੇ ਇਹਨਾਂ ਕੁਝ ਕੀਤਾਗਾ ਇਹਨਾਂ ਚੀਜ਼ਾਂ ਜੇ ਸਖਤ ਹੀ ਨਹੀਂ ਬੱਤੀ ਜਾਉਂਗੀ ਅਰਬ ਕੰਟਰੀਜ਼ ਨਹੀਂ ਹੁੰਦੀ ਇਹਨਾਂ ਕੁਝ ਹੁੰਦਾ ਨਿਊਜ਼ੀਲੈਂਡ 'ਚ ਕਦੀ ਨਹੀਂ ਹੋਇਆ ਇਸ ਤਰ੍ਹਾਂ ਦਾ ਔਰ ਹੁਣ ਉਹ ਥੋੜਾ ਜਿਹਾ ਓਪਨ ਹੋ ਗਿਆ ਕਿਉਂਕਿ ਉਥੇ ਇਸ ਤਰ੍ਹਾਂ ਦੇ ਪਹ ਔਰ ਇਸ ਕਰਕੇ ਉਹਨਾਂ ਨੇ ਬਹੁਤ ਮੁੰਡੇ ਕੁੜੀਆਂ ਭਲਾਏ ਆ ਔਰ ਇਹ ਕੈਨੇਡਾ ਚ ਸਾਰਾ ਕੁਝ ਹੁੰਦਾ ਅਮਰੀਕਾ ਚ ਨਹੀਂ ਹੋ ਰਿਹਾ ਉਹਨਾਂ ਤੇ ਉੱਥੇ ਫਿੰਗਰਪ੍ਰਿੰਟ ਵੀ ਲੈਂਦੇ ਅਮਰੀਕਾ ਦੀ ਇੰਵੈਲਵਰ ਕਰਦੇ ਜਿੱਥੇ ਜਾਗਦਾਰੀ ਇੰਟਰੂ ਹੋਣੀ ਹੈ ਜੇ ਕਹਿੰਦਾ ਜੀ ਮੈਂ ਅਮਰੀਕਾ ਵੇਖਣ ਜਾਣਾ ਮੈਨੂੰ ਵਿਜ਼ਟਰ ਵੀਜ਼ਾ ਦੇ ਦਿਓ ਤੋ ਪੁੱਛਦੇ ਉਸੇਲੇ ਹੈਵ ਯੂ ਸੀਨ ਇੰਪੋਰਟੈਂਟ ਪਲੇਸਸ ਆਫ ਇੰਡੀਆ ਜਿਹਦੇ ਵਿੱਚ ਸਾਰੇ ਸਾਰੇ ਆਉਂਦੇ ਆ ਬੀਕਨੇਰ ਆਉਂਦਾ ਜੈਪੁਰ ਆਉਂਦਾ ਉਹ ਪੁੱਛਦੇ ਉਹਦੇ ਬਾਰੇ ਉਹਨਾਂ ਨੂੰ ਪਤਾ ਉਹ ਬੰਦੇ ਉੱਥੇ ਫੜੇ ਜਾਂਦੇ ਆਂ ਤੇ ਉਹਨਾਂ ਨੇ ਵੇਖਿਆ ਨਹੀਂ ਕਸ਼ਮੀਰ ਵੇਖ ਲਿਆ ਤੁਸੀਂ ਇਹਦੇ 스위ਟਜ਼ਰਲੈਂਡ ਆਫ ਇੰਡੀਆ ਤੁਸੀਂ ਉਹ ਵੇਖ ਲਿਆ ਤਾਂ ਤੁਸੀਂ ਉਧਰ ਨੂੰ ਜੋ ਹੱਥ ਪਾ ਰਹੇ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਨਾ ਉਹ ਹੁੰਦਾ ਵੈਨ ਯੂ ਆਰ ਇਨ ਡਾਊਟ ਲੀਵ ਇਟ ਆਊਟ ਉਹਨਾਂ ਨੂੰ ਪਤਾ ਤਾਂ ਦਾ ਵੀ ਭਜਾ ਦੇਣਾ ਐ ਐਕਚੁਅਲੀ ਅ ਅਮਰੀਕਾ ਦਾ ਜੋ ਸਾਰਾ ਸਿਸਟਮ ਹੈ ਉਹ ਤਾਂ ਹੈ ਇੰਟਰਵਿਊ ਬੇਸਡ ਬਿਲਕੁਲ ਬਾਕੀ ਸਾਰਾ ਡਾਕੂਮੈਂਟ ਬੇਸਡ ਡਾਕੂਮੈਂਟਸ ਦੇ ਵਿੱਚ ਜਿਹੜਾ ਹੈ ਕਾਫੀ ਥੱਗੀ ਹੋ ਜਾਂਦੀ ਹੈ ਸਹੀ ਗੱਲ ਤੇ ਥੱਗੀ ਹੈ ਅਮਰੀਕਨ ਐਮਬੈਸੀ ਤਾਂ ਉਹ ਤਾਂ ਬਿਲਕੁਲ ਇੰਟਰਵਿਊ ਹੈ ਔਰ ਤੁਹਾਡਾ ਐਟੀਟਿਊਡ ਤੁਹਾ ਕਿ ਕਿਉਂ ਚੱਲਦੇ ਆ ਅਮਰੀਕਾ ਤੁਹਾਡੀ ਰਿਸਪੌਂਸਿਬਿਲਟੀ ਸਕੀ ਨਹੀਂ ਉਹ ਬਹੁਤ ਕੁਝ ਹੁੰਦਾ ਹੈ ਖੈਰ ਜੋ ਵੀ ਹੈ ਉਹ ਗਿਆ ਸਾਰਿਆ ਕਿਹੇ ਬੰਦੇ ਨੇ ਫਾਰਮ ਭਰਿਆ ਨਾ ਕਹਿੰਦਾ ਵਟ ਪਰਪਸ ਆਫ ਵੀਜ਼ਾ ਤੁੰ ਲੈਤਾ ਹਾਇਰ ਸਟੱਡੀ ਤੁੰ ਦਾ ਵੀ ਸਾਈਨ ਆਨ ਇਟ ਜਦੋਂ ਸਾਈਨ ਕਰ ਲੈਂਦਾ ਜੀ ਮੈਂ ਗੁੱਠਾ ਲਾਉਂਗਾ ਸਟੱਡੀ ਹਾਇਰ ਕਰਨ ਜਾ ਰਿਹਾ ਹਾਂ ਇਹ ਇੰਨੇ ਬੰਦੇ ਜਾਗੇ ਬਿਲਕੁਲ ਔਰ ਜੋ ਵੀ ਜਾਂਦਾ ਹੈ ਹਾਇਰ ਸਟੱਡੀ ਦੇ ਬੇਸ ਤੇ ਜਾਂਦਾ ਹੈ ਉੱਥੇ ਸੈਟਲ ਹੋਣ ਜਾਂਦਾ ਹੈ ਸੈਟਲ ਹੋ ਜੋਬ ਲੱਭਣ ਜਾਂਦਾ ਹੈ ਐਕਚੁਅਲੀ ਉਹ ਵਰਕ ਪਰਮਿਟ ਹੀ ਹੁੰਦੀ ਬਿਲਕੁਲ ਨਾਲ ਔਰ ਕਈ ਵਾਰ ਇਲਲੀਗਲ ਤਰੀਕੇ ਨਾਲ ਕੰਮ ਕਰਦਾ ਹੈ ਸੋ ਇਹ ਵਿਦੇਸ਼ ਮੰਤਰੀ ਦਾ ਸਟੇਟਮੈਂਟ ਆਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਔਰ ਵਿਦਿਆਰਥੀਆਂ ਨੂੰ ਔਰ ਵਿਦਿਆਰਥੀਆਂ ਦੇ ਪਰਿਵਾਰ ਨੂੰ ਇਹਨਾਂ ਨੇ ਜਵਾਬ ਮੰਗਿਆ ਹੌਸਲਾ ਮਿਲੇ ਔਰ ਬਾਦਲ ਨੇ ਇਹਨਾਂ ਨੂੰ ਕਿਹਾ ਕਿ ਵਿਦੇਸ਼ ਮੰਤਰੀ ਕੀ ਕਹਿੰਦੇ ਹੋਣ ਇਹਦੇ ਬਾਰੇ ਔਰ ਕੀ ਉਹਨਾਂ ਨਾਲ ਮਿਲ ਕੇ ਬੱਚਿਆਂ ਨੂੰ ਕਹਿੰਦੇ ਉੱਥੇ ਸੈਟਲਡ ਹੋਣਾ ਕਰਨਾ ਚਾਹੀਦਾ ਉਹਨਾਂ ਬੱਚਿਆਂ ਨੂੰ ਅਜੇ ਆਏ ਤਾਂ ਨਹੀਂਗੇ ਪਰ ਉੱਥੇ 에ਰਪੋਰਟ ਜੀ ਔਰ ਸੀਬੀਐਸਸੀ ਰਿਪੋਰਟ ਕਰਤਾ ਨਾ ਤੋ ਜੀ ਸੀਬੀਐਸਸੀ ਜੋ ਪਾਰ ਦਾ ਵਿਦਿਆਕਦਾਰਾ ਉਹਦੇ ਵੱਲੋਂ ਵਿਦਿਆਰਥੀਆਂ ਵਾਸਤੇ ਇੱਕ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ ਸਟੱਡੀ ਵਾਸਤੇ ਔਰ ਪਹਿਲਾਂ ਵੀ ਯੂਪੀਐਸਸੀ ਵੱਲੋਂ ਵੀ ਹੁੰਦਾ ਸੀਗਾ ਜੋ ਸਵੇਰ ਵੇਲੇ ਚੈਨਲ ਚੱਲਦਾ ਸੀ ਟੀਵੀ ਦੇ ਉੱਤੇ ਪੜਾਇਆ ਜਾਂਦਾ ਸੀ ਹੁਣ ਟੀਵੀ ਚੈਨਲ ਸ਼ੁਰੂ ਕਰਨ ਦਾ ਐਲਾਨ ਹੋਇਆ ਹੈ ਤਾਂ ਕਿ ਵਿਦਿਆਰਥੀਆਂ ਨੂੰ ਸਹੂਲਤ ਮਿਲ ਸਕੇ ਪਹਿਲਾਂ ਤੇ ਅਸੀਂ ਦੇਖਿਆ ਕਰੋਨਾ ਦੇ ਵਿੱਚ ਜਦੋਂ ਵਾਇਰਸ 19 ਆਇਆ ਹੈ ਉਦੋਂ ਆਨਲਾਈਨ ਸਟੱਡੀਜ਼ ਹੋਣੀਆਂ ਸ਼ੁਰੂ ਹੋ ਗਈਆਂ ਪਰ ਟੀਵੀ ਨਾਲ ਔਰ ਰੇਡੀਓ ਨਾਲ ਜੇ ਹੁੰਦਾ ਹੈ ਤਾਂ ਬਹੁਤ ਵਧੀਆ ਮਾਧਿਅਮ ਹੈ ਪਰ ਅੱਜਕੱਲ ਵਿਜ਼ੂਅਲ ਜ਼ਿਆਦਾ ਹੈ ਕਿਉਂਕਿ ਸਭ ਕੁਝ ਪ੍ਰੈਕਟੀਕਲ ਹੈ ਤਾਂ ਲੋਕ ਕੀ ਦੇਖਣਗੇ ਬੱਚੇ ਦੇਖਣਗੇ ਤਾਂ ਹੀ ਸਿੱਖਣਗੇ ਸੋ ਟੀਵੀ ਚੈਨਲ ਸ਼ੁਰੂ ਕਰਨ ਜਾ ਰਹੀ ਹੈ ਸਿਬੀਐਸਸੀ ਵਧੀਆ ਉਪਰ ਆ ਰਿਹਾ ਹੈ ਹਾਂ ਇਹ ਜਿਹੜੀ ਸੈਂਟਰਲ ਬੋਰਡ ਆਫ ਐਜੂਕੇਸ਼ਨ ਐਜੂਕੇਸ਼ਨ ਬੋਰਡ ਉਹਦੇ ਵਿੱਚ ਇਹਨਾਂ ਨੇ ਇਹ ਨਵਾਂ ਐਲਾਨ ਕੀਤਾ ਕਿ ਇਹ ਇੱਕ ਚੈਨਲ ਖੋਲਣਗੇ ਜਿਹਨੂੰ ਐਜੂਕੇਸ਼ਨਲ ਟੈਲੀਵਿਜ਼ਨ ਕਿਹਾ ਜਾਂਦਾ ਹੈ ਤੁਸੀਂ ਕਹੋ ਉਹੀ ਹੈ ਉਦੋਂ ਜਿਹੜੇ ਲੈਸਨ ਡਿਲੀਵਰ ਹੋਣਗੇ ਜਦੋਂ ਕਰੋਨਾ ਸੀ ਇਸੇ ਤਰ੍ਹਾਂ ਦਾ ਰਿádio ਟੀਵੀ ਤੇ ਜਾਂਦੇ ਰਿਹਾ ਡਿਲੀਵਰ ਲੈਸਨ ਮੋਬਾਈਲ ਤੇ ਹੁੰਦੇ ਸੀ ਮੋਬਾਈਲ ਤੇ ਬੱਚੇ ਦੇਖਦੇ ਸੀ ਪਰ ਇਹਨਾਂ ਨੇ ਇੱਕ ਚੈਨਲ ਸੈਪਰੇਟ ਐਲਾਨ ਕਰ ਦਿੱਤਾ ਔਰ ਜਿਹੜਾ ਵਿਜ਼ੂਅਲ ਹੈ ਨਾ ਜਦੋਂ ਲੈਸਨ ਡਿਲੀਵਰ ਹੁੰਦੇ ਆ ਜਿਹੜਾ ਵਿਜ਼ੂਅਲ ਹੈ ਜਿਆਦਾ ਬ੍ਰੇਨ ਤੇ ਰਜਿਸਟਰ ਕਰਦਾ ਇਹ ਤੁਹਾਨੂੰ ਉਸੇ ਤਰ੍ਹਾਂ ਪਤਾ ਲੱਗਦਾ ਰੇਡੀਓ ਤਾਂ ਹੈ ਹੀ ਆ ਜਿ ਰੇਡੀਓ ਨਾਲ ਰੇਡੀਓ ਤੇ ਆਵਾਜ਼ ਇਹਦੇ ਵਿੱਚ ਆਵਾਜ਼ ਪਲੱਸ ਵਿਜ਼ੂਅਲ ਵੀਡੀਓ ਸਾਰਾ ਕੁਝ ਹੈ ਜਦੋਂ ਐਗਜ਼ਾਮਪਲ ਕ੍ਰੀਏਟ ਕਰੂਗਾ ਟੀਚਰ ਗਿਆ ਐਗਜ਼ਾਮਪਲ ਤੁਹਾਨੂੰ ਦਿਖਾਉਣੇ ਆ ਦੇ ਵਿੱਚ ਪ੍ਰਿੰਸੀਪਲ ਆ ਜਾਂ ਕੋਈ ਉਹਦੇ ਚ ਲੈਬਾਰਟਰੀ ਦੀ ਹੈਗੀ ਤਾਂ ਬਕਾਇਦਾ ਤੌਰ ਤੇ ਦਿਖਾਉਣ ਦੀ ਜੇ NASA ਦੀ ਗੱਲ ਕਰ ਰਹੇ ਆ NASA ਇਸ ਤਰ੍ਹਾਂ ਦਾ ਜਿਹੜੀ ਉੱਥੇ ਰਿਸਰਚ ਸਟੇਸ਼ਨ ਆ ਅਮਰੀਕਾ ਦਾ ਤਾਂ ਬਕਾਇਦਾ ਤੌਰ ਤੇ ਉਹਦੀ ਵਿਜ਼ੂਅਲ ਆ ਜੂਗੀ ਵੀਡੀਓ ਆ ਜੂਗੀ ਔਰ ਇਹ ਅਵੇਲੇਬਲ ਹੈਗੇ ਆ ਫੇਸਬੁੱਕ ਤੇ ਵੀ ਹੈ ਸਾਰੀ ਜਗ੍ਹਾ ਤੇ YouTube ਤੇ ਵੀ ਹੈ ਔਰ ਇਹ ਜ਼ਿਆਦਾਤਰ ਬੱਚਿਆਂ ਨੇ ਸਿੱਖਣ ਦਾ ਲਰਨ ਜ਼ਿਆਦਾ ਕਰਨ ਦਾ ਵਧੀਆ ਗੱਲ ਹੈਗੇ ਔਰ ਇਹਦੇ ਵਿੱਚ ਜਿਹੜੇ ਪੇਰੈਂਟਸ ਨੇ ਪੜੇ ਲਿਖੇ ਉਹਨਾਂ ਨੇ ਬੜੀ ਤਾਰੀਫ ਕੀਤੀ ਹੈ ਕਿ ਬਹੁਤ ਅੱਛੀ ਗੱਲ ਹੈ ਜੇ CBE ਅਸਿਲੇ ਕੰਮ ਕਰ ਦਿੰਦਾ ਪੰਜਾਬ ਐਜੂਕੇਸ਼ਨ ਬੋਰਡ ਕੋ ਤਾਂ ਜੇ ਇਸ ਤਰ੍ਹਾਂ ਦਾ ਬਜਟ ਨਹੀਂ ਹੈਗਾ ਜਿਹੜੇ CBSE ਆ ਨੇ ਕਰ ਦਿੱਤਾ ਕਿ ਸੈਂਟਰਲ ਬੋਰਡ ਨੇ ਕਿ ਅਸੀਂ ਇਹ ਕਰਨਾ ਚਾਹ ਰਹੇ ਹਾਂ ਕਿ ਲੈਸਨ ਜਿਹੜੇ ਆਉਣਗੇ ਨਵੇਂ ਸਿਲੇਬਸ ਦੇ ਆਗੇ ਨਵੇਂ ਔਰ ਸਿਲੇਬਸ ਦੇ ਅਕੋਰਡਿੰਗ ਜਿਹੜੇ ਉਹਦੇ ਵਿਜ਼ੂਅਲ ਵੀ ਹੋਣੇ ਚਾਹੀਦੇ ਆ ਜਦੋਂ ਟੀਚਰ ਬਲੈਕ ਬੋਰਡ ਤੇ ਪੜਾਉਂਦਾ ਆਧਾਰਨ ਕ੍ਰੀਏਟ ਕਰਦਾ ਚਾਕ ਨਾਲ ਲਿਖਦਾ ਉਹਦੇ ਵਿੱਚ ਬੱਚੇ ਆਧਾਰਨ ਮੰਗਦੇ ਆ ਕਿ ਇਹਦੇ ਪਿੱਛੇ ਕੀ ਹੈਗਾ ਜਿਹੜਾ ਸਿਧਾਂਤ ਪ੍ਰਿੰਸੀਪਲ ਦੱਸ ਰਿਹਾ ਐਕਚੁਅਲੀ ਔਰ ਉਹਦੇ ਬਾਰੇ ਦੱਸਣਾ ਪਊਗਾ ਵੀਡੀਓ ਰਾਈਟ ਔਰ ਇਹ ਬਕਾਇਦਾ ਤੌਰ ਤੇ ਜਿਹੜੀ ਇੱਕ ਬਿਲਕੁਲ ਬੱਚਿਆਂ ਨਾਲ ਜਿਹੜੀ ਸਾਂਝ ਪਾਉਣੀ ਜਾਂ ਸ਼ੇਅਰ ਕਰਨਾ ਬਹੁਤ ਵੱਡੀ ਗੱਲ ਕਿਉਂਕਿ ਇਸ ਵੇਲੇ ਜੋ ਇੱਕ ਕੰਪਿਊਟਰ ਦਾ ਆ ਗਿਆ ਕੰਪਿਊਟਰ ਨਾਲ ਬੱਚੇ ਜ਼ਿਆਦਾ ਸਮਝਦੇ ਆ ਬੱਚੇ ਆਪਣੇ ਆਪਣੇ ਘਰਾਂ 'ਚ ਬੈਠ ਕੇ ਕੰਪਿਊਟਰ ਤੇ ਸਾਰਾ ਕੁਝ ਕਰਦੇ ਆ ਕੰਪਿਊਟਰ ਓਪਰੇਟ ਕਰਨਾ ਬੱਚਿਆਂ ਨੂੰ ਆਉਂਦਾ ਔਰ ਮੋਬਾਈਲ ਨਾਲ ਵੀ ਜਿਹੜੇ ਚੱਲਦੇ ਫਿਰਦੇ ਨੇ ਲੈਸਨ ਲੈ ਸਕਦੇ ਆ ਗੱਡੀ 'ਚ ਬੈਠੇ ਵੀ ਲੈਣਗੇ ਹੈਨਾ ਲੈਪਟਾਪ ਤੇ ਲੈ ਲੈਣਗੇ ਸਾਰੀਆਂ ਉਹਨਾਂ ਚੀਜ਼ਾਂ ਤੇ ਵੇਖਣਗੇ ਔਰ ਬਕਾਇਦਾ ਤੌਰ ਤੇ ਇਹ ਨਾਲ ਦੇਖੋ ਬੱਚੇ ਇੰਟੈਲੀਜੈਂਟ ਜ਼ਿਆਦਾ ਹੋਣਗੇ ਔਰ ਇਹ ਜਿਹੜੀ ਵਿਧੀ ਹੈਗੀ ਹੈ ਬ ਆਪਣੇ ਬਾਅਦ ਚ ਆਈ ਹੈ ਅਮਰੀਕਾ ਕੈਨੇਡਾ ਸਾਰੇ ਦੇਸ਼ਾਂ ਚ ਪਹਿਲਾਂ ਚੱਲ ਰਹੀ ਹੈ ਇਹ ਫਿਰ ਨਕਲੀ ਮਾਰਦੇ ਹਾਂ ਜਿੱਦਾਂ ਮੋਬਾਈਲ ਪਹਿਲਾਂ ਉੱਥੇ ਇਹਨਾਂ ਜਿਆਦਾ ਪਹਿਲਾਂ ਹੋ ਗਏ ਔਰ ਚਾਇਨਾ ਨੇ ਬਣਾ ਕੇ ਬਣਾ ਦਿੱਤੇ ਔਰ ਸਾਰੀ ਜਗ੍ਹਾ ਪਹੁੰਚ ਗਏ ਤੇ ਪੰਜਾਬ ਚ ਤੇ ਇੰਡੀਆ ਚ ਬਾਅਦ ਚ ਆਏ ਤੁਹਾਨੂੰ ਪਤਾ ਨਾ ਸਪਾਈਸ ਦੀ ਜਿਹੜੀ ਕਾਲ ਸੀਗੀ ਇਹ ਇਨਕਮਿੰਗ ਤੇ ਆਊਟ ਗoing ਦੋਹਾਂ ਦੇ ਪੈਸੇ ਲੱਗਦੇ ਸੀ ਹੁਣ ਦੇਖ ਲਓ ਕਮਿਊਨੀਕੇਸ਼ਨ ਇੰਨਾ ਸਸਤਾ ਹੋ ਗਿਆ ਵੱਧ ਤੋਂ ਵੱਧ ਹੋ ਗਿਆ ਵਿਜ਼ੂਅਲ ਮੈਮਰੀ ਆ ਫੋਟੋਗ੍ਰਾਫਿਕ ਮੈਮਰੀ ਸਾਡੀ ਸਭ ਤੋਂ ਜ਼ਿਆਦਾ ਹੁੰਦੀ ਹੈ ਆ ਜੋ 25 30 ਹਜ਼ਾਰ ਸਾਲ ਪੁਰਾਣੀਆਂ ਗੁਫਾਵਾਂ ਨੇ ਉਹਦੇ ਜਿਹੜੀਆਂ ਪੇਂਟਿੰਗਸ ਮਿਲਦੀਆਂ ਨੇ ਉਹ ਵਿਜ਼ੂਅਲ ਮੈਮਰੀ ਹੈ ਔਰ ਵਿਜ਼ੂਅਲ ਮੈਮਰੀ ਤੋਂ ਹੀ ਅੱਖਰ ਪੈਦਾ ਹੁੰਦੇ ਨੇ ਲੈਂਗੁਏਜ ਪੈਦਾ ਹੁੰਦੀ ਹੈ ਇਹ ਸਾਇੰਸ ਕਹਿੰਦੀ ਹੈ ਇਹ ਇਤਿਹਾਸ ਕਹਿੰਦਾ ਹੈ ਨਹੀਂ ਤੁਸੀਂ ਮਨਜੋ ਦਾ ਹੜੱਪਾ ਸਿੰਧੂ ਘਾਟੀ ਦੀ ਸਭਿਤਾ ਜਿਹੜੀ ਸਿਵਲਾਈਜੇਸ਼ਨ ਆਫ ਸਿੰਧੂ ਘਾਟੀ ਪੜ੍ਹ ਕੇ ਦੇਖੋ ਜਾਂ ਵੇਖੋ ਜਿਹੜੇ ਪਰਤ ਤੱਤ ਵਿਭਾਗ ਨੇ ਕੱਢਿਆ ਤੇ ਤਸਵੀਰਾਂ ਨਾਲ ਸੀਗੀ ਲੈਂਗੁਏਜ ਡਿਵੈਲਪ ਨਹੀਂ ਸੀ ਹੋਈ ਤਸਵੀਰਾਂ ਨਾਲ ਸੀ ਜੋ ਕੁਛ ਉਹ ਕਹਿਣਾ ਸੀ ਤਸਵੀਰ ਬਣਦੀ ਸੀਗੀ ਉਹਦੇ ਵਿੱਚ ਤੁਹਾਡੇ ਆ ਜਿਹੜੇ ਮਕਾਨ ਬਣਨੇ ਆ ਇਹਦਾ ਨਕਸ਼ਾ ਇਹਦੀਆਂ ਰੋਡ ਇਹਦੇ ਮੈਪ ਸਾਰਾ ਕੁਝ ਅਜੇ ਵੀ ਮਨਜੋ ਦਾ ਹੜੱਪਾ ਹੈ ਇਹ ਲੜਕਾਣਾ ਜ਼ਿਲ੍ਹਾ ਜਿਹੜਾ ਪਾਕਿਸਤਾਨ ਚ ਉਥੇ ਅਜੇ ਤੱਕ ਪੂਰਾ ਹੈਗਾ ਜਿਹੜੇ ਆਰਕੀਓਲੋਜੀਕਲ ਡਿਪਾਰਟਮੈਂਟ ਨੇ ਉਹਨਾਂ ਨੇ ਵਿੱਚੋਂ ਖਦਾਈ ਕੀਤੀ ਬਹੁਤ ਕੁਝ ਮਿਲਿਆ ਰੋਪੜ ਤੋਂ ਬਹੁਤ ਕੁਝ ਮਿਲਿਆ ਇਹਨਾਂ ਚੀਜ਼ਾਂ ਦੀ ਤਸਵੀਰਾਂ ਹੀ ਹੁੰਦੀਆਂ ਸੀ ਲੈਂਗੁਏਜ ਤੇ ਬਾਅਦ ਵਿੱਚ ਲੈਂਗੁਏਜ ਬਾਅਦ ਵਿੱਚ ਡਵੈਲਪ ਹੋਈ ਹੈ ਤਸਵੀਰਾਂ ਤੋਂ ਡਵੈਲਪ ਹੋਈ ਹੈ ਔਰ ਸਾਡੀ ਫੋਟੋਗ੍ਰਾਫਿਕ ਮੈਮਰੀ ਸਭ ਤੋਂ ਜ਼ਿਆਦਾ ਸਟਰੋਂਗ ਹੈ ਬੱਚੇ ਵੀ ਤਸਵੀਰਾਂ ਤੋਂ ਸਿੱਖਦੇ ਨੇ ਔਰ ਸਾਨੂੰ ਇਤਨੇ ਵੀ ਘਟਨਾ ਕੋਈ ਵਿਜ਼ੂਅਲ ਹੋਏਗਾ ਉਹ ਯਾਦ ਰਹੇਗਾ ਕਈ ਵਾਰ ਅੱਖਰ ਭੁੱਲ ਜਾਂਦੇ ਨੇ ਇਸ ਕਰਕੇ ਜੋ ਵਿਜ਼ੂਅਲ ਮੈਮਰੀ ਸਬ ਤੋਂ ਜ਼ਿਆਦਾ ਸਟਰੋਂਗ ਹੈ ਇਸ ਕਰਕੇ ਟੀਵੀ ਇੱਕ ਵਧੀਆ ਮਾਧਿਅਮ ਹੋ ਸਕਦਾ ਹੈ ਪੜਾਉਣ ਦਾ ਸੋ ਅੱਗੇ ਵਧਦੇ ਆਪਾਂ ਮੋਦੀ ਸਾਹਿਬ ਦੀ ਜ਼ਿੱਦ ਕਾਰਨ ਪਾਛਪਾ ਹਿਮਾਚਲ ਤੇ ਕਰਨਾਟਕ ਵਿੱਚ ਹਾਰ ਗਈ ਹੈ ਇਹ ਗਹਿਲੌਤ ਸਾਹਿਬ ਨੇ ਬੜੀ ਤਗੜੀ ਸਟੇਟਮੈਂਟ ਦਿੱਤੀ ਹੈ ਮੋਦੀ ਸਾਹਿਬ ਦੀ ਜ਼ਿੱਦ ਕੀ ਚੀਜ਼ ਹੈ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਕੀ ਕਿਹਾ ਹੈ ਉਹਨਾਂ ਨੇ ਇਹ ਰੀਸੈਂਟਲੀ ਦੋ ਪ੍ਰਦੇਸ਼ਾਂ ਚ ਜਿਹੜੀਆਂ ਵਿਧਾਨ ਸਭਾ ਦੇ ਚੋਣਾਂ ਹੋਈਆਂ ਉਹ ਜਿੱਤ ਕੌਣ ਗਈ ਆ ਭਾਜਪਾ ਗਈ ਹਾਰ ਉੱਤੇ ਤੇ ਕਾਂਗਰਸ ਜਿੱਤੀ ਆ ਜਿਹੜਾ ਸੁਖਿੰਦਰ ਸੁਖੂ ਜਿਹੜੇ ਮੁੱਖ ਮੰਤਰੀ ਨੇ ਹਮਾਚਲ ਦੇ ਉਹ ਆ ਗਿਆ ਕਰਨਾਟਕਾ ਚ ਵੀ ਹੁਣੇ-ਹੁਣੇ ਉਹਨਾਂ ਨੌਕ ਤੇ ਕਿੰਗ ਸੈਰੇਮਨੀ ਹੋਈ ਆ ਉੱਥੇ ਵੀ ਕਾਂਗਰਸ ਉੱਪਰ ਤੇ ਰਹੀ ਆ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦੇ ਚ ਭਾਰਤ ਜੋੜਾ ਤੇ ਨਿਮਰਤਾ ਦੇ ਨਾਲ ਜਿਹੜਾ ਰਾਹਲ ਗਾਂਧੀ ਨੇ ਲੋਕਾਂ ਤੱਕ ਪਹੁੰਚ ਕੀਤੀ ਆ ਉਹਦਾ ਵੀ ਬੜਾ ਇਹ ਸਿੱਟਾ ਉਹਦਾ ਹੈਗਾ ਉਹਦਾ ਸਿਹਰਾ ਉਹਨਾਂ ਨੇ ਕਿਹਾ ਕਿ ਰਾਹਲ ਗਾਂਧੀ ਨੂੰ ਜਾਂਦਾ ਔਰ ਦੂਜੇ ਪਾਸੇ ਕੰਪੈਰੀਟਿਵਲੀ ਕੀ ਆ ਕਿ ਜਿਹੜੀ ਆਪਣੇ ਬੀਜੇਪੀ ਦੇ ਨੇਤਾ ਆ ਮੋਦੀ ਸਾਹਿਬ ਨੇ ਉਹਨਾਂ ਦਾ ਅੜਿਆਲ ਰਵਈਆ ਔਰ ਉਹਨਾਂ ਦੀ ਜਿੱਦ ਨੇ ਇਹ ਦੋਹਾਂ ਦੇਸ਼ਾਂ 'ਚੋਂ ਆਪਣੀ ਤਾਕਤ ਗਵਾ ਦਿੱਤੀ ਜਿੱਦੇ ਚਨਨ ਨੇ ਕਹੇ ਸੀ ਹਿਮਾਚਲ 'ਚ ਉਹਨਾਂ ਨੇ ਪਹਿਲਾਂ ਕਿ ਆ 올ਡ ਪੈਨਸ਼ਨ ਜਿਹੜੀ ਕਰਮਚਾਰੀ ਨੂੰ ਦੇਣੀ ਹੈ ਨਾ ਉਹਦੇ ਤੇ ਪੂਰੀ ਕਰ ਦਿੱਤੀ ਜਾਵੇ ਪਹਿਲਾਂ ਇਹਨਾਂ ਦੇ ਐਲਾਨਨਾਮੇ ਸੀਗੇ ਉਹਦੇ ਚ ਮੈਨੀਫੈਸਟੋ ਵਿੱਚ ਵੀ ਸੀ ਮੁੜ ਕੇ ਮੁੱਕਰ ਗਏ ਉਹ ਲੋਕ ਉਹਦੇ ਅਗੇਂਸਟ ਹੋ ਗਏ ਟੋਟਲ ਕਰਮਚਾਰੀ ਸਾਰੇ ਦੇ ਸਾਰੇ ਗਰੀਬੀ ਹਟਾਓ ਦਦਾਨ ਕਿ ਆਪੇ ਹਮਾਦਰ ਤੋਂ ਕੋਈ ਗਰੀਬ ਨਹੀਂ ਰੋਗਾ ਛੱਤ ਸਾਰਿਆਂ ਨੂੰ ਚੋਗੀ ਸਾਰਿਆਂ ਨੂੰ ਸੜਕਾਂ ਦਿੱਤੀਆਂ ਜਾਣਗੀਆਂ ਐਜੂਕੇਸ਼ਨਲੀ ਸਕੂਲ ਮਹਈਆ ਕਿੱਥੇ ਜਾਣਗੇ ਹੋਇਆ ਡੱਕਾ ਨਹੀਂ ਉੱਤੇ ਉਹ ਲੋਕ ਪਿੱਛੇ हट ਗਏ ਲੋਕਾਂ ਨੇ ਚਾਹੇ ਤਨ ਉਹ ਤੇ ਬਿਹਤਰ ਕਾਂਗਰਸ ਹੈ ਜਿਸ ਤਰ੍ਹਾਂ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਨੂੰ ਖੁੰਝੇ ਲਾ ਕੇ ਆਪ ਆ ਗਈ ਇਹੀ ਹਾਲ ਹੁਣ ਬਾਕੀ ਸੂਬਿਆਂ 'ਚ ਹੋ ਰਿਹਾ ਰਾਹਲ ਗਾਂਧੀ ਨੇ ਅਮਰੀਕਾ 'ਚ ਕਹਿ ਦਿੱਤਾ ਕਿ ਆਉਣ ਵਾਲਾ ਸਮਾਂ ਦੱਸੂਗਾ ਕਿ ਅਸੀਂ ਕਿਹੜੇ-ਕਿਹੜੇ ਸੂਬਿਆਂ 'ਚ ਫਿਰ ਜਿੱਤ ਪ੍ਰਾਪਤ ਕਰਦੇ ਹਾਂ ਸੰਕੇਤਕੀ ਦਾ ਹੈਗਾ 2024 ਦਾ ਉਹਨਾਂ ਨੇ ਕਹਤਾ ਕਿ ਸਾਡੇ ਆਉਣ ਵਾਲੇ ਪ੍ਰਧਾਨ ਮੰਤਰੀ ਸ਼ਾਇਦ ਖੜਕੇ ਸਾਹਿਬ ਹੀ ਹੋਣ ਇਹ ਦੇਖੋ ਕਿ ਕਿਹੜੇ ਕਿਹੜੇ ਵੱਡੇ ਵੱਡੇ ਆਗੂਆਂ ਦਾ ਨਾਂ ਮਿਲਦੇ ਖੜਕੇ ਸਾਹਿਬ ਨੂੰ ਲੈ ਕੇ ਦਲਿਤ ਕਾਰਡ ਖੇਡਣਾ ਚਾਹੁੰਦੀ ਹੈ ਕਾਂਗਰਸ ਔਰ ਕਾਂਗਰਸ ਦੇ ਦਿਮਾਗ 'ਚ ਇਹ ਹੈ ਕਿ ਦਲਿਤ ਕਾਰਡ ਖੇਡਾਂਗੇ ਤਾਂ ਹੋ ਸਕਦਾ ਜਿੱਤ ਸਾਡੀ ਚੋੜੀ ਪੈ ਜਾਵੇ ਵੋਟ ਬੈਂਕ ਜਿਹੜਾ ਇਹ ਲੈਗਾ ਦਲਿਤ ਦੀ ਜਿਹੜਾ ਬੀਜੇਪੀ ਲੈ ਰਿਆ ਨਾ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਵੋਟ ਬੈਂਕ ਦਲਿਤ ਕੋਲ ਹੈਗਾ ਔਰ ਉਹਦੇ ਵਿੱਚ ਜਿਹੜਾ ਹਿੰਦੂਤਾ ਵੋਟ ਹੈਗੀ ਹੈ ਕੱਟ ਹੈਗੀ ਹੈ ਬਾਕੀ ਬਹੁਤ ਜਿਹੜੀਆਂ ਘਟ ਗਿਣਤੀਆਂ ਉਹ ਤਾਂ ਬਿਲਕੁਲ ਥੋੜੀਆਂ ਹੈਗੀਆਂ ਮੁਸਲਮਾਨ ਸਿੱਖ ਸਾਈ ਬੋਧੀ ਜੈਨੀ ਇਹ ਘਟ ਹੈਗੇ ਬਹੁਤ ਇਹਨਾਂ ਕੋਲ ਹੈਗਾ ਔਰ ਜੇ ਅੱਜ ਕੀ ਇਹਨਾਂ ਨੇ ਕਾਂਗਰਸ ਨੇ ਇਹਨਾਂ ਨਾਲ ਵੋਟ ਬੈਂਕ ਨੂੰ ਖੁਸ਼ ਕਰ ਲਿਆ ਗਲਤ ਵੋਟ ਇਹਨਾਂ ਕੋ ਆ ਗਈ ਔਰ ਮੰਨ ਲਓ ਇਹ ਫਿਰ ਅਗਲੇ ਪਾਸੇ ਉਹ ਪੜਲ ਬਣਾ ਰਹੀ ਹੈ ਆਪਣੀ ਆਉਣ ਵਾਲੀ ਸਰਕਾਰ ਦਾ ਇਹ ਜਿਹੜਾ ਸ਼ਬਦ ਹੈ ਨਾ ਮੋਦੀ ਦੀ ਜ਼ਿੱਦ ਇੱਕ ਤਾਂ ਹੁੰਦਾ ਰਾਜ ਹਟ ਇਕ ਹੁੰਦਾ ਬਾਲ ਹਟ ਇੱਕ ਬੱਚੇ ਜਿਹੜੇ ਨੇ ਉਹ ਜ਼ਿੱਦ ਫੜ ਕੇ ਬਹਿ ਜਾਣ ਉਹ ਮਨਾਉਣੇ ਬੜੇ ਮੁਸ਼ਕਲ ਨੇ ਇਹ ਜਿਹੜਾ ਰਾਜ ਹਟ ਹੈ ਇਹਦੇ ਚ ਅਹੰਕਾਰ ਮਿਕਸ ਹੁੰਦਾ ਜੇ ਕਿਤੇ ਇਹ ਅਪਲਾਈ ਕਰਨਾ ਸ਼ੁਰੂ ਕਰਦੇ ਤੁਸੀਂ ਰਾਜ ਹਟ ਨੂੰ ਇਹ ਬਹੁਤ ਨੁਕਸਾਨ ਕਰਦਾ ਕਿਉਂਕਿ ਇਹਦੇ ਚ ਅਹੰਕਾਰ ਸ਼ਾਮਿਲ ਹੁੰਦਾ ਹੈ ਇਹਦੇ ਚ ਬਾਰ ਬਾਰ ਤੁਸੀਂ ਕਹੋਗੇ ਕਿ ਮੇਰੀ ਈਗੋ ਹਰਟ ਹੋ ਗਈ ਮੈਂ ਇੱਕ ਕਦਮ ਪਿੱਛੇ ਨਹੀਂ ਜੋਕਾਂਗਾ ਇੱਕਦਮ ਪਿੱਛੇ ਨਹੀਂ ਰੱਖਾਂਗਾ ਕਿਉਂਕਿ ਈਗੋ ਹਰਟ ਹੁੰਦੀ ਹੈ ਮੇਰੀ ਇੱਜ਼ਤ ਉੱਤੇ ਪ੍ਰੈਸਟਿਜ ਉੱਤੇ ਗੱਲ ਬਣਾ ਕੇ ਬਹਿ ਜਾਂਦਾ ਮੈਂ ਕਹਾਂ ਕਿ ਆਪ ਹੀ ਕੰਮ ਕਰਦੇ ਜੋ ਕਰਦੇ ਆ ਜਿਹੜਾ ਇਹਨਾਂ ਨੂੰ ਚੰਗਾ ਲੱਗਦਾ ਇਹ ਨਹੀਂ ਦੇਖਦੇ ਵੀ ਇਹ ਲੋਕਾਂ ਨੂੰ ਬੁਰਾ ਤਿਲ ਲੱਗੇਗਾ ਜਿਹੜੇ ਮੈਂ ਕੰਮ ਕਰ ਰਿਹਾ ਜਿਹੜਾ ਡਿਸੀਜਨ ਲੈ ਲਿਆ ਲੋਕ ਕੀ ਕਹਿਣਗੇ ਇਹ ਦੇਸ਼ ਦੇ ਹੱਕੇ 'ਚ ਹੈ ਜਨਤਾ ਦੇ ਹੱਕੇ 'ਚ ਹੈ ਇਹ ਦੇਖਣਾ ਜ਼ਰੂਰੀ ਹੁੰਦਾ ਇਹ ਨਹੀਂ ਕਿ ਜੋ ਮੈਂ ਕਹਿ ਦਿੱਤਾ ਉਹ ਹੀ ਹੋਣਾ ਮੈਂ ਇੱਕ ਕਦਮ ਪਿੱਛੇ ਨਹੀਂ ਹਟਾਂਗਾ ਇਹ ਗੱਲ ਗਲਤ ਹੈ ਇਹ ਰਾਜ ਹਟ ਹੈ ਇਹ ਅਹੰਕਾਰ ਦੀ ਨਿਸ਼ਾਨੀ ਹੈ ਇਹ ਇਦਾਂ ਹੀ ਸਾਰੇ ਮਾਹਿਰ ਮੰਦ ਦੇ ਇਸੇ ਨੀਤੀ ਦਾ ਜਿਹੜਾ ਕਾਟਾ ਖਾਦਾ ਇੰਦਰਾ ਗਾਂਧੀ ਦਾ ਵੇਹੀ ਸੀਗਾ ਬਿਲਕੁਲ ਅਮਰਜੈਂਸੀ ਲਾਈ ਔਰ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਔਰ ਉਹਦੇ ਵਿੱਚ ਦੇਖੋ ਪੂਰੇ ਦਾ ਪੂਰਾ ਪਰਿਵਾਰ ਪੂਰੇ ਦਾ ਪੂਰਾ ਖਾਨਦਾਨ ਹੀ ਖਤਮ ਕਰਕੇ ਬੈਠ ਗਈ ਔਰ ਇਹ ਇਹ ਹੁੰਦੀ ਜਿੱਦ ਔਰਤ ਦੀ ਵੀ ਜਿੱਦ ਬਹੁਤ ਹੁੰਦੀ ਹੈ ਤੇ ਬੰਦੇ ਦੀ ਜਿੱਦ ਵੀ ਬਹੁਤ ਹੁੰਦੀ ਹੈ ਔਰ ਦੋਨੇ ਜਿੱਦਾਂ ਜਿਹੜੀਆਂ ਹੈਗੀਆਂ ਨੁਕਸਾਨ ਪਹੁੰਚਾਉਂਦੀਆਂ ਲੋਕਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਤੇ ਬਾਲ ਹੱਟ ਜਿਹੜਾ ਹੈ ਨਾ ਬਚਪਨਾ ਦਾ ਹੱਟ ਬੱਚਿਆਂ ਦਾ ਹੱਟ ਉਹ ਬੜੀ ਕਮਾਲ ਦੀ ਇੱਕ ਛੋਟੀ ਜੀ ਕਹਾਣੀ ਹੈ ਕਿ ਅਕ ਆਪਣੇ ਦਰਬਾਰ ਦੇ ਵਿੱਚ ਬੀਰਬਲ ਨੂੰ ਰੱਖਿਆ ਹੋਇਆ ਹੈ ਮੰਤਰੀ ਤੇ ਬੀਰਬਲ देर ਨਾਲ ਪਹੁੰਚਿਆ ਇੱਕ ਦਿਨ ਤੇ ਅਕਬਰ ਕਹਿੰਦਾ ਵੀ ਕੀ ਗੱਲ ਹੋ ਗਈ ਕਹਿੰਦਾ ਮੇਰਾ ਛੋਟਾ ਜਿਹਾ ਬੱਚਾ ਹੈ ਨਾ ਉਹ ਜ਼ਿੱਦ ਕਰਦਾ ਸੀ ਮੈਂ ਦਰਬਾਰ ਚ ਨਾਲ ਜਾਣਾ ਹੈ ਤੇ ਇਸ ਕਰਕੇ ਉਹਨੂੰ ਮਨਾਉਂਦਾ ਮਨਾਉਂਦਾ ਮੈਨੂੰ ਦੇਰ ਹੋ ਗਈ ਕਹਿੰਦਾ ਯਾਰ ਬੱਚੇ ਨੂੰ ਮਨਾਣਾ ਮੁਸ਼ਕਲ ਹੈ ਹਾਂ ਤੋ ਕੱਲ ਨੂੰ ਬੱਚੇ ਨੂੰ ਨਾਲ ਲੈ ਕੇ ਆਈਂ ਆਪਣੇ ਪੁੱਤਰ ਨੂੰ ਮੈਂ ਤੈਨੂੰ ਦੱਸੂਗਾ ਕਿੱਦਾਂ ਬੱਚੇ ਨੂੰ ਮਨਾਇਆ ਜਾਂਦਾ ਕਹਿੰਦਾ ਠੀਕ ਹੈ ਜੀ ਹੂੰ ਅਗਲੇ ਦਿਨਾਂ ਬੀਰਬਲ ਲੈ ਕੇ ਆਪਣੇ ਪੁੱਤਰ ਨੂੰ ਪਹੁੰਚ ਗਿਆ ਅਕਬਰ ਦੇ ਦਰਵਾਜ਼ੇ ਤੇ ਅਕਬਰ ਨੇ ਉਹਨੂੰ ਗੋਦੀ ਬਿਠਾਇਆ ਹਾਂ ਮੇਰਾ ਬੇਟਾ ਕੀ ਕਹਿੰਦਾ ਇਹ ਖਾਣਾ ਲੈ ਆਓ ਬਈ ਖਟਾਉਣੇ ਚਾਹੀਦੇ ਨੇ ਲੈ ਆਓ ਬਈ ਇਹ ਚਾਹੀਦਾ ਉਹ ਚਾਹੀਦਾ ਫਿਰ ਪੂਰੇ ਮੈਲ ਚ ਤੁਰਿਆ ਫਰੇ ਸੈਰ ਕਰਦਾ ਕਿ ਤੋ ਡੱਬਾ ਚੁੱਕ ਕੇ ਲੈ ਕੇ ਆ ਗਿਆ ਹਾਂ ਡੱਬਾ ਕੋਲ ਰੱਖ ਕੇ ਚਲਾ ਗਿਆ ਅਕਬਰ ਦੇ ਫਿਰ ਕਹਿੰਦਾ ਮੈਂ ਹਾਥੀ ਤੇ ਚੜਨਾ ਉਹਨੂੰ ਹਾਥੀ ਤੇ ਚੜਾਤਾ ਫਿਰ ਆ ਗਿਆ ਹਾਥੀ ਨੂੰ ਨਾਲ ਲੈ ਕੇ ਕਹਿੰਦਾ ਹੁਣ ਇਹ ਡੱਬੇ ਚ ਨਾ ਹਾਥੀ ਨੂੰ ਬੰਦ ਕਰੋ ਹਾਂ ਬੱਚੇ ਦੀ ਉਹ ਸਮਝਾਈ ਜਾਵੇ ਕੋਈ ਨਹੀਂ ਹੁੰਦਾ ਕਹਿੰਦਾ ਨਹੀਂ ਬੰਦ ਕਰੋ ਵੀਰ ਬਾਲ ਕਹਿੰਦਾ ਹੁਣ ਸਮਝਾ ਦਿਵੋ ਇਹ ਹੈਗਾ ਬਾਲ ਹਟ ਬਾਲ ਹਟ ਸੋ ਇਹ ਤਾਂ ਬੱਚੇ ਨੂੰ ਸਮਝਾਇਆ ਜਾ ਸਕਦਾ ਹੈ ਪਰ ਜੇ ਬਾਲ ਹਟ ਰਾਜ ਹਟ ਦਾ ਰੂਪ ਧਾਰਨ ਕਰ ਲਵੇ ਕਿ ਇਹ ਹੁਣ ਰਾਜ ਹਟ ਵਿੱਚ ਵੀ ਕਿਹਾ ਜਾਵੇ ਕਿ ਡੱਬੇ ਦੇ ਅੰਦਰ ਹਾਥੀ ਨੂੰ ਬੰਦ ਕਰੋ ਨਹੀਂ ਤਾਂ ਸਭ ਤਬਾਹੀ ਮੈਂ ਪਿੱਛੇ ਨਹੀਂ ਹਟਾਂਗਾ ਆਪਣੀ ਗੱਲ ਤੋਂ ਉੱਥੇ ਜਾ ਕੇ ਮੁਸ਼ਕਿਲ ਖੜੀ ਹੋ ਜਾਂਦੀ ਹੈ ਵੈਸੇ ਬੱਚਾ ਅਨਜਾਨ ਹੁੰਦਾ ਇਨੋਸੈਂਟ ਹੁੰਦਾ ਉਹਨੂੰ ਨਹੀਂ ਨਾ ਪਤਾ ਦਾ ਪਰ ਜਿਹੜਾ ਆਪ ਉਦਰੀਆ ਵੱਡਾ ਬੰਦਾ ਕਰਦਾ ਸਾਰੀਆਂ ਚੀਜ਼ਾਂ ਦਾ ਜਾਣੀ-ਜਾਣਾ ਔਰ ਉਹਦੇ ਕੋਈ ਗਲਤ ਚੀਜ਼ਾਂ ਹੋ ਜਾਣ ਉੱਥੇ ਲੋਕ ਜ਼ਿਆਦਾ ਨੁਕਸਾਨ ਵੀ ਭੁਗਤਦੇ ਆ ਤੇ ਲੋਕ ਫਿਰ ਮੁਆਫੀ ਨਹੀਂ ਕਰਦੇ ਇਹ ਗੱਲਾਂ ਹੁਣ ਦੇਖੋ ਬਲਕਾਰ ਜੀ ਜ਼ਿੱਦ ਦੀ ਗੱਲ ਹੈ ਇਹ ਵੀ ਇੱਕ ਜ਼ਿੱਦ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਕਹਿੰਦਾ ਹੁਣ ਸਾਨੂੰ ਵੀ ਆਪਣਾ ਹਿੱਸਾ ਚਾਹੀਦਾ ਹੈ ਪਹਿਲਾਂ ਪੰਜਾਬ ਯੂਨੀਵਰਸਿਟੀ ਨਾਲੋਂ ਆਪਣੇ ਕਾਲਜ ਅਲੱਗ ਕਰ ਲਏ ਹੁਣ ਕਹਿੰਦੇ ਨੇ ਮੁਲਕ ਕੇ ਐਫੀਲੀਏਟ ਕਰੋ ਮਨਜ਼ੂਰਸ਼ੁਦਾ ਕਰੋ ਔਰ ਸੀਐਮ ਮਾਨ ਕਹਿੰਦੇ ਨੇ ਕਿ ਨਹੀਂ ਅਸੀਂ ਨਹੀਂ ਦੇਣੀ ਮਨਜ਼ੂਰੀ ਤੁਹਾਡੇ ਕਾਲਜਾਂ ਨੂੰ ਔਰ ਸਾਡੇ ਗਵਰਨਰ ਸਾਹਿਬ ਨੇ ਮੀਟਿੰਗ ਵੀ ਬੁਲਾਈ ਹੈ ਜਦੇ ਵਿੱਚ ਦੋਵੇਂ ਸਟੇਟ ਦੇ ਹਰਿਆਣਾ ਤੇ ਪੰਜਾਬ ਦੇ ਸੀਐਮ ਵੀ ਆਏ ਤੇ ਉਹਨਾਂ ਦੀ ਕੋਈ ਸਹਿਮਤੀ ਨਹੀਂ ਬਣੀ ਆਪਸੀ ਟਕਰਾਵ ਸ਼ੁਰੂ ਹੋ ਗਿਆ ਜਦੋਂ ਵੰਡ ਵੰਡਾਈ ਹੋ ਜਾਂਦੀ ਐ ਨਾ ਉਦੋਂ ਬਾਅਦ ਚ ਉੱਤੇ ਹਿੱਸਾ ਰੱਖਣਾ ਬਹੁਤ ਮਾੜੀ ਗੱਲ ਐ ਤਾਂ ਬਹੁਤ ਖੁਸ਼ੀ ਦੀ ਗੱਲ ਐ ਜਿਸ ਤਰ੍ਹਾਂ ਪਾਕਿਸਤਾਨ ਵਾਲਾ ਜਦੋਂ ਅਣਵੰਡਿਆ ਪੰਜਾਬ ਸੀਗਾ ਲਾਹੌਰ ਦੇ ਵਿੱਚ ਬਹੁਤ ਲੋਕ ਪੜੇ ਨੇ ਐਫਏ ਵਗੈਰਾ ਤੋਂ ਕਿਬਾਲ ਸਾਹਿਬ ਉੱਥੇ ਹੀ ਪੜ ਕੇ ਆਏ ਐ ਔਰ ਬਹੁਤ ਲੋਕ ਉਥੋਂ ਪੜ ਕੇ ਨਿਕਲੇ ਆ ਡਾਕਟਰ ਹਰਮਨ ਸਿੰਘ ਵੀ ਲਾਹੌਰ ਤੋਂ ਪੜ ਕੇ ਆਏ ਔਰ ਉੱਥੇ ਉਹਨਾਂ ਪਿੰਡਾਂ ਚੋਂ ਪੜ ਕੇ ਆਏ ਐ ਇਹਨਾਂ ਦਾ ਜੀ ਰਿਕਾਰਡ ਉੱਥੇ ਬੋਲਦਾ ਤੇ ਜੇ ਕਹੋ ਜੀ ਅੱਜ ਯੂਨੀਵਰਸਿਟੀ ਉਹ ਤੇ ਇੱਜ਼ਤ ਆ ਸਾਡੇ ਮੁੰਡੇ ਉੱਥੇ ਪੜਨ ਖਾਲਸਾ ਕਾਲਜ ਜਿਹੜਾ 1919 ਚ ਬਣਿਆ ਅੰਮ੍ਰਿਤਸਰ ਵਾਲਾ ਇਹਦੇ ਵਿੱਚ ਵੀ ਮੁਸਲਮਾਨ ਬਹੁਤ ਲੋਕ ਪੜਦੇ ਰਹੇ ਔਰ ਇਹ ਥੋੜਾ ਕਹਣਗੇ ਕਿ ਸਾਡੀਆਂ ਡਿਗਰੀ ਉੱਥੇ ਆਰ ਅਸੀਂ ਉੱਥੇ ਪੜਨਾ ਉੱਥੇ ਜੌਬ ਕਰਨੀ ਔਰ ਸਾਨੂੰ ਹਿੱਸਾ ਦਿੱਤਾ ਜਾਵੇ ਇਹ ਗੱਲਾਂ ਕਦੀ ਹੁੰਦੀ ਆ ਵਿਦਿਆ ਵੈਸੇ ਨਹੀਂ ਵੰਡੀ ਜਾਂਦੀ ਪਰ ਵਿਦਿਆ ਵੰਡੀ ਜਦੋਂ ਇਹਨਾਂ ਹੈਗੇ 1970 ਦੀ ਗੱਲ ਆ ਜਦੋਂ ਬੰਸੀ ਲਾਲ ਨੇ ਇਹ ਕਹਿਤਾ ਕਿ ਸਾਡਾ ਕੋਈ ਹਿੱਸਾ ਨਹੀਂ ਅਸੀਂ ਨਾ ਗ੍ਰਾਂਟ ਦੇਵਾਂਗੇ ਨਾ ਇਹਦੇ ਵਿੱਚ ਬੱਚੇ ਪੜਾਵਾਂਗੇ ਨਾ ਇਹ ਕੋਈ ਸਾਡੇ ਨਾਲ ਪਾਰਟਨਰ ਪਾਰਸਲ ਹੋਗਾ ਉਦੋਂ ਬਾਅਦ ਇਹ ਵੱਖਰਾ ਹੋ ਗਿਆ प्रकाशक बादल साहब ने वन्ना ਨਾਲ ਕਿਹਾ ਕਿ ਤੁਸੀਂ ਮਨ ਬਣਾਈ ਦੇ ਵਿੱਚ এডਿਕੇਸ਼ਨ ਆ ਵੰਡੋ ਪਰ ਇਹ ਉਹ ਵੰਡ ਕੇ ਬੈਠ ਗਏ ਹੁਣ ਜਿਹੜਾ ਵਾ ਖੱਟਰ ਸਾਹਿਬ ਨੇ ਗੱਲ ਕੀਤੀ ਹੈ ਮੀਟਿੰਗ ਹੋਈ ਆ ਪਿਛਲੇ ਇਸ ਸਨੇਚਰਵਾਰ ਮਾਨ ਸਾਹਿਬ ਉਹਦੇ ਨਾਲ ਸੀਗੇ ਮੁੱਖ ਮੰਤਰੀ ਔਰ ਬਾਕੀ ਵੀ এডਿਕੇਸ਼ਨਿਸਟ ਬਾਤ ਗਏ ਔਰ ਇਹਨਾਂ ਨੇ ਕਹਤਾ ਵੀ ਨਹੀਂ ਉਹਨਾਂ ਵਾਲੇ ਸਮੇਂ ਚ ਕੋਈ ਵੀ ਇਦਾਂ ਦਾ ਹਿੱਸਾ ਨਹੀਂ ਦੇਵਾਂਗੇ ਪੰਜਾਬ ਯੂਨੀਵਰਸਿਟੀ ਚ ਰਹੀ ਗੱਲ ਉਥੋਂ ਦੇ ਅਫੀਲੀਏਸ਼ਨ ਕਾਲਜਸ ਦੀ ਉਹਨਾਂ ਨੇ ਵੀ ਕਹਤਾ ਕਿ ਕਾਲਜ ਜਿਹੜੇ ਫਲੀਟਡ ਨਹੀਂ ਹੋਣਗੇ ਦੇ ਨਾਲ ਮਾਨ ਨੇ ਕਹਤਾ ਕਿ ਨਹੀਂ ਜਿਹੜੇ ਪ੍ਰੋਫੈਸਰ ਤਾਂ ਪੜਾਉਣਗੇ ਜੋ ਕੁਛ ਹੈਗਾ ਉੱਥੇ ਦੇ ਉੱਥੇ ਰਹਿਣਗੇ ਕੋਈ ਰੇਸ਼ਿਓ ਇਦਾਂ ਦੀ ਨਹੀਂ ਹੋਗੀ এডਿਕੇਸ਼ਨ ਦਾ ਪੰਜਾਬੀ ਦਾ ਰੋਲਾ ਪਿਆ ਕੇ ਪੰਜਾਬੀ ਫਿਰ ਬਹਾਲ ਹੋ ਗਈ ਉਸੇ ਉਸੇ ਸਿਲੇਬਸ 'ਚ ਆ ਗਿਆ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਕਿਹਾ ਸੀ ਇਹ ਸਾਡੇ ਆਪਣੀ ਜਿਹੜੇ ਉੱਥੇ ਰੀਡਰ ਨੇ ਜਾਂ ਵਾਈਸ ਚਾਂਸਰ ਇਹਨਾਂ ਦੀ ਗਲਤੀ ਸੀਗੀ ਇਹਨਾਂ ਨੇ ਉੱਥੇ ਕੱਟ ਲਾਤਾ ਸੀਗਾ ਔਰ ਪੰਜਾਬੀ ਦੇ ਵਿੱਚ ਤੇ ਹੁਣ ਜਿਹੜੇ ਜੌਬ ਮਿਲੀ ਆ ਉਹ ਜੌਬ ਦੇ ਵਿੱਚ ਹੀ ਪੰਜਾਬੀ ਦੇ ਵਿੱਚ ਜਿਹੜੇ 38% ਫੇਲ ਹੋ ਗਏ ਪੰਜਾਬੀ 'ਚ ਮੁੰਡੇ ਜਿਹੜੀਆਂ ਜੌਬ ਦਾ ਕੰਪੀਟੀਸ਼ਨ ਆਇਆ ਸੀਗਾ ਔਰ ਇਸੇ ਕਰਕੇ ਹੁੰਦਾ ਕਿ ਜੇ ਤੁਸੀਂ ਮਾਤ ਪਾਸ਼ਾ ਪੜਨੇ ਨਹੀਂ ਜੇ ਤੁਸੀਂ ਉਹਦੇ ਵਿੱਚ ਲੋਕਾਂ ਨਾਲ ਮਿਲ ਕੇ ਚੱਲਣਾ ਨਹੀਂਗਾ ਉਹ ਹੁਣ ਹਰਿਆਣਾ ਦੀ ਇਹ ਗਲਤ ਪਾਲਿਸੀ ਕੀ ਹੈ ਸਾਨੂੰ ਇਦਾਂ ਦਾ ਹਿੱਸਾ ਦੇ ਦੇ ਬਿਲਕੁਲ ਹਿੱਸਾ ਦਿਓ ਔਰ ਕਿਤੇ ਨਾ ਕਿਤੇ ਇਹ ਵੀ ਗੱਲ ਹੁੰਦੀ ਹੈ ਕਿ ਸੈਂਟਰ ਦੇ ਵਿੱਚ ਬੀਜੇਪੀ ਬੈਠੀ ਹੈ ਔਰ ਹਰਿਆਣਾ ਦੇ ਵਿੱਚ ਵੀ ਬੀਜੇਪੀ ਬੈਠੀ ਹੈ ਤਾਂ ਇਸ ਕਰਕੇ ਉਹ ਲਾਭ ਲੈਣਾ ਚਾਹੁੰਦੇ ਨੇ ਔਰ ਡਬਲ ਇੰਜਨ ਸਰਕਾਰ ਤੇ ਪਹਿਲੇ ਗੱਲ ਹੁੰਦੀ ਰਹਿੰਦੀ ਹੈ ਔਰ ਪੰਜਾਬ ਦੇ ਵਿੱਚ ਡਬਲ ਇੰਜਨ ਸਰਕਾਰ ਹੈ ਨਹੀਂ ਇੱਥੇ ਤੇ ਬੈਠੀ ਹੈ ਆਮ ਆਦਮੀ ਪਾਰਟੀ ਹੁਣ ਗੱਲ ਇਹ ਮੁੱਕਦੀ ਹੈ ਕਿ ਪੰਜਾਬ ਨੂੰ ਕੰਮ ਕਰਨ ਦੇਣਾ ਹੈ ਕਿ ਨਹੀਂ ਕਰਨ ਦੇਣਾ ਪੰਜਾਬ ਨੂੰ ਚੱਲਣ ਦੇਣਾ ਹੈ ਕਿ ਨਹੀਂ ਚੱਲਣ ਦੇਣਾ ਕਿਤੇ ਤੁਸੀਂ ਉਹ ਜਿਹੜਾ ਕਰਜ਼ਾ ਲੈਣਾ ਉਹਦੀ ਸੀਲਿੰਗ ਫਿਕਸ ਕਰ ਦਿੱਤੀ ਇਸ ਤੋਂ ਬਾਅਦ ਤੁਸੀਂ ਕਰਜ਼ਾ ਨਹੀਂ ਲੈ ਸਕਦੇ ਇੰਨੇ ਜ਼ਿਆਦਾ ਕਰਜ਼ੇ ਚੜੇ ਹੋਏ ਨੇ ਔਰ ਪੰਜਾਬ ਦੇ ਕੋਲ ਕੋਈ ਸਮੁੰਦਰੀ ਤੱਟ ਨਹੀਂ ਹੈਗਾ ਕਿ ਇੱਥੇ ਸਮੁੰਦਰੀ ਜਹਾਜ਼ ਵਪਾਰ ਵਾਸਤੇ ਆ ਸਕਣ ਸਾਡੇ ਕੋਲ ਰੇਲਵੇ ਬਚਦੀ ਹੈ ਤਾਂ ਦੂਸਰੀ ਬਚਦੀ ਹੈ ਸੜਕਾ ਆਵਾਜਾਈ ਜਿਸ ਨਾਲ ਵਪਾਰੀ bizness ਕਰ ਸਕਦੇ ਨੇ ਹੁਣ ਜਾ ਕੇ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਤੋਂ ਵਿਦੇਸ਼ਾਂ ਵਾਸਤੇ ਉਡਾਣਾ ਸ਼ੁਰੂ ਹੋਣੀਆਂ ਨੇ ਦੇਖੋ ਵਪਾਰੀ ਕਿੰਨਾ ਫਾਇਦਾ ਲੈ ਸਕਦੇ ਨੇ ਇਨਵੈਸਟਰਸ ਸਾਡੇ ਕੋਲ ਨਹੀਂ ਹੈਗੇ ਐਗਰੀਕਲਚਰ ਦਾ ਸਾਡਾ ਬੁਰਾ ਹਾਲ ਹੈ ਇੰਡਸਟਰੀ ਪੰਜਾਬ ਦੇ ਵਿੱਚ ਨਹੀਂ ਹੈਗੀ 50 ਕਿਲੋਮੀਟਰ ਦਾ ਇਲਾਕਾ BSF ਕੋਲ ਚਲਾ ਗਿਆ ਠੀਕ ਹੈ ਔਰ ਉਸ ਤੋਂ ਇਲਾਵਾ ਹਜ਼ਾਰਾਂ ਕਰੋੜ ਦਾ ਸਾਡੇ ਉੱਤੇ ਕਰਜ਼ਾ ਹੈ ਸੋ ਸਾਹ ਲੈਣਾ ਵੀ ਮੁਸ਼ਕਲ ਹੋਇਆ ਹੋਇਆ ਇਸ ਵੇਲੇ ਔਰ ਨਿਤ 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 ਨਵੇਂ ਮੁੱਦੇ ਹਾਈ ਕੋਰਟ ਦਾ ਮੁੱਦਾ ਆ ਗਿਆ ਸੀ ਵਿਧਾਨ ਸਭਾ ਦਾ ਮੁੱਦਾ ਆ ਗਿਆ ਸਾਨੂੰ ਜਗ੍ਹਾ ਦੇ ਵਿਧਾਨ ਸਭਾ ਦੀ ਪਾਣੀਆਂ ਦਾ ਮੁੱਦਾ ਐਸਵਾ ਪਾਣੀਆਂ ਦਾ ਮੁੱਦਾ ਪਾਖੜਾ ਟਾਈਮ ਦਾ ਮੁੱਦਾ ਹਾਂ ਇਹ ਮੁੱਦੇ ਹੀ ਮੁੱਦੇ ਇਕੱਠੇ ਹੋ ਜਾ ਰਹੇ ਨੇ ਹੁਣ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਪਹਿਲਾਂ ਹੀ ਬੈਠਾ ਹੋਇਆ ਜਾਂ ਫਿਰ ਵੰਡੇ ਵੰਡੇ ਕਿਉਂ ਗਏ ਅਜੇ ਕੁਝ ਪਿੰਡਾਂ ਦਾ ਵੀ ਹੈਗਾ ਜਿੱਥੇ ਪੰਜਾਬੀ ਸਪੀਕਿੰਗ ਹੈਗੇ ਪਿੰਡ ਉਹਨਾਂ ਨੇ ਕਿਹਾ ਘਟਣ ਦੇ ਕਿ ਕੁਝ ਪਿੰਡ ਸਾਨੂੰ ਦੇ ਦੇ ਸਾਡੇ ਉੱਥੇ ਹਿੰਦੀ ਸਪੀਕਿੰਗ ਆ ਔਰ ਇਹ ਕਹਿ ਰਹੇ ਸਾਡੇ ਪੰਜਾਬੀ ਬੋਲਣ ਵਾਲਾ ਕੁਝ ਏਰੀਆ ਉਹ ਸਾਨੂੰ ਦੇ ਦੋ ਅਜੇ ਡਿਕਾ ਉੱਥੇ ਦਾ ਉੱਥੇ ਹੀ ਹੈਗਾ ਜੇ ਫਿਰ ਡਿਕਾ ਨੂੰ ਮਿਟਾਉਣਾ ਤਾਂ ਦੋਵੇਂ ਇਕੱਠੇ ਹੀ ਹੋ ਜਾਓ ਦੋਵੇਂ ਹਮਾਚਲ ਤੇ ਅਜੇ ਵੱਖਰਾ ਹੈਗਾ ਚਲੋ ਉਹ ਤਾਂ ਪਹਾੜੀ ਏਰੀਆ ਇਹ ਪਲੇਨ ਏਰੀਆ ਦੋਵੇਂ ਹਮਾਚਲ ਤੋਂ ਛੱਡ ਕੇ ਹਰਿਆਣਾ ਔਰ ਪੰਜਾਬ ਇਕੱਠੇ ਕਰ ਲਓ ਫਿਰ ਗੱਲ ਤਾਂ ਜੇ ਵੰਡ ਵੰਡਾਈ ਚ ਰੌਲਾ ਹੈਗਾ ਇੱਕੋ ਹੀ ਕਰ ਦੋ ਹੈਗੇ ਇੱਕੋ ਇਹ ਤਾਂ ਸਿਆਸਤ ਨੇ ਆਪਣੀ ਗੇਮ ਖੇਡੀ ਵੋਟ ਬੈਂਕ ਵਾਸਤੇ ਇਹ ਵੱਖਰਾ ਵੱਖਰਾ ਕਦੀ ਭਾਸ਼ਾ ਦੇ ਆਧਾਰ ਦੇ ਉੱਤੇ ਵੱਖਰਾ ਕਰਦੇ ਹੋ ਕਦੀ ਧਰਮਾਂ ਦੇ ਆਧਾਰ ਦੇ ਉੱਤੇ ਵੰਡਦੇ ਹੋ ਕਦੀ ਜਾਤੀ ਦੇ ਆਧਾਰ ਦੇ ਉੱਤੇ ਵੰਡਦੇ ਹੋ ਆਪਣੀ ਸਿਆਸਤ ਕਰਵਾਉਣੀ ਹੈ ਅਦਰਵਾਇਜ਼ ਲੋਕ ਤਾਂ ਇਕੱਠੇ ਹੀ ਨੇ ਲੋਕ ਤਾਂ ਇਕੱਠੇ ਨੇ ਲੋਕ ਤਾਂ ਇਕੱਠੇ ਨੇ ਹਮੇਸ਼ਾ ਲੋਕ ਤਾਂ ਪਾਕਿਸਤਾਨ ਹਿੰਦੁਸਤਾਨ ਦੀ ਗੱਲ ਕਰੋ ਤਾਂ ਉੱਥੇ ਵੀ ਪਾਈਚਾਰਾ ਪਿਆਰ ਹਮੇਸ਼ਾ ਸਾਹਮਣੇ ਆਉਂਦਾ ਹੈ ਪਾਕਿਸਤਾਨ ਦੀ ਗੱਲ ਕੀਤੀ ਆ ਕੱਲ ਹੀ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਇੱਕ ਵੱਡਾ ਲਾਰਸਕੇਟੇ ਮੇਲਾ ਲਾਇਆ ਔਰ ਉੱਤੇ ਸਿੱਧੂ ਮੂਸੇਵਾਲੇ ਦੇ ਗਾਣੇ ਔਰ ਪੂਰੇ ਮੁਸਲਮਾਨ ਪੰਜਾਬੀ ਬੋਲਦੇ ਆ ਔਰ ਉੱਥੇ ਜਾ ਕੇ ਜੜੀਆਂ ਉਹਨਾਂ ਦੇ ਬਾਰੇ ਨਾਰੇ ਲੱਗ ਰਹੇ ਆ ਉਹਨਾਂ ਦੇ ਬਾਰੇ ਉਹਨਾਂ ਦੀ ਲਾਈਫ ਤੇ ਬੋਲਿਆ ਜਾ ਰਿਹਾ ਔਰ ਸਕਾਲਰ ਉੱਥੇ ਬੋਲ ਰਹੇ ਕਿੱਡੀ ਵੱਡੀ ਗੱਲ ਹੈ ਕਿ ਹਿੰਦੁਸਤਾਨ ਦਾ ਫਿਰ ਉੱਥੇ ਦਾ ਉੱਥੇ ਹੀ ਹੈ ਉਹਨਾਂ ਨਾਲ ਵੰਡ ਲੋਕਾਂ ਵਿੱਚ ਨਹੀਂ ਹੁੰਦੀ ਉਹਨਾਂ ਨੂੰ ਕਿੰਨਾ ਦੁੱਖ ਉੱਥੇ ਹੋਇਆ ਸਿੱਧੂ ਮੂਸੇਵਾਲੇ ਦਾ ਔਰ ਪੂਰੇ ਦਾ ਪੂਰਾ ਲਾਹੌਰ ਔਰ ਪਸ਼ਾਵਰ ਫਿਰ اسلامਾਬਾਦ ਉੱਥੇ ਸਾਰੇ ਮੁੰਡਿਆਂ ਨੇ ਜੰਗ ਮੁੰਡੇ ਵਿੱਚ ਆਏ ਜਿਹੜੇ ਨੌਜਵਾਨ ਉਹਨਾਂ ਨੇ ਮੇਲਾ ਲਾਇਆ ਮੇਲਾ ਕਿ ਉਹਨਾਂ ਦੀ ਯਾਦ ਨੂੰ ਸ਼ਰਧਾਂਜਲੀ ਅਰਪਤ ਕੀਤੀ ਕਿੱਡੀ ਵੱਡੀ ਵੱਡੀ ਸਵੇਦਨਾ ਕਿੱਡੀ ਵੱਡੀ ਆਨਰਬਲ ਗੱਲ ਹੈ ਉਹਨਾਂ ਦੀ ਬਿਲਕੁਲ ਬਲਕਾਰ ਜੀ ਪੂਰੀ ਦੁਨੀਆ ਚ ਇਹ ਹੀ ਹੈ कि जो पंगा ਹੋਏਗਾ ਉਹ ਸਿਆਸਤ ਦਾ ਹੋਏਗਾ ਲੋਕਾਂ ਦਾ ਕੋਈ ਪੰਗਾ ਨਹੀਂ ਹੈਗਾ ਲੋਕੀ ਤਾਂ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਜਾਣਦੇ ਨੇ ਔਰ ਰਹਿੰਦੇ ਆਏ ਨੇ ਤਾਂ ਹੀ ਹਿਊਮਨ ਡਿਵੈਲਪਮੈਂਟ ਹੋਈ ਮਨੁੱਖੀ ਸਮਾਜ ਨੇ ਇੰਨਾ ਵਿਕਾਸ ਕੀਤਾ ਕਿਉਂਕਿ ਇਕੱਠੇ ਰਹਿੰਦੇ ਆਏ ਨੇ ਪਰ ਸਿਆਸਤ ਜਦੋਂ ਤੱਕ ਆਪਸ ਵਿੱਚ ਵੱਖਰਾ ਨਹੀਂ ਕਰੇਗੀ ਤੋੜੇਗੀ ਨਹੀਂ ਉਦੋਂ ਤੱਕ ਸਿਆਸਤ ਰਾਜ ਨਹੀਂ ਕਰ ਸਕੂ ਠੀਕ ਹੈ ਨਾ ਦੋ ਤਿਰਨੂੰ ਆਪਸ ਵਿੱਚ ਵੰਡ ਦਿੱਤਾ ਔਰ ਇੱਕ ਤਿਰਨੂੰ ਕਿਹਾ ਤੈਨੂੰ ਉਹਦੇ ਕੋਲੋਂ ਖਤਰਾ ਹੈ ਦੂਜੇ ਨੂੰ ਕਿਹਾ ਤੈਨੂੰ ਉਹਦੇ ਕੋਲੋਂ ਖਤਰਾ ਹੈ ਮੈਂ ਵਿੱਚ ਬੈਠਾ ਨਾ ਬਚਾਉਣ ਵਾਲਾ ਮੇਰੇ ਉੱਤੇ ਭਰੋਸਾ ਕਰੋ ਆ ਇਸ ਕਰਕੇ ਮੈਨੂੰ ਵੋਟ ਦੇ ਦੇ ਗੱਲ ਤਾਂ ਇਹ ਹੈਗੀ ਆ ਦੋਵਾਂ ਨੂੰ ਵੰਡਦੇ ਨੇ ਫਿਰ ਦੋਵਾਂ ਦੇ ਬੈਕ ਡੋਰ ਤੋਂ ਜਾ ਕੇ ਖੈਰ ਖਵਾ ਬਣ ਕੇ ਖੜੇ ਹੋ ਜਾਂਦੇ ਨੇ ਤੇ ਦੋਵਾਂ ਤੋਂ ਵੋਟਾਂ ਲੈ ਲੈਂਦੇ ਨੇ ਆ ਆ ਕੰਮ ਪੂਰੀ ਦੁਨੀਆ ਚੱਲਦਾ ਇਸ ਕਰਕੇ ਲੋਕ ਇਕੱਠੇ ਨੇ ਇਸ ਸਿਆਸਤ ਵੰਡਦੀ ਹੈ ਲੋਕ ਜੋੜਦੇ ਨੇ ਸਿਆਸਤ ਤੋੜਦੀ ਹੈ ਪਰ ਇਹ ਤਾਂ ਨੇ ਅੰਗਰੇਜ਼ ਵੰਡਦੇ ਤੇ ਆਪੋ ਵਿੱਚ ਵੰਡੀ ਜਾਂਦੇ ਸਰ ਅੰਗਰੇਜ਼ ਵੀ ਸਿਆਸਤ ਖੇਡਦੇ ਨੇ ਨਹੀਂ ਉਹ ਤਾਂ ਬਾਹਰਲੇ ਸੀਗੇ ਉਹ ਤਾਂ ਇੰਡੀਅਨ ਹੈ ਹੀ ਨਹੀਂ ਸੀ ਉਹਨਾਂ ਦਾ ਡਿਵਾਈਡ ਐਂਡ ਡੂ ਜਿਹੜਾ ਕਰਨਾ ਹੀ ਆ ਰੂਲ ਤਾਂ ਕਰਨਾ ਵੰਡ ਕੇ ਵੰਦੇ ਵੰਡੋ ਤੇ ਪਾੜੋ ਤੇ ਰਾਜ ਕਰੋ ਪਰ ਇਹ ਕਿਉਂ ਕਰ ਰਹੇ ਕਿਉਂਕਿ ਉਸੇ ਪਾਲਿਸੀ ਨੂੰ ਅਖਤਿਆਰ ਕਰ ਰਹੇ ਕਿਉਂਕਿ ਜਿਹੜੇ ਸਿਆਸਤ ਖੇਡਦੇ ਨੇ ਨਾ ਉਹ ਹਮੇਸ਼ਾ ਬਾਹਰ ਲਈ ਹੁੰਦੇ ਨੇ ਬਾਹਰ ਲਈ ਬਾਹਰ ਉਹ ਅੰਦਰਲੇ ਹੋ ਕੇ ਵੀ ਬਾਹਰ ਲਈ ਹੁੰਦੇ ਨੇ ਉਹ ਕਿਸੇ ਦੇ ਸਕੇ ਨਹੀਂ ਹੁੰਦੇ ਸਹੀ ਗੱਲ ਉਹ ਹਮੇਸ਼ਾ ਕਮਿਊਨਿਟੀ ਤੋਂ ਬਾਹਰ ਲਈ ਹੁੰਦੇ ਨੇ ਕਮਿਊਨਿਟੀ ਨੂੰ ਤੋੜਦੇ ਨੇ ਤਾਂ ਆਪਣੀ ਸਿਆਸਤ ਚਮਕਾਉਂਦੇ ਨੇ ਸੋ ਆਪਾਂ ਅੱਗੇ ਚੱਲਦੇ ਆਂ ਜੀ ਅਗਲੀ ਗੱਲ ਇਹ ਹੈ ਜੀ ਕਿ ਨਵੀਂ ਸੰਸਦ ਇਮਾਰਤ ਤੇ ਲੱਗੇ ਅਖੰਡ ਭਾਰਤ ਦੇ ਜਿਹੜੇ ਚਿੱਤਰ ਨੇ ਪੇਂਟਿੰਗਸ ਨੇ ਉਹਦੇ ਉੱਤੇ ਬੰਗਲਾਦੇਸ਼ ਤੇ ਹੋਰ ਗੁਆਣੀ ਦੇਸ਼ਾਂ ਨੇ ਇਤਰਾਜ਼ ਕੀਤਾ ਨੇ ਇਤਰਾਜ਼ ਕਿਉਂ ਹੋਇਆ ਹੂੰ ਇਹ ਦੇਖੋ ਬੰਗਲਾਦੇਸ਼ ਨੇ ਹੁਣ ਕੀਤਾ ਹੈ ਨੇਪਾਲ ਨੇ ਪਹਿਲਾਂ ਕੀਤਾ ਪਾਕਿਸਤਾਨ ਵਿੱਚ ਹੈਗਾ ਔਰ ਬਾਕੀ ਹੋਰ ਵੀ ਸੂਬੇ ਜਾਨ ਬਾਕੀ ਜਿਹੜੇ ਦੇਸ਼ ਪ੍ਰਦੇਸ਼ ਨੇ ਉਹਨਾਂ ਨੇ ਇਤਰਾਜ਼ ਪੇਸ਼ ਕੀਤਾ ਉਹ ਹੈਗਾ ਖੰਡ ਭਾਰਤ ਦਾ ਮਤਲਬ ਹੈਗਾ ਕਿ ਭਾਰਤ ਵੰਡਿਆ ਨਹੀਂ ਜਾਊਗਾ ਭਾਰਤ ਦਾ ਮਤਲਬ ਇਹ ਹੈਗਾ ਕਿ ਆਪਸੀ ਇਹੀ ਹੈਗਾ ਜਿੰਨੇ ਜੇ ਇੱਥੇ ਹੈ ਇਹੀ ਏਰੀਆ ਭਾਰਤ ਦਾ ਹੈਗਾ ਜਦੋਂ ਕਿ ਕਲਚਰ ਨੇਪਾਲ ਚ ਵੀ ਰੁਪਈਆ ਚੱਲਦਾ ਸਾਡੀ ਵਾਲੀ ਕਰੰਸੀ ਆ ਉਹ ਹਿੰਦੀ ਬੋਲਦੇ ਆ ਦੇਵਨਾਗਰੀ ਜਿਹੜੀ ਭਾਸ਼ਾ ਉੱਥੇ ਹੈਗੀ ਆ ਬੰਗਲਾਦੇਸ਼ ਚ ਵੀ ਹਿੰਦੀ ਜਿਹੜੀ ਆ ਉਰਦੂ ਦੇ ਨਾਲ ਬੋਲੀ ਜਾ ਰਹੀ ਆ ਉੱਥੇ ਸਾਡੇ ਬਹੁਤ ਇੰਡੀਅਨ ਬੈਠੇ ਆ ਔਰ ਇਹੇ ਸ਼੍ਰੀਲੰਕਾ ਚ ਵੀ ਹੈਗਾ ਸ਼੍ਰੀਲੰਕਾ ਤੇ ਹਿੰਦੁਸਤਾਨ ਦੇ ਬਿਲਕੁਲ ਪੈਰਾਂ ਦੇ ਵਿੱਚ ਹੈਗਾ ਔਰ ਇਹ ਉਹਦਾ ਹਿੱਸਾ ਰਿਹਾਗਾ ਤਿੱਬਤ ਹੈ ਨਾ ਉਹਦੇ ਵਿੱਚ ਦਲਾਈ ਲਾਮਾ ਦਾ ਏਰੀਆ ਉਹ ਸਾਰਾ ਕੁਝ ਜਿਹੜਾ ਆਪਣੇ ਕੋਲ ਰਿਹਾ ਔਰ ਜਿਹੜਾ ਚైనా ਦਾ ਬਾਰਡਰ ਆ ਇਹਦੇ ਨਾਲ ਸਾਰਾ ਲੱਗਦਾ ਫਿਰ ਅਖੰਡ ਭਾਰਤ ਦੀ ਤਸਵੀਰ ਲਾਉਣ ਦਾ ਤਾਂ ਇਹ ਮਤਲਬ ਨਹੀਂ ਸੀਗਾ ਕਿ ਜਦੋਂ ਕਿ ਸਾਡਾ ਏਰੀਆ ਹੈਗਾ ਜਿਹਦੇ ਵਿੱਚ ਬੰਗਲਾਦੇਸ਼ 1971 ਦੀ ਲੜਾਈ ਦੇ ਨਾਲ ਵੱਖਰਾ ਹੋਇਆ ਇਹਦੇ ਨਾਲ ਆਪਣਾ ਹਿੱਸਾ ਰਿਹਾ ਜਦੋਂ ਸ਼ਰਨਾਰਥੀ ਇੰਡੀਆ ਚ ਆ ਗਏ ਤੁਹਾਨੂੰ ਯਾਦ ਹੋਣਾ ਚਾਹੀਦਾ ਇੰਦਰਾ ਗਾਂਧੀ ਉਦੋਂ ਪ੍ਰਾਈਮ ਮਿਨਿਸਟਰ ਸੀਗੇ ਤੇ ਜਿੰਨੇ ਸ਼ਰਨਾਰਥੀ ਇੱਥੇ ਆਏ ਸੀਗੇ ਉਹ ਦਿੱਲੀ ਚ ਆ ਕੇ ਬੈਗੇ ਸੀਗੇ ਔਰ ਉਹਨਾਂ ਨੂੰ ਇਹਨਾਂ ਨੇ ਬੜਾ ਵੈਲਕਮ ਕੀਤਾ ਬਹੁਤ ਦਿਲ ਰਏ تھے ਫਿਰ ਜਦੋਂ ਉਹਨੂੰ ਡੈਕਲੇਰੇਸ਼ਨ ਹੋ ਗਿਆ ਕਿ ਉਹਨੂੰ ਸੋਵਰਨਟੀ ਮਿਲ ਗਈ ਹੈ ਨਵਾਂ ਦੇਸ਼ ਬਣ ਗਿਆ ਫਿਰ ਉਹ ਲੋਕ ਸ਼ਰਨਾਰਤੀ ਵਾਪਸ ਗਏ ਔਰ ਉਦੋਂ ਪਾਕਿਸਤਾਨ ਨਾਲੋਂ ਇਹਨਾਂ ਨਾਲ ਵੱਖਰਾ ਕਰਇ ਕੱਤਰ ਦੇ ਵਿੱਚ ਜਿਹਦੇ ਵਿੱਚ ਜਨਰਲ ਜਗਜੀਤ ਸਿੰਘ ਸੀਗਾ ਜਿਨੇ ਉੱਥੋਂ ਦੇ ਜਨਰਲ ਕੋਲੋਂ ਹਥਿਆਰ ਛਟਵਾ ਕੇ ਤੇ ਉਹਨਾਂ ਨੂੰ ਕੈਦ ਕਰ ਲਿਆ ਸੀਗਾ ਇਹ ਉਹ ਜ਼ਮਾਨਾਗਾ ਉਹ ਹਿੱਸਾ ਰਿਆ ਆਪਣਾ ਇਸੇ ਤਰ੍ਹਾਂ ਦਾ ਔਰ ਨੇਪਾਲ ਦੇ ਵਿੱਚ ਅਸੀਂ ਕੋਈ ਵੀਜ਼ਾ ਨਹੀਂ ਲੈਂਦੇ ਸਿੱਧੇ ਜਾਵੜਦੇ ਫਿਰ ਉਦੋਂ ਅਖੰਡ ਭਾਰਤ ਕਿੱਥੇ ਗਿਆ ਹੁੰਦਾ ਜਦੋਂ ਅਸੀਂ ਬੰਗਲਾਦੇਸ਼ ਜਾਂਦੇ ਸਿੱਧੇ ਜਾਵੜਦੇ ਹਣਾ ਪਾਕਿਸਤਾਨ ਤੇ ਸਾਡੇ ਨਾਲ ਇਹਦੇ ਤਲੂਕਾ ਤੇ ਇਸ ਤਰ੍ਹਾਂ ਦੇ ਨਹੀਂ ਗਏ ਆ ਪਾਕਿਸਤਾਨ ਦੇ ਪਰ ਉਹਦੇ ਪਾਕਿਸਤਾਨ ਨੇ ਵੀ ਇਤਰਾਜ਼ ਜਤਾਇਆ ਦੇਤੇ ਕਿਉਂਕਿ ਰਿਆਦਾ ਸਾਡਾ ਹਿੱਸਾ ਹੀ ਹੈ ਨਾ ਪੰਜਾਬ ਦਾ ਹੋਰ ਸਾਡਾ ਹਿੱਸਾ ਰਿਆ ਹੁਣ ਇਹਨਾਂ ਨੇ ਵੰਡੀਆਂ ਪਾਉਣ ਵਾਲੀ ਗੱਲ ਤੁਸੀਂ ਅੱਗੇ ਕਰਦੇ ਫਿਰ ਇੱਥੇ ਕਰ ਲਈ ਅਖੰਡ ਭਾਰਤ ਦੇ ਜਿਹੜੇ ਆ ਵਾਲ ਪੇਂਟਿੰਗ ਜਿਹੜੀਆਂ ਉੱਥੇ ਲਾ ਦਿੱਤੀਆਂ ਗਈਆਂ ਇਹ ਹੁਣ ਆਪਣੇ ਆਪ ਨੂੰ ਹੋਰ ਛੋਟਾ ਕਰ ਰਹੇ ਅਸੀਂ ਇਹਨੂੰ ਵਾਈਡਰ ਐਂਗਲ ਤੋਂ ਨਹੀਂ ਦੇਖ ਰਹੇ ਜਦੋਂ ਸਾਡਾ ਐਂਗਲ ਬਹੁਤ ਵੱਡਾ ਹਿੰਦੁਸਤਾਨ ਦਾ ਕਲਚਰ ਇੱਕੋ ਹੈਗਾ ਇੱਕੋ ਕਰੰਸੀ ਹੈਗਾ ਇੱਕੋ ਬੋਲੀ ਹੈਗੀ ਆ ਸੰਸਕ੍ਰਿਤ ਤੋਂ ਨਿਕਲੀ ਹਿੰਦੀ ਹੈ ਇਹੀ ਭਾਸ਼ਾ ਬੋਲੀ ਜਾਂਦੀ ਹੈ ਅਸੀਂ ਅੰਗਰੇਜ਼ੀ ਦੇ ਪਿੱਛੇ ਦੇ ਲੱਗੇ ਫਿਰਦੇ ਆ ਤਾਂ ਅਸੀਂ ਫਿਰ ਸੰਸਕ੍ਰਿਤ ਨੂੰ ਕਿਉਂ ਨਾ ਜਾਣਦੇ ਅਸੀਂ ਹਿੰਦੀ ਦੇ ਬਾਰੇ ਕਿਉਂ ਨਹੀਂ ਗੱਲ ਕਰਦੇ ਮਦਰ ਟੰਗ ਜਿਹੜੀਆਂ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਫਿਰ ਉੱਥੇ ਉਹ ਅਜੂਬਾ ਉਹ ਖੜੇ ਕਰਨੇ ਚਾਹੀਦੇ ਦੇਵਾਰਾਂ ਦੇ ਜਿੱਥੇ ਸਾਰਾ ਕਲਚਰ ਮਿਕਸ ਹੋਏ ਜਿੱਥੇ ਟਰੈਡੀਸ਼ਨ ਨਾਲ ਲਿਦੀ ਹੋਣ ਇਹ ਫਿਰ ਇਹ ਭੁੱਲ ਜਾਂਦੇ ਸਾਰਾ ਕੁਝ ਜਿਹਦੇ ਵਿੱਚ ਪਤਾ ਕਿਸੇ ਦੀ ਸਲਾਹ ਨਹੀਂ ਲੈਂਦੇ ਜਿਹੜਾ ਕਲਚਰ ਨੂੰ ਜਾਣਦਾ ਜਿਹਨੂੰ ਪਤਾ ਹਿੰਦੁਸਤਾਨ ਕੀ ਆ ਸਾਡਾ ਥਾਨ ਕਿੱਥੋਂ ਆ ਕਲਚਰਲ ਪਾਲਿਸੀ ਨਹੀਂ ਹੈਗੀ ਜੈਸ ਇਹ ਹੀ ਨਹੀਂ ਇਹੀ ਪ੍ਰੋਬਲਮ ਹੈ। ਇਹ ਕਰਕੇ ਮੈਨੂੰ ਨਾ ਕਈ ਵਾਰ ਇੱਕ ਤਸਵੀਰ ਬੜੀ ਪਿਆਰੀ ਲੱਗਦੀ ਆ। ਇੱਕ কুমਿਆਰ ਹਾਂ ਉਹ ਭਾਂਡੇ ਘੜਦਾ ਪਿਆ। ਹਾਂ ਚੱਕ ਦੇ ਉੱਤੇ ਮਿੱਟੀ ਪਾਈ ਹੋਈ। ਉਹ ਤਰ੍ਹਾਂ ਤਰ੍ਹਾਂ ਦੇ ਭਾਂਡੇ ਬਣਾਉਂਦਾ ਹੈ। ਇਹੀ ਚੀਜ਼ ਹੈ। ਵੱਖ-ਵੱਖ ਕਲਚਰ ਨੇ ਤਰ੍ਹਾਂ ਤਰ੍ਹਾਂ ਦੇ ਭਾਂਡੇ ਨੇ ਪਰ ਘੜਨ ਵਾਲਾ ਇੱਕੋ ਹੀ ਹੈ। ਉਹਨੇ ਸ਼ੇਪ ਦੇ ਰਿਹਾ ਨਾ ਮਿੱਟੀ ਇੱਕੋ ਹੀ ਹੈ। ਹਾਂ ਤੇ কুমਿਆਰ ਵੀ ਇੱਕੋ ਹੀ ਹੈ। ਪਰ ਜਿਹੜੇ ਵੱਖ-ਵੱਖ ਭਾਂਡੇ ਨੇ ਉਹ ਵਕ ਵਕ ਉਹਦੀ ਕਲਾ ਦਾ ਪ੍ਰਦਰਸ਼ਨ ਹੈ ਹੁਣ ਅਸੀਂ ਉਹ ਭਾਂਡੇਆਂ ਪਿੱਛੇ ਲੜਦੇ ਪਏ ਆ ਇਹ ਭਾਂਡਾ ਵਧੀਆ ਇਹ ਪੰਡਾ ਵਧੀਆ ਸਭ ਭਾਂਡੇ ਵਧੀਆ ਆਪਣੀ ਆਪਣੀ ਥਾਂ ਤੇ ਸਭ ਵਧੀਆ ਨੇ ਲੋੜ ਆ ਉਹਨਾਂ ਦੇ ਲੋੜ ਕਿਸ ਤਰ੍ਹਾਂ ਦੀ ਲੋੜ ਆ ਕਰਮੰਡਲ ਦੀ ਆਪਣੀ ਆ ਗਲਾਸ ਦੀ ਆਪਣੀ ਹੈਗੀ ਆ ਕੋਲੀ ਦੀ ਆਪਣੀ ਹੈਗੀ ਆ ਚਮਚੇ ਦੀ ਆਪਣੀ ਆ ਗਈ ਆ ਪਰ ਇਹਦੇ ਪਿੱਛੇ ਚਮਚੇ ਜ਼ਿਆਦਾ ਲੱਗੇ ਫਿਰ ਚਮਚਾਗਰੀ ਜ਼ਿਆਦਾ ਉਹ ਫਾਇਦਾ ਆਪਣਾ ਦੇਖਦੇ ਨੇ ਨਾ ਨੁਕਸਾਨ ਸਮਾਜ ਨੂੰ ਕੀ ਹੋਣਾ ਇਹ ਨਹੀਂ ਦੇਖਦੇ ਸੋ ਸਾਂਝੇ ਪੂਲ ਵਿੱਚੋਂ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਹੁਣ ਬਿਜਾਈ ਦਾ ਸੀਜ਼ਨ ਆ ਰਿਹਾ ਤੇ ਸਾਨੂੰ ਚਾਹੀਦੀ ਆ ਝੋਨੇ ਦੀ ਬਿਜਾਈ ਵਾਸਤੇ ਵੱਖਰੀ ਬਿਜਲੀ 1000 ਮੀਗਾਵਾਟ ਡੇਲੀ ਚਾਹੀਦੀ ਆ ਤੇ ਇਹ ਹੁਣ ਸਵਾਲ ਉਠਿਆ ਹੁਣ ਦੇਖੋ ਇਹ ਗੱਲ ਕਿੱਥੇ ਜਾ ਕੇ ਖੜ੍ਹਦੀ ਆ ਉਹ ਕਹਿਣਗੇ ਪਹਿਲਾਂ ਤਾਂ ਤੁਸੀਂ ਫ੍ਰੀ ਬਿਜਲੀਆਂ ਦੇਂਦੇ ਫਿਰਦੇ ਹੋ ਤੇ ਹੁਣ ਆ ਗਏ ਸਾਡੇ ਕੋਲ ਬਿਜਲੀ ਮੰਗਣ ਸੈਂਟਰ ਪੂਲ ਦੇ ਵਿੱਚ ਇਹ ਗੱਲਾਂ ਤੇ ਹੋਣਗੀਆਂ ਔਰ ਇਹਦੇ ਉੱਤੇ ਆਬਜੈਕਸ਼ਨਸ ਤੇ ਲੱਗਣੇ ਨੇ ਇਹ ਪਹਿਲਾਂ ਲੱਗ ਰਿਹਾ ਸਾਰੇ ਮਾਹਿਰਾਂ ਨੂੰ ਜਦ ਸੈਂਟਰ ਨੇ ਜਿੱਦਾਂ ਤੁਸੀਂ ਅੱਗੇ ਜ਼ਿਕਰ ਕੀਤਾ ਪਹਿਲੀਆਂ ਜੋ ਸਹੂਲਤਾਂ ਸੀ ਜਾਂ ਰੂਰਲ ਡਵੈਲਪਮੈਂਟ ਦਾ ਜਿਹੜਾ ਫੰਡ ਸੀ ਉਹ ਪਹਿਲਾਂ ਹੀ ਬੰਦ ਕਰ ਦਿੱਤੇ ਆ ਹੁਣ ਇਹ ਨਵੀਂ ਜਿਹੜੀ ਵੱਡੀ ਸਹੂਲਤ ਦੀ ਮੰਗ ਕੀਤੀ ਇਹਨਾਂ ਨੇ ਮੰਨਨੇ ਉਹ ਮੇਰਾ ਖਿਆਲ ਆ ਅਜੇ ਤੱਕ ਨਹੀਂ ਪੂਰੀ ਹੋਈ ਕਿਉਂਕਿ ਪੰਜਾਬ ਨਾਲ ਜਿੱਦਾਂ ਤੁਸੀਂ ਕੀਤੀ ਡਬਲ ਇੰਜਨ ਵਾਲੀ ਗੱਲ ਇਹ ਵਰਤਾਰਾ ਉਹੀ ਹੋਣਾ ਜਿਹੜਾ ਪਹਿਲਾਂ ਹੋਇਆ ਇਹਨਾਂ ਨੇ ਕਿਹਾ ਕਿ ਝੋਨਾ ਲਾਉਣ ਤੋਂ ਜਿਹੜਾ ਜੂਨ 15 ਤੋਂ ਲੈ ਕੇ ਇਹ ਐਂਡ ਆਫ ਅਕਤੂਬਰ ਤੱਕ ਸਾਨੂੰ ਇਹ ਇਹਨਾਂ ਪਰਮਨੈਂਟ ਨਹੀਂ ਮੰਗਿਆ ਇਹਨਾਂ ਨੇ 1000 ਮੈਗਾਵਾਟ ਜੜੀ ਸਾਨੂੰ ਇਹ ਬਿਜਲੀ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ ਸੈਂਟਰ ਪੂਲ ਚੋਂ ਔਰ ਉਹਨਾਂ ਨੇ ਕਿਹਾ ਕਿ ਬਾਕੀ ਸੂਬੇ ਜਿਹੜੇ ਹੈਗੇ ਉਹਨਾਂ ਕੋਲ ਪੂਰੀ ਦੀ ਪੂਰੀ ਹੈਗੀ ਸਾਡੀ ਕੰਜ਼ਮਪਸ਼ਨ ਜ਼ਿਆਦਾ ਹੈਗਾ ਉਹਦੇ ਵਿੱਚ ਘਰਾਂ ਚ ਤੇ ਜੜੀ ਹੈਗੀ ਆ ਇੱਕ ਤੁਹਾਡੀ ਗੱਲ ਸਹੀ ਜਿਹੜੀ ਫ੍ਰੀ ਬਿਜਲੀ ਦਿੱਤੀ ਹੈ ਉਹਦੇ ਚ ਲੋਕਾਂ ਨੇ ਜ਼ਿਆਦਾ ਵਰਤੋਂ ਸ਼ੁਰੂ ਕਰ ਦਿੱਤੀ ਹੈ ਅੱਗੇ ਇਹਨਾਂ ਨੂੰ ਪਤਾ ਹੈ ਬਿੱਲ ਆਉਣਾ ਯਾਰ ਇਹਨੂੰ 600 ਯੂਨਿਟ ਤੱਕ ਨਾ ਜਾਣ ਦੀਏ ਉਦੋਂ ਤੱਕ ਅਗੇ ਪਿੱਛੇ ਰਹਿੰਦੇ ਸੀ ਹੁਣ ਕ੍ਰਾਸ ਵੀ ਕਰ ਜਾਂਦੇ ਆ ਜਾਂ ਉੱਥੋਂ ਟਿਲ ਐਂਡ ਤੱਕ ਜਾਂਦੇ ਆ ਇਹਦਾ ਕਰਕੇ ਵੀ ਜਿਹੜੀ ਖਪਤ ਆ ਬਿਜਲੀ ਦੀ ਜ਼ਿਆਦਾ ਹੋ ਗਈ ਯਾਰ ਔਰ ਉਹ ਇਹਨਾਂ ਕੋ ਪੂਰਾ ਨਿਪਟਾਰਾ ਨਹੀਂ ਹੋ ਰਿਹਾ ਹੁਣ ਇਹਨਾਂ ਨੇ ਫਿਰ ਸੈਂਟਰ ਕੋ ਮੰਗ ਕੀਤੀ ਆ ਔਰ ਸੈਂਟਰ ਨੇ ਫਿਰ ਗੁਠਾ ਦਿਖਾ ਦੇਣਾ ਇਸ ਕਰਕੇ ਕਿ ਪਹਿਲੇ ਵੀ ਅੱਗੇ ਨਹੀਂ ਉਹਨਾਂ ਨੇ ਇਹਨਾਂ ਨੂੰ ਕੋਈ ਸਹਿਮਤੀ ਪ੍ਰਗਟਾਈ ਔਰ ਐਸੇ ਕਰਕੇ ਨਾ ਦੁਜਾਇਸ ਕਰਕੇ ਆ ਕਿ ਇਹਨਾਂ ਨੇ ਜਿਹੜੀ ਨੀਤੀ ਜੋਗ ਦੀ ਜਿਹੜੀ ਮੀਟਿੰਗ ਸੀ ਭਗਵੰਤ ਮਾਨ ਜੀ ਉੱਥੇ ਪਹੁੰਚੇ ਹੀ ਨਹੀਂ ਔਰ ਉਹ ਵੀ ਉਹਨਾਂ ਨੂੰ ਅੰਦਰੋਂ ਗੁੱਸਾ ਗਿਲਾ ਤਾਂ ਹੋ ਗਏ ਹੁਣ ਇਹ ਮੰਗ ਰਹੇ ਉਹਨਾਂ ਕੋ ਸਹੂਲਤਾਂ ਉਹ ਉਹਨਾਂ ਨੇ ਦੇਖੋ ਕੀ ਕਰਦੇ ਜੇ ਤਾਂ ਕਰ ਗਏ ਪੂਰਾ ਦਾ ਪੂਰਾ ਫਿਰ ਕਿਸਾਨ ਉਹਨਾਂ ਨਾਲ ਜੁੜਨਗੇ ਕਿਉਂਕਿ ਅੱਗੇ ਕਿਸਾਨਾਂ ਦੇ ਲਈ ਬੜੀ ਵੱਡੀ ਕ੍ਰਾਈਸਿਸ ਆ ਰਹੀ ਆ ਔਰ ਬੜੀ ਮੁਸ਼ਕਲ ਆ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਿਜਲੀ 24 ਆਵਰ ਜਿਹੜੀ ਚਾਹੀਦੀ ਰਹੰ। ਔਰ ਸਿੱਧੀ ਬਜਾਈ ਬਾਰੇ ਇਹਨਾਂ ਨੇ ਕਿਹਾ ਝੋਨੇ ਦੀ ਸਿੱਧੀ ਬਜਾਈ ਕਰੋ। ਇਹਦੇ ਵਿੱਚ ਪਾਣੀ ਦੀ ਕਟ ਹੁੰਦੀ ਆ। ਪਾਣੀ ਨਹੀਂ ਦਿੱਤਾ ਜਾਂਦਾ ਉੱਤੇ ਜ਼ਿਆਦਾ। ਪਰ ਕਿਸਾਨ ਨਾ ਨਹੀਂ ਇਹ ਗੱਲ ਮੰਨਦੇ। ਉਹਦੇ ਝਾੜ ਘਟ ਜਾਂਦਾ। ਕਿਉਂਕਿ ਇਹਨਾਂ ਨੇ ਕਿਹਾ ਕਿ ਤੁਹਾਨੂੰ 1500 ਰੁਪਈਆ ਪਰ ਇਕੜ ਦਵਾਂਗੇ। ਉਹ ਪਿਛਲੀ ਵਾਰੀ ਵੀ ਕਹਾਂ ਗਿਆ ਸੀ ਕਿ ਵੀ ਕਹਿ ਰਹੇ ਆ। ਔਰ ਇਹਨਾਂ ਨੇ ਡੇਟ ਮقرਰ ਕਰਤੀ ਆ ਡੀਸੀ ਜਿਹੜੇ ਉਹਨਾਂ ਨੂੰ ਐਲਾਨ ਕਰ ਦਿੱਤਾ ਕਿ ਉਹ ਵੇਖਣਗੇ ਕਿ 15 ਤੋਂ ਪਹਿਲਾਂ ਨਹੀਂ ਕੋਈ ਲਾ ਰਿਹਾ। ਪਨੀਰੀ ਐਸ ਵੇਲੇ ਬਿ ਔਰ ਪਨੀਦੀ ਤੋਂ ਬਾਅਦ ਇਹ ਟ੍ਰਾਂਸਪਲੈਂਟ ਹੁੰਦੀ ਆ ਪਨੀਦੀ ਤੋਂ ਅੱਗੇ ਉੱਥੇ ਕਦੂ ਕੀਤਾ ਜਾਂਦਾ ਨਾ ਤਾਂ ਬੇਸ਼ੁਮਾਰ ਪਾਣੀ ਚਾਹੀਦਾ ਟਰੈਕਟਰ ਚੱਲਦੇ ਹਾਲ ਚੱਲਦੇ ਸੁਹਾਗੇ ਚੱਲਦੇ ਉਦੋਂ ਚ ਫਿਰ ਉਸ ਚ ਕਦੂ ਕਰਕੇ ਝੋਨਾ ਲਾਇਆ ਜਾਂਦਾ ਔਰ ਪਾਣੀ ਦਾ ਇਹ ਮੱਛੀ ਪਾਲਣ ਵਾਲੀ ਜਗ੍ਹਾ ਹੁੰਦੀ ਹੈ ਜਿੱਦਾਂ ਮੱਛੀ ਪਾਲ ਲਈ ਹੁੰਦਾ ਝੋਨਾ ਪਾਲਣਾ ਉਹਦੇ ਚ ਪੰਜਾਬ ਦੇ ਲੋਕ ਚਾਵਲ ਨਹੀਂ ਖਾਂਦੇ ਇਰੀਗੇਸ਼ਨ ਜਿਹੜੀ ਹੈ ਨਾ ਉਹਦਾ ਸਹੀ ਤਰੀਕਾ ਨਹੀਂ ਅਪਣਾਉਂਦੇ ਸਹੀ ਗੱਲ ਹੈ ਪਾਣੀ ਦਾ ਬਿਲਕੁਲ ਹੜ ਲਿਆਉ ਦੇ ਦਿੰਦੇ ਨੇ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਮਾਹਿਰਾਂ ਨੂੰ ਮਿਲ ਕੇ ਪਤਾ ਕਰਨ ਕਿ ਪਾਣੀ ਝੋਨੇ ਨੂੰ ਦੇਣਾ ਤਾਂ ਕਿਵੇਂ ਦੇਣਾ ਇਹ ਨਹੀਂ ਕਿ ਪੂਰੇ ਤਲਾ ਦੇ ਤਲਾ ਤੁਸੀਂ ਦੇਖੋ ਕਈ ਵਾਰ ਵਾਸੇ ਚ ਬਹਿ ਕੇ ਜਾਓ ਯਕ ਗੱਡੀ ਚ ਬਹਿ ਕੇ ਜਾਓ ਤੁਹਾਨੂੰ ਖੇਤ ਦਿਖਣਗੇ ਉਹ ਪਾਣੀ ਪਾਣੀ ਦੂਰ ਤੱਕ ਦੀ ਪਤਾ ਨਹੀਂ ਖੜਾ ਆਇਆ ਹੋਇਆ ਉਹ ਲੱਗਦਾ ਵੀ ਦਰਿਆ ਆ ਗਿਆ ਨੇ ਦਰਿਆ ਆ ਗਿਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਿੰਨੇ ਪਾਣੀ ਦੀ ਲੋੜ ਹੈ ਉਹਨੇ ਹਿਸਾਬ ਨਾਲ ਚੱਲੋ ਇੰਨਾ ਪਾਣੀ ਤੁਸੀਂ ਖੜਾ ਕਰ ਦਿੰਦੇ ਹੋ ਸੋ ਇਹ ਚੀਜ਼ਾਂ ਵੀ ਹੈਗੀਆਂ ਨੇ ਨਹੀਂ ਵੈਸੇ ਝੋਨੇ ਦਾ ਬਦਲ ਵੀ ਹੋ ਸਕਦਾ ਕਿ ਦਾਣਾਂ ਲਾਉਂਦੇ ਮੱਕੀ ਮੱਕੀ ਕਿਉਂ ਨਹੀਂ ਲਾਉਂਦੇ ਉਹ ਤਾਂ ਹਮੇਸ਼ਾ ਇਹ ਕਿਹਾ ਜਾ ਰਿਹਾ ਨਹੀਂ ਜਿਆਦਾ ਛਾੜ ਦਿੰਦੇ ਆਰ ਲਾਲ ਮੱਕੀ ਦੀ ਰੋਟੀ ਖਾਂਦੇ ਆ ਫਿਰ ਸਾਗ ਫਿਰ ਆਪਾਂ ਬਣਾਉਨੇ ਆ ਫਿਰ ਮੱਕੀ ਕਿੱਥੋਂ ਆਟਾ ਕਿੱਥੋਂ ਮੰਗਣ ਲੱਭਣਗੇ ਫਿਰ ਰਸ਼ੀਆ ਤੋਂ ਉਹਨੇ ਸਰ ਫਿਰ ਉਧਰ ਹੀ ਜਾਣਗੇ ਸਵਿਟਜ਼ਰਲੈਂਡ ਵਾਲੇ ਪਾਸੇ ਆਪਣੀ ਧਰਤੀ ਤੇ ਸਾਰਾ ਕੁਝ ਹੁੰਦਾ ਮੈਂ ਇੱਕ ਦਿਨ ਦੇਖ ਰਿਆ ਸੀ ਇੱਕ ਬੰਦੇ ਨੇ ਆਪਣੇ ਘਰ ਦੇ ਵਿੱਚ ਬਾਗ ਲਾਇਆ ਔਰ ਬਾਦਾਮ ਔਰ ਸੇਬ ਸੇਬ ਉਹਦੇ ਇੰਨੇ ਵਧੀਆ ਲੱਗ ਰਿਆ ਸੇਬ ਪੈਦਾ ਕਰ ਰਿਆ ਅਗਲਾ ਤੇ ਕੀ ਸਾਡੇ ਕੋਲ ਬਾਕੀ ਚੀਜ਼ਾਂ ਨਹੀਂ ਪੈਦਾ ਹੋ ਸਕਦੀਆਂ ਜਿੰਨੀਆਂ ਫਸਲਾਂ ਸਾਨੂੰ ਇਹਦਾ ਬਦਲ ਇਹਦਾ ਸਬਸਟੀਟਿਊਟ ਕੁਝ ਨਾ ਕੁਝ ਕਰਨਾ ਚਾਹੀਦਾ ਝੋਨੇ ਦਾ ਤੋਂ ਪਿੱਛਾ ਛਡਾਉਣਾ ਚਾਹੀਦਾ ਝੋਨਾ ਤੇ ਕਣਕ ਝੋਨਾ ਤੇ ਕਣਕ ਇਹੀ ਹੈ ਦੋ ਫਸਲਾਂ ਲੈਨੇ ਸੀ ਬਾਕੀ ਫਸਲਾਂ ਪਿੱਛੇ हट ਜਾਂਦੇ ਸਬਜ਼ੀਆਂ ਕਿਉਂ ਨਹੀਂ ਲਾਉਂਦੇ ਸਬਜ਼ੀਆਂ ਸੀ ਕਰਾਂ ਜਿੱਦਾਂ ਪਲਾਟਾਂ ਖਾਲੀ ਜਿੱਦਾਂ ਜ਼ਮੀਨਾਂ ਤੇ ਲਾਉਣੀਆਂ ਚਾਹੀਦੀਆਂ ਇਸੇ ਕਰਕੇ ਜ਼ਮੀਨ ਦਾ ਰੇਟ ਬਹੁਤ ਥੱਲੇ ਚੜ ਗਿਆ ਜ਼ਮੀਨ ਐਸੇੜੇ ਕਿੱਲੇ ਦਾ ਏਕੜ ਦਾ ਪਤਾ ਕਿੰਨਾ 16-17 ਲੱਖ ਜਿੱਥੇ 40-45 ਲੱਖ ਸੀਗਾ ਔਰ ਇਹਦਾ ਠੇਕਾ 50 ਹਜ਼ਾਰ ਸਾਲ ਦਾ ਔਰ ਕਿਸਾਨ ਦਾ ਦੇ ਤਾਂ ਵਿਚਾਰੇ ਰੋ ਰਹੇ ਆ ਕਿ ਨਹੀਂ ਇਹਦਾ ਚ ਕੁਝ ਮਿਲਦਾ ਖੇਤੀਬਾੜੀ ਚ ਨਹੀਂ ਮਿਲਦਾ ਤਾਂ ਦੇ ਬੱਚੇ ਬਾਹਰ ਜਾ ਰਹੇ ਆ ਤਾਂ ਦੇ ਬੱਚੇ ਫੌਜ ਚ ਭਰਤੀ ਹੋ ਰਹੇ ਆ ਫੌਜ ਦੀ ਅਗੇ ਟਰਮ ਘੱਟ ਗਈ 4.5 ਕਰਤੀ ਉਹਨਾਂ ਨੂੰ ਔਰ ਬਹੁਤ ਵੱਡੀ ਇੱਕ ਪਲੈਨਿੰਗ ਚਾਹੀਦੀ ਆ ਜੈਸ ਇੱਦਾਂ ਗੱਲਾਂ ਨਾਲ ਕੰਮ ਨਹੀਂ ਚੱਲਦਾ ਗੱਲਾਂ ਨਾਲ ਰੰਗਲਾ ਪੰਜਾਬ ਨਹੀਂ ਬਣ ਜਾਣਾ ਹਾਂ ਸੋ ਆਪਾਂ ਅੱਗੇ ਤੁਰੀਏ ਜ਼ਰੂਰ ਅੱਗੇ ਜੀ ਉਹੀ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ ਔਰ ਕਿਸਾਨ ਯੂਨੀਅਨ ਨੇ ਵੱਡੀ ਮੀਟਿੰਗ ਰੱਖਣੀ ਹੈ ਤੇ ਉਹਦੇ 'ਚ ਉਹਨੇ ਮਸਲੇ ਹੱਲ ਕਰਨੇ ਨੇ ਵੈਸੇ ਤਾਂ ਉਹ ਦਰਦਿਆਂ ਦੀ ਗੱਲ ਕਰਨਗੇ ਅੰਦੋਲਨ ਦੀ ਗੱਲ ਕਰਨਗੇ ਔਰ ਉਹਨਾਂ ਨੇ ਕਿਹੜੇ ਮਸਲੇ ਹੱਲ ਕਰਨੇ ਕੋਈ ਪਾਲਿਸੀ ਦਾ ਬਣਾਣੀ ਨਹੀਂ ਉਹਨਾਂ ਨੇ ਇਹੀ ਕਹਿਣਾ ਹੈ ਕਿਿੱਦਾਂ ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਕਿਉਂਕਿ ਹਿਮਾਚਲ ਤੇ ਹਰਿਆਣਾ ਵੀ ਇਕੱਠੇ ਹੁੰਦੇ ਪਏ ਨੇ ਉਹਨਾਂ ਦੇ ਵੀ ਜਿਹੜੇ ਕੁਦਰਤੀ ਸਾਧਨ ਨੇ ਪਾਣੀ ਦੇ ਉਹਦੀ ਕਿੱਦਾਂ ਨਵੀਂ ਨਹਿਰ ਕੱਢਣੀ ਹੈ ਇੱਕ ਉਹ ਵੀ ਮੁੱਦਾ ਅੜਿਆ ਹੋਇਆ ਉਹਦੀ ਵੀ ਗੱਲਬਾਤ ਹੋਣੀ ਹੈ ਤਮਾਮ ਇਹ ਅੜੇ ਹੋਏ ਮੁੱਦਿਆਂ ਨੂੰ ਕੱਢਣਾ ਕਿਵੇਂ ਜਿਵੇਂ ਜੋ ਗੱਡਾ ਨਹੀਂ ਘੜਿਆ ਹੁੰਦਾ ਚੱਕੜ ਦੇ ਵਿੱਚ ਉਹ ਲੀਚ ਪੈ ਜਾਂਦਾ ਲੀਹ ਉਹ ਕੱਢਣਾ ਕਿਵੇਂ ਆਹੀ ਪੰਗਾ ਹੈ ਸਾਰਾ ਇਹ ਗੱਲ ਜਿਹੜੀ ਹੈਗੀ ਨਾ ਹਰਿਆਣਾ 'ਚ ਹੁਣ ਹੋ ਚੁੱਕੀ ਆ ਹਰਿਆਣਾ ਦੇ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਸੂਰਜਮੁਖੀ ਦਾ ਸਮਰਥਨ ਮੁੱਲ ਮੰਗਿਆ ਸੀਗਾ ਔਰ ਉਹਨਾਂ ਨੇ ਧਰਨਾ ਲਾਇਆ ਸੀ ਉਹਨਾਂ ਨੂੰ ਬਕਾਇਦਾ ਤੋਕੜੀ ਸੋਇਆ ਔਰ ਬਹੁਤ ਘਟਾਪਾ ਹੋਇਆ ਉਹਨਾਂ ਦਾ ਔਰ ਉਹਨਾਂ ਨੂੰ ਅੰਦਰ ਵੀ ਕਰ ਦਿੱਤਾ ਬਹੁਤ ਸਾਨੂੰ ਜਿਹੜੇ ਉਹਨਾਂ ਦੇ ਨੇਤਾ ਸੀਗੇ ਔਰ ਹੁਣ 8 ਤਰੀਕ ਨੂੰ ਫਿਰ ਮਤਲਬ ਕੱਲ ਨੂੰ ਫਿਰ ਇਹ ਚੰਡੀਗੜ੍ਹ ਇਹਨਾਂ ਦਾ ਧਰਨਾ ਆ ਰਿਹਾ ਦੇ ਰਿਹਾ ਕਿਸਾਨ ਸਾਰੀਆਂ ਯੂਨੀਅਨ ਇਕੱਠੀਆਂ ਹੋ ਗਈਆਂ ਕਿ ਉਹਨਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਇੱਕ ਤਾਂ ਦਰਿਆਈ ਪਾਣੀਆਂ ਦੀ ਵੰਡ ਜਿਹੜੀ ਹੈਗੀ ਆ ਉਹ ਬੜੀ ਕੁਚੱਜੀ ਤਰ੍ਹਾਂ ਦੀ ਵੰਡ ਹੈਗੀ ਆ ਉਹਦੇ ਵਿੱਚ ਹਰਿਆਣਾ ਨੂੰ ਵੀ ਜਾ ਰਿਹਾ ਰਾਜਸਥਾਨ ਨੂੰ ਵੀ ਜਾ ਰਿਹਾ ਰਾਜਸਥਾਨ ਨੇ ਮੰਗਿਆ ਪਾਣੀ ਹਿਮਾਚਲ ਨੂੰ ਵੀ ਵੰਡਿਆ ਗਿਆ ਔਰੇ ਪੰਜਾਂ ਦਰਿਆਵਾਂ ਦਾ ਜਿਹੜਾ ਦੇਸ਼ ਸੀਗਾ ਜਾਂ ਪੰਜਾਬ ਸੀ ਜਿਹਨ ਪੰਜਾਂ ਦਰਿਆਵਾਂ ਦਾ ਸੂਬਾ ਕਹਿੰਦੇ ਸੀ ਇਹ ਪਹਿਲੋਂ ਤਾਂ ਵੰਡ ਤੋਂ ਬਾਅਦ ਢਾਈ ਦਰਿਆ ਰਹਿ ਗਏ ਬਾਕੀ ਦਰਿਆ ਜਿਹੜੇ ਆ ਗਏ ਉਹ ਪਾਕਿਸਤਾਨ ਲੈ ਗਿਆ ਜਿਤਨੇ ਜੇਲਮ ਲੈ ਗਿਆ ਉਹਦੇ ਵਿੱਚੋਂ ਚਨਾਬ ਲੈ ਗਿਆ ਉਹਦੇ ਵਿੱਚੋਂ ਉਹ ਸਾਰੇ ਜਿਹੜੇ ਦਰਿਆ ਉਧਰ ਚਲੇ ਗਏ ਜਿਹੜਾ ਜਿਆਦਾ ਪਾਣੀ ਦਾ ਵਹਾਵ ਸੀ ਆਪਣੇ ਕੋਲ ਸਾਤਲੁਜ ਤੇ ਬਿਆਸ ਰਹਿ ਗਿਆ ਅਧਾ ਜਿਹੜਾ ਚਨਾਬ ਜੇਲਮ ਵਾਲਾ ਰਹਿ ਗਿਆ ਔਰ ਇਹ ਸਾਰਾ ਕੁਝ ਪਾਣੀ ਦੀ ਵੰਡ ਤੇ ਵੀ ਇਹਨਾਂ ਦਾ ਪਹਿਲੋਂ ਪਾਕਿਸਤਾਨ ਨਾਲ ਲੜਾਈ ਰਹੀ ਹੁਣ ਇਹਨਾਂ ਦਾ ਆਪਸੀ ਦਰਿਆਵਾਂ ਦੀ ਵੰਡ ਦਾ ਹਰਿਆਣਾ ਨਾਲ ਹੋ ਗਿਆ ਐਸਵਾਈਐਲ ਦਾ ਕਿੱਸਾ ਆ ਗਿਆ ਔਰ ਉਹ ਅਜੇ ਨਿਪਰੇ ਨਹੀਂ ਚੜਿਆ ਤੇ ਹੁਣ ਪਾਣੀ ਦੀ ਕਾੜ ਵੀ ਆ ਗਈ ਕਾੜ ਇਸ ਤਰ੍ਹਾਂ ਕਿ ਆ ਗਈ ਕਿ ਕੁਛ ਅਜੀਬਰਤੂ ਹੋਈ ਔਰ ਇਹਨਾਂ ਨੇ ਕਿਹਾ ਕਿ ਜੇ ਇਹਨਾਂ ਨੇ ਪਿਛਲੇ ਅੰਦੋਲਨ ਦੇ ਵਿੱਚ ਸਾਨੂੰ ਪਹਿਲੇ ਸਮਰਥਨ ਦੇ ਕੇ ਕਾਲੇ ਕਾਨੂੰਨ ਤਾਂ ਤੈਨੂੰ ਲੈਲੇ ਸੀ ਬਾਕੀ ਜਿਹੜੇ ਸਮਰਥਨ ਬੋਲ ਆ ਉਹ ਨਹੀਂ ਦਿੱਤੇ ਇਹ ਬਕਾਇਦਾ ਤੌਰ ਤੇ ਆਧਾਰਨ ਦੁਬਾਰਾ ਜਾਗ ਪਈਆ ਹਰਿਆਣਾ ਵਿੱਚ ਇਹ ਉਸ ਹਰਿਆਣਾ ਦੇ ਕਿਸਾਨ ਵੀ ਨਾਲ ਸੀਗੇ ਜਦੋਂ ਸਿੰਗੂ ਬਾਰਡਰ ਤੇ ਇਹ ਅੰਦੋਲਨ ਹੋਇਆ ਰਾਜਸਥਾਨ ਵੀ ਨਾਲ ਸੀ ਰਾਜਸਥਾਨ ਨਾਲ ਸੀ ਔਰ ਉਹਨਾਂ ਦੇ ਕਿਸਾਨਾਂ ਨੂੰ ਤੋਣ ਫਿਰ ਦਸਤਣਾ ਪੈ ਰੀਆਂ ਫਿਰ ਉਹਨਾਂ ਦਾ ਕਟਾਪਾ ਹੋ ਰਿਹਾ ਤੇ ਇਹ ਪੰਜਾਬ ਦੇ ਕਿਸਾਨਾਂ ਨਾਲ ਵੀ ਇਹ ਹੋ ਗਿਆ ਕੰਮ ਫਿਰ ਦੁਬਾਰਾ ਇਹ ਨਵੇਂ ਸਿਰੇ ਤੋਂ ਅਧੋਲਨ ਸ਼ੁਰੂ ਹੋਗਾ ਪਾਣੀ ਨਹੀਂ ਬੰਦਦਾ ਸਮਰਥਨ ਮੁੱਲ ਦਾ ਔਰ ਉਹਦੇ ਵਿੱਚ ਜਿਹੜਾ ਵੀ ਐਸਪੀਐਲ ਦਾ ਪਾਣੀ ਦਾ ਉਹਦਾ ਜਿਹੜਾ ਮੁੱਖ ਕੰਮ ਸੀਗਾ ਇਹ ਰਲ ਮਿਲ ਕੇ ਸਾਰੇ ਮਸਲੇ ਅਜੇ ਤੱਕ ਕੋਈ ਨਹੀਂ ਕਿਸੇ ਸਿਰੇ ਤੇ ਪਹੁੰਚੇ ਔਰ ਕਿਸਾਨ ਵਿਚਾਰੇ ਉਹ ਮੋਢੇ ਤੇ ਚੁੱਕ ਕੇ ਆਪਣੇ ਕੰਬਲ ਤੇ ਫਿਰ ਤੋਂ ਪੈਂਦੇ ਆ ਔਰ ਜਿਹੜੀ ਸਰਕਾਰ ਪੰਜਾਬ ਸਰਕਾਰ ਨੇ ਵੀ ਉਹਨਾਂ ਦੀ ਬਾਹ ਨਹੀਂ ਫੜੀ ਔਰ ਹਿੰਦੁਸਤਾਨ ਸਰਕਾਰ ਨੇ ਤਾਂ ਪਹਿਲਾਂ ਹੀ ਉਹਨਾਂ ਨੂੰ ਜ਼ਰਕਾਰ ਦਿੱਤਾ ਸੀ ਬਿਲਕੁਲ ਸਹੀ ਗੱਲ ਹੈ ਔਰ ਕਈ ਵਾਰੇ ਸੋਚਣ ਦਾ ਉੱਤੇ ਮਨ ਮਜਬੂਰ ਹੋ ਜਾਂਦਾ ਹੈ ਕਿ ਇਹ ਸਰਕਾਰਾਂ ਬਣਦੀਆਂ ਕਾਦੇ ਵਾਸਤੇ ਨੇ ਜੇ ਲੋਕਾਂ ਦੀ ਬਾਹ ਨਹੀਂ ਫੜਨੀਆਂ ਆਹ ਠੀਕ ਹੈ ਨਾ ਇਹਨੇ ਆਪਣੇ ਪਾਤਨ ਕਰਨ ਲਈ ਬਣਦੀ ਆ ਆਪਣੇ ਰਾਜਨੀਤਿਕ ਮਸਲੇ ਆਪਣੇ ਰਾਜਨੀਤਿਕ ਫਾਇਦੇਆਂ ਕਰਕੇ ਲੋਕਾਂ ਦੀ ਗੱਲ ਨਹੀਂ ਸੁਣਨੀ 5 ਸਾਲ ਬਾਅਦ ਆਵਾਜ਼ ਮਾਰਦੇ ਨੇ ਹਾਂਜੀ ਅਸੀਂ ਹੈਗੇ ਹਾਂ ਸੋ ਇਹ ਲੋਕਾਂ ਨੂੰ ਹਮੇਸ਼ਾ ਇਤਰਾਜ਼ ਰਹਿੰਦਾ ਹੈ ਮਤਲਬ ਇਹ ਹੈ ਕਿ ਮੇਰੀ ਮੇਰੀ ਪਾਰਟੀ ਜੰਦਾਬਾਦ ਵਾਲੀ ਗੱਲ ਹੈ ਉਹ ਮੇਰੀ ਮੇਰੀ ਪਾਰਟੀ ਜਿੱਤੇ ਤੇ ਮੇਰੀ ਮੇਰੀ ਪਾਰਟੀ ਦਾ ਪੂਰੇ ਪਾਰਾ ਦੇ ਵਿੱਚ ਸ਼ਾਸਨ ਹੋਣਾ ਚਾਹੀਦਾ ਇਸ ਪਿੱਛੇ ਲੱਗੇ ਰਹਿੰਦੇ ਨੇ ਔਰ ਇਸੇ ਕੋਸ਼ਿਸ਼ ਦੇ ਵਿੱਚ ਆਮ ਲੋਕਾਂ ਦਾ ਜੋ ਹਾਲਤ ਹੁੰਦੀ ਹੈ आम ਲੋਕਾਂ ਦੀ ਜੋ ਮਾੜੀ ਹਾਲਤ ਹੁੰਦੀ ਹੈ ਔਰ ਸੂਬੇ ਦੀਆਂ ਪਾਲਿਸਿਜ਼ ਨਹੀਂ ਬਣਦੀਆਂ ਸੂਬੇ ਦੇ ਵਕਫਾ ਖੇਤਰਾਂ ਦੀ ਜੋ ਮਾੜੀ ਹਾਲਤ ਹੁੰਦੀ ਜੋ ਦੇਸ਼ ਦੀ ਮਾੜੀ ਹਾਲਤ ਹੁੰਦੀ ਹੈ ਉਹ ਇੱਕ ਕਾਬਿਲ ਗੌਰ ਹੈ ਕਿ ਉਹਦੇ ਉੱਤੇ ਕਿਦਾਂ ਤੁਸੀਂ ਗੌਰ ਕਰੋਗੇ ਕਿਦਾਂ ਉਹਨੂੰ ਹੱਲ ਮਸਲੇ ਹੱਲ ਕਰੋਗੇ ਇਹ ਕਦੋਂ ਤੱਕ ਸੌੜੀ ਸੋਚ ਤੇ ਸੌੜੀ ਰਾਜਨੀਤੀ ਚੱਲਦੀ ਰਹੇਗੀ ਔਰ ਆਪਣੀਆਂ ਜਾਇਦਾਦਾਂ ਦੇਖੋ ਇਹਨਾਂ ਦੀਆਂ ਕਿੰਨੀਆਂ ਵਧਦੀਆਂ ਨੇ ਔਰ ਜੇ ਕਿਹਾ ਜਾਵੇ ਕਿ ਤੁਹਾਡੀ ਆਮਦਨ ਤੋਂ ਜ਼ਿਆਦਾ ਜਾਇਦਾਦ ਹੋ ਜਾਏਗੀ ਤਾਂ ਕਹਿੰਦੇ ਜਾਂਚ ਕਰਵਾ ਲੋ ਜਾਂਚ ਕਿਨੇ ਕਰਨੀ ਹੈ ਤੁਹਾਡੀਆਂ ਕਮੇਟੀਆਂ ਤੁਹਾਡੇ ਬੰਦੇ ਉਹ ਵੀ ਸਰਕਾਰੀ ਨੌਕਰ ਉਹਨਾਂ ਦੇ ਉੱਤੇ ਵੀ ਪ੍ਰੈਸ਼ਰ ਉਹ ਕਿੰਨੇ ਕੀ ਰਿਪੋਰਟ ਬਿਲਕੁਲ ਫ੍ਰੀ ਹੋ ਕੇ ਦੇ ਸਕਦੇ ਨੇ ਸੋ ਸਾਰੇ ਮਸਲੇ ਇਦਾਂ ਉਲਝੇ ਹੋਏ ਨੇ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਨਾ ਇੱਕ ਨੂੰ ਕੀ ਰੋਨੀ ਆਵਾ ਹੀ ਉਤਿਆ ਪਿਆ ਉਹ ਹਿਸਾਬ ਹੈ ਇਹ ਤਾਣਾ ਉਲਝਿਆ ਇਸ ਕਰਕੇ ਕਿ ਆਉਣ ਵਾਲੀ ਹੁਣ ਆਗਾਮੀ ਜਿਹੜੀ ਲੋਕ ਸਭਾ ਦੀ ਚੋਣਾਂ ਨਾ ਉਹ ਬਿਲਕੁਲ ਆਪਣੇ ਦਰ ਤੇ ਆ ਗਈ ਹੁਣ ਬਿਲਕੁਲ ਉਹਦਾ ਆ ਗਿਆ ਹੁਣ ਲੋਕਾਂ ਨੇ ਡਿਸਾਈਡ ਕਰਨਾ ਵੋਟਰਾਂ ਨੇ ਵੇਖਣਾ ਦੇ ਲੋਕਤੰਤਰ ਪੱਕੀ ਹੈਗਾ ਕੌਣ ਕਿਦਾ ਵਿਕਾਸ ਕਰ ਗਿਆ ਦੇਸ਼ ਦਾ ਔਰ ਕਿੱਥੋਂ ਤੱਕ ਪਹੁੰਚਿਆ ਔਰ ਇਹ ਪੂਰਾ ਮੂਲ ਮੰਤਰ ਉਹਨਾਂ ਕੋਲ ਹੈ ਉਹਨਾਂ ਨੇ ਜੋ ਕੁਝ ਕਰਤਾ ਜੋ ਉਹਨਾਂ ਨੇ ਪੜਿਆ ਉਹ ਸਾਰਾ ਕੁਝ ਉਹਨਾ ਜੋ ਅਸੀਂ ਇਸ ਚੈਨਲ ਤੇ ਬੋਲ ਰਹੇ ਹਾਂ ਔਰ ਸਾਰੇ ਚੈਨਲਾਂ ਤੇ ਜੋ ਲੋਕ ਉਹ ਸੁਣਦੇ ਉਹਨਾਂ ਨੂੰ ਪਤਾ ਹੈਗਾ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਬੜੀਆਂ ਲੋਕਾਂ ਨਾਲ ਇਸ ਤਰ੍ਹਾਂ ਦਾ ਨੁਕਸਾਨ ਪਹਚਾਉ ਵੀ ਨੀਤੀਆਂ ਅਪਣਾ ਰਹੀਆਂ ਔਰ ਅੱਜ ਪਾਣੀ ਦੀ ਗੱਲ ਕੀਤੀ ਵੀ ਉਹੀ ਨੀਤੀ ਹੈਗੀ ਆ ਸਾਰਾ ਵਣ ਬਣਾਈ ਜਿੰਨੀ ਤੱਕ ਪੂਰੀ ਨੋ ਜੀ ਇਸੇ ਕਰਕੇ ਜਿਹੜੇ ਲੋਕ ਨਾ ਖੁਸ਼ ਨੇ ਅਰੇ ਸੇ ਕਰਕੇ ਉਹਨੂੰ ਦੁਬਾਰਾ ਪੈਂਤੜਾ ਬਣਨ ਗਿਆ ਆਉਣ ਵਾਲੀਆਂ ਵੋਟਾਂ ਵਿੱਚ ਬਲਕਾਰ ਜੀ ਇੱਕ ਤਾਂ ਹੁੰਦਾ ਨੇ ਕਿ ਇੱਕ ਮੁਸ਼ਕਲ ਆਈ ਇੱਕ ਪ੍ਰੋਬਲਮ ਆਈ ਉਹਨੂੰ ਹੱਲ ਕਰਨਾ ਨਹੀਂ 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 ਪ੍ਰੋਬਲਮ ਨੂੰ ਹੱਲ ਨਹੀਂ ਕਰਨਾ ਉਹਨੂੰ ਹੋਰ ਉਲਝਣਾ ਹੈ ਤਾਂ ਕਿ ਉਹ ਹੱਲ ਕਰਨ ਯੋਗ ਹੀ ਰਹਿ ਨਾ ਜਾਵੇ ਇਹਨੂੰ ਕਿਤੇ ਗਮਰਾਹ ਕਰਨ ਯੈਸ ਕਿਉਂਕਿ ਉਹਦੇ ਆਲੇ ਦੋਲੇ ਤਾਂ ਅਸੀਂ ਆਪਣੀ ਸਿਆਸਤ ਬੁਣਨੀ ਹੈ ਉਹਦੇ ਆਲੇ ਦੋਲੇ ਤਾਂ ਵੋਟ ਬੈਂਕ ਖੜਾ ਕਰਨਾ ਹੋਰ ਮੁਸੀਬਤਾਂ ਖੜੀਆਂ ਕਰੋ ਹੋਰ ਪ੍ਰੋਬਲਮਸ ਖੜੀਆਂ ਕਰੋ ਹੋਰ ਮਸਲੇ ਖੜੇ ਕਰੋ ਤਾਂ ਕਿ ਉਹਨਾਂ ਮਸਲਾਂ ਦੇ ਵਿੱਚ ਲੋਕ ਹੋਰ ਉਲਝਣ ਤੇ 올ਜੋਲ ਚ ਕੇ ਸਾਨੂੰ ਵੋਟਾਂ ਦੇਣ ਟੈਨਸ਼ਨ ਡਿਵਰਟ ਕਰਨ ਦਾ ਮਸਲਾ ਯਸ ਕਿ ਡੈਮੋਕ੍ਰੇਸੀ ਇਸ਼ੂ ਬੇਸਡ ਪੋਲਿਟਿਕਸ ਹੈ ਯਸ ਔਰ ਜਦੋਂ ਤੱਕ ਇਸ਼ੂਜ਼ ਨਹੀਂ ਹੋਣਗੇ ਕਿਨੂੰ ਆਧਾਰ ਬਣਾ ਕੇ ਵੋਟਾਂ ਮੰਗਣਗੇ ਇਸ ਕਰਕੇ ਵੱਤ ਤੋਂ ਵੱਧ ਇਸ਼ੂਜ਼ ਕ੍ਰੀਏਟ ਕਰੋ ਜਿਹੜੇ ਇਸ਼ੂਜ਼ ਹੈਗੇ ਨੇ ਉਹਨਾਂ ਨੂੰ ਹੋਰ ਕੰਪਲੀਕੇਟ ਕਰੋ ਤਾਂ ਕਿ ਉਹ ਹੱਲ ਨਾ ਹੋਣ ਹੁਣ ਜੇ ਇੱਕ ਤਾਂ ਹੁੰਦਾ ਨੇ ਕਿ ਤੁਸੀਂ ਮੁਸ਼ਕਲ ਹੱਲ ਕਰਦਣੀ ਹੈ ਇੱਕ ਹੁੰਦਾ ਕਿ ਮੁਸ਼ਕਲ ਪੈਦਾ ਕਰਨੀ ਹੈ ਹੱਲ ਹੋਣ ਹੀ ਨਹੀਂ ਦੇਣੀ ਹੁਣ ਦੱਸੋ ਫਿਰ ਉਹਦੇ ਉੱਤੇ ਤੁਸੀਂ ਕਿੰਨਾ ਕੁ ਦਿਮਾਗ ਲੜਾਓਗੇ ਤੁਹਾਨੂੰ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਕਿ ਅਗਲਾ ਮੁਸ਼ਕਿਲ ਨੂੰ ਹੱਲ ਕਰਨਾ ਨਹੀਂ ਚਾਹੁੰਦਾ ਬਲਕਿ ਹੋਰ ਮੁਸ਼ਕਿਲ ਖੜੀ ਕਰਨਾ ਚਾਹੁੰਦਾ ਸਹੀ ਗੱਲ ਤੇ ਤੁਸੀਂ ਕਹਿੰਦੇ ਕੋਈ ਮੁਸ਼ਕਿਲ ਹੱਲ ਹੋਵੇ ਤਾਂ ਟਕਰਾਅ ਹੋ ਗਿਆ ਨਾ ਆਪਸ ਦੇ ਵਿੱਚ ਤੇ ਜਿਹੜਾ ਮੁਸ਼ਕਿਲ ਹੱਲ ਕਰਨ ਦੀ ਕੋਸ਼ਿਸ਼ ਕਰੇ ਉਹਦੇ ਮਗਰ ਈਡੀ ਲਗਾ ਦਿਓ ਹਾਂ ਉਹਦੇ ਮਗਰ ਇਨਕੰਟੈਕਸ ਲਗਾ ਦਿਓ ਉਹ ਮੈਂਟਲੀ ਟੈਨਸ਼ਨ ਹੋ ਕੇ ਉਹ ਬੰਦਾ ਵਿਚਾਰਾ ਹੋਰ ਪ੍ਰੈਸ਼ਰਾਈਜ਼ ਕਰਕੇ ਫਸਾ ਦੇ ਖਤਮ ਹੋ ਜਾਂਦਾ ਇਹ ਹੀ ਮਸਲੇ ਜਿਹੜੇ ਆ ਤੁਹਾਡੀ ਗੱਲ ਸਹੀ ਹੈ ਸਟੈਂਡ ਕਰਦੇ ਰਹਿੰਦੇ ਆ ਇਹਨਾਂ ਨੂੰ ਕਹਿੰਦੇ ਕਿ ਇਹ ਮਸਲੇ ਰਹਿਣਗੇ ਚਰਜੀਵ ਮਸਲੇ ਆਗੇ ਜਿਸ ਤਰ੍ਹਾਂ ਹੁਣ ਜੰਕੀ ਦਾ ਸੀਗਾ 370 ਆਰਟੀਕਲ ਦਾ ਸੀਗਾ ਉਹ ਉਦੇ ਤੇ ਰੋਲਾ ਰਿਆ ਜਿਹਦੇ ਚ ਕਾਂਗਰਸ ਆਈ ਉਹੀ ਰਿਆ ਮੁੱਦਾ ਜਿਹੇ ਬੀਜੇਪੀ ਆਈ ਉਹੀ ਮੁੱਦਾ ਰਿਆ ਹੁਣ ਤੱਕ ਇਹਨਾਂ ਨੇ ਉਹਨੂੰ ਸੋਲਵ ਤਾਂ ਕੀਤਾ ਪਰ ਉਹਨੂੰ ਵੰਡ ਵੰਡ ਕੇ ਉਹਨੂੰ ਜਿਹੜੇ ਸੈਂਟਰਲ ਜਿਹੜੇ ਉਹਦੇ ਸਾਸ਼ਣ ਨੇ ਉਹਨਾਂ ਚ ਲੈ ਲਿਆ ਕੇਂਦਰੀ ਸਸ਼ਸਤ ਪ੍ਰਦੇਸ਼ਾਂ ਦੇ ਵਿੱਚ ਵੰਡ ਵੰਡਾਈ ਕਰ ਦਿੱਤੀ ਉਹਦੇ ਚ ਲੇ ਵੰਡਿਆ ਗਿਆ ਜੇ ਐਨ ਕੇ ਵੰਡਿਆ ਗਿਆ ਤੇ 7370 ਇਹਨਾਂ ਨੇ ਬਾਲਿਸ਼ ਕਰਤਾ ਪਰ ਉਹ ਦਚਨਿਆ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਉਹ ਆਉਣਗੇ ਜ਼ਮੀਨਾਂ ਖਰੀਦਣਗੇ ਉੱਥੇ ਪ੍ਰਾਪਰਟੀ ਵਾਜੂਗਾ ਔਰ ਬਿਜ਼ਨਸ ਵਾਜੂਗਾ ਕੋਈ ਗਿਆ ਹੀ ਨਹੀਂ ਉੱਥੇ ਉਹ ਸਿਰਫ ਤੇ ਸਿਰਫ ਕਾਣੀ ਵੰਡ ਹੋ ਗਈ ਕੋਈ ਪਹੁੰਚੇ ਨਹੀਂ ਉੱਥੇ ਬਾਹਰ ਨਾ ਉਹਨਾਂ ਵੜਨ ਦਿੱਤਾ ਔਰ ਜਿਹੜਾ ਮਕਬੂਜ਼ਾ ਕਸ਼ਮੀਰ ਉੱਥੇ ਤੇ ਪੈਰ ਹੀ ਨਹੀਂ ਧਰ ਸਕਦੇ ਤੁਸੀਂ ਉੱਥੇ ਪਾਕਿਸਤਾਨ ਵਾਲੇ ਬੈਠੇ ਆ ਸਾਡੇ ਬੈਠੇ ਆ ਔਰ ਰੋਜ਼ ਮਾਰ ਤਾੜ ਹੁੰਦੀ ਐਕਚੁਅਲੀ ਨਾ ਸ਼ਾਂਤ ਨਹੀਂ ਰਹਿ ਸਕਦੀ ਐਕਚੁਅਲੀ ਜਿਹੜੇ ਇਹ ਮੁੱਦੇ ਨੇ ਨਾ ਇਹ ਮਸਲੇ ਨੇ ਇੰਨਾ ਮਸਲਿਆਂ ਦੇ ਆਧਾਰ ਦੇ ਉੱਤੇ ਕਈ ਰਾਜਨੀਤਿਕ ਪਾਰਟੀਆਂ ਦੀਆਂ ਕਈ ਰਾਜਨੀਤਿਕ ਲੀਡਰ ਉਹ ਗੱਲ ਹੈ ਤੇ ਜੇ ਇਹ ਮਸਲੇ ਹੱਲ ਹੋ ਗਏ ਤੇ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਇਹਨਾਂ ਨੂੰ ਪੁੱਛਣਾ ਕਿ ਇਹਨਾਂ ਨੇ ਕਿਸੇ ਨੇ ਨਹੀਂ ਪੁੱਛਣਾ ਸਟੈਂਡ ਸਟਿਲ ਰੱਖਦੇ ਯੈਸ ਇਸ ਕਰਕੇ ਇਹ ਆਪਣੇ ਆਪਣੇ ਮਤਲਬ ਨੂੰ ਹੱਲ ਕਰਨ ਲਈ ਇਹ ਮੁੱਦਿਆਂ ਨੂੰ ਜਿਉਂਦਾ ਰੱਖਦੇ ਨੇ ਤੇ ਹੋਰ ਮੁੱਦੇ ਪੈਦਾ ਕਰਦੇ ਨੇ ਜੀ ਫਰਸਟ ਟਾਈਮ ਹੋ ਗਿਆ ਕਿ ਟਾਈਮ ਹੋ ਗਿਆ ਬਸ ਜਾਂਦੇ ਜਾਂਦੇ ਥੋੜਾ ਮੌਸਮ ਦੀ ਗੱਲ ਕਰ ਲਈਏ ਕਿ ਮੌਸਮ ਜਿਹੜਾ ਪੰਜਾਬ ਦਾ ਸ਼ਰਾਰਤੀ ਜਿਹਾ ਹੋ ਗਿਆ ਆ ਕਹਿੰਦੇ ਨੇ ਕਿ ਗਰਮੀ ਦੀਆਂ ਛੁੱਟੀਆਂ ਨੇ ਤੇ ਗਰਮੀ ਦੀਆਂ ਛੁੱਟੀਆਂ 'ਚ ਸਾਨੂੰ ਠੰਡ ਲੱਗੀ ਜਾਂਦੀ ਹੈ ਪਤਾ ਨਹੀਂ ਲੱਗਦਾ ਇਹ ਸਰਦੀ ਦੀਆਂ ਛੁੱਟੀਆਂ ਨੇ ਕਿ ਗਰਮੀ ਦੀਆਂ ਛੁੱਟੀਆਂ ਨੇ ਕਿਉਂਕਿ بارش ਹੋਈ ਜਾਂਦੀ ਹੈ ਠੰਡ ਹੋਈ ਜਾਂਦੀ ਹੈ ਪੱਖੇ ਬੰਦ ਨੇ ਕਈ ਵਾਰ ਰਾਤ ਨੂੰ ਕੰਬਲ ਲੈ ਕੇ ਸੌਣੇ ਆ ਤੇ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਸਰਦੀਆਂ ਦਾ ਮਾਹੌਲ ਬਣਿਆ ਹੋਇਆ ਵੈਸੇ ਜਿਹੜੀਆਂ ਹਵਾਵਾਂ ਨੇ بارش ਲੈਣ ਵਾਲੀਆਂ ਉਹ ਅਜੇ ਤੱਕ ਇਹ ਇਧਰ ਨਹੀਂ ਇੰਟਰ ਕੀਤੀ ਉਹਨਾਂ ਨੇ ਔਰ ਉਹਦੇ ਤੋਂ ਪਹਿਲਾਂ ਹੀ ਉਹ ਅਜੇ ਕੇਰਲਾ 'ਚ ਫਸੀਆਂ ਪਈਆਂ ਸਾਰੀਆਂ ਔਰ ਉਹਨੂੰ ਉਤਪਾਦ ਇਹ ਪਹਿਲਾਂ ਜਿਹੜੀ ਪ੍ਰੀ ਮੌਨਸਨ ਹੈਗੀਆਂ ਉਹਨਾਂ ਤੋਂ ਪਹਿਲਾਂ ਜਿਹੜਾ ਮੀਂਹ ਪੈ ਰਿਆ ਰੋਜ-ਦਿਆੜੀ ਔਰ ਕਈ ਲੋਕ ਹੱਸਦੇ ਆ ਕਿ ਸ਼ਾਇਦ ਅੰਦਰ ਦੇਵਤਾ ਇਹ ਮਹੀਨਾ ਭੁੱਲ ਗਿਆ ਤੇ ਸਾਹਮਣੇ ਬਣਾ ਤਾ ਸਾਹਮਣੇ ਮਹੀਨਿਆਂ ਨੂੰ ਉਹੀ ਟਿਕੜੋ ਗਏ ਬਾਕੀ ਕੋਲ ਗਲਤੀ ਹੋ ਗਈ ਰੋਜ ਹਵਾ ਤੇਜ ਹਵਾ ਔਰ ਇਨੀ ਸਪੀਡ ਦੀ ਹਵਾਾਂ ਦੀ ਰੁੱਖ ਬੂਟੇ ਟੁੱਟ ਜਾਂਦੇ ਆ ਔਰ ਮੌਸਮ ਤਾਂ ਖੁਸ਼ਗਵਾਰ ਆ ਤੁਹਾਨੂੰ ਪਤਾ ਹੈ ਕਿ ਮਈ ਤੇ ਔਰ ਜੂਨ ਦਾ ਮਹੀਨਾ ਜਿਹੜਾ ਇਸ ਤਰ੍ਹਾਂ ਵਧੀਆ ਨਿਕਲਿਆ ਜਿਹਦੇ ਵਿੱਚ ਏਸੀ ਤੇ ਪੱਖੇ ਤੇ ਮਈ ਚੱਲੇ ਬਹੁਤ ਕੱਟ ਚੱਲੇ ਇਹ ਨੌਜਵਾਨ ਇਹਨਾਂ ਨੂੰ ਤਾਂ ਮਤਲਬ ਨਹੀਂ ਹੈ ਤਾਂ ਜਾ ਕੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਗਰਮੀ ਵੈਸੇ ਵੀ ਨਹੀਂ ਲੱਗਦੀ ਪਰ ਮੌਸਮ ਇਹਨਾਂ ਸੋਹਣਾ ਹੋ ਗਿਆ ਔਰ ਉਹਦੇ ਨਾਲ ਨਾਲ ਗੜੇ ਵੀ ਪਏ ਪਹਿਲੂ ਪਠਾਨਕੋਟ ਕੀ ਜਲੰਧਰ ਕੀ ਹੈਨਾ ਸੰਗਰੂਰ ਪੂਰੇ ਪੰਜਾਬ 'ਚ ਗੜੇ ਵੀ ਪੈ ਗਏ ਉਹ ਗੜਿਆਂ ਦੀ ਬੁਸ਼ਾਰ ਨੇ ਕਣਕ ਤੇ ਪਹਿਲੂ ਹੀ ਤਬਾਹ ਕੀਤੀ ਸੀ ਚਲੋ ਕਣਕ ਫੇਰ ਵੀ ਰੱਬ ਦਾ ਪਾਲਾ ਹੋ ਗਿਆ ਕਿ ਝਾੜ ਵਧੇਰੇ ਦੇਗੀ ਪਰ ਰੋਟੀ ਫਿਰ ਵੀ ਉਹਦੀ ਖਰਾਬ ਬਣਦੀ ਰਹੀ ਰੇਟ ਉਹਦਾ ਘਟ ਕੇ ਮਿਲਿਆ ਲੋਕਾਂ ਨੂੰ ਕਿਸਾਨਾਂ ਨੂੰ ਔਰ ਇਹ ਚੀਜ਼ਾਂ ਫਸਲਾਂ ਜਿਹੜੀਆਂ ਹੈਗੀਆਂ ਬਰਬਾਦ ਵੀ ਕਰ ਦਿੰਦੀਆਂ ਗੜੇ ਮਾਰ ਜਿਹੜੀ ਹੁੰਦੀਆਂ ਜਿੱਥੇ ਤੇ ਫਸਲ ਬਰਬਾਦ ਕਰਦੀ ਝਾੜ ਘਟ ਜਾਂਦਾ ਔਰ ਇਹ ਜਿਹੜਾ ਇਹਨੂੰ ਬੇਰੁੱਤਾ ਮੌਸਮ ਕਹਿ ਦਿੰਦੇ ਆ ਮੌਸਮ ਜਿਹੜਾ ਬਾਰਿਸ਼ ਦਾ ਦਾ ਤੇ ਸ਼ਾਵਣ ਦਾ ਮਹੀਨਾ ਹੁੰਦਾ ਤਜੇ ਜਿਹੜਾ ਹਾਰ ਚੱਲ ਰਿਹਾ ਹਨਾ ਅਜੇ ਸ਼ਾਵਣ ਤੇ ਆਉਣਾ ਤੇ ਉਹਦੇ ਤੋਂ ਪਹਿਲਾਂ ਹੀ ਅਸੀਂ ਬਾਰਿਸ਼ ਦੇ ਵਿੱਚ ਪੂਰੇ ਦੇ ਪੂਰੇ ਇਸ ਵੇਲੇ ਜਿਹੜੀ ਧਰਤੀ ਪਾਣੀ ਨਾਲ ਪੂਰੇ ਪਰ ਜਿਹੜੇ ਨਾ ਹੜਾ ਆ ਗਿਆ ਪਾਣੀ ਦਾ ਔਰ ਦਰਿਆ ਜਿਹੜੇ ਨਾ ਦਰਿਆ ਜ ਪਾਣੀ ਇਹ ਵੀ ਉਸ਼ਾਲੇ ਮਾਰਦਾ ਪਾਣੀ ਇਸੇ ਕਰਕੇ ਪਰ ਮੌਸਮ ਜਿਹੜਾ ਹੈਗਾ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਸਮੇਂ ਜਦੋਂ ਮਾੜੀ ਜੀ ਤਪਸ਼ ਹੁੰਦੀ ਆ ਉਦੋਂ ਪ੍ਰੈਸ਼ਰ ਬਣ ਕੇ 에ਅਰ ਪ੍ਰੈਸ਼ਰ ਬਣ ਕੇ ਬੱਦਲ ਆ ਜਾਂਦਾ ਫਿਰ ਗੜਗੜਾਟ ਹੁੰਦੀ ਆ ਜਿੱਦਿ ਬਿਜਲੀ ਲਿਸ਼ਕਦੀ ਆ ਤੇ ਬਾਰਿਸ਼ ਆ ਜਾਂਦੀ ਆ ਇੱਕ ਜਮਾਨਾ ਸੀ ਜਿੱਦੋਂ ਛੋਲੇ ਬਿਜਦੇ ਸੀ ਨਾ ਤੇ ਤਿੱਬਿਆਂ ਤੇ ਜਿਹੜੇ ਛੋਲੇ ਸੀ ਜਦੋਂ ਬਾਰਿਸ਼ ਆਉਂਦੇ ਸੀ ਤੇ ਬਿਜਲੀ ਗੜਕਦੀ ਸੀ ਬਿਜਲੀ ਦੀ ਲਿਸ਼ਕਣ ਵਾਲੀ ਤਬਾਹ ਜਾਂਦੇ ਸੀ ਉਹਨਾਂ ਦਾ ਝਾੜ ਨਹੀਂ ਸੀ ਹੁੰਦਾ ਹੋ ਤਾਂ ਛੋਲੇ ਬੀਜ ਦੇ ਨਹੀਂ ਦਾਲਾਂ ਬੀਜ ਦੇ ਨਹੀਂ ਆਪਾਂ ਗੱਲ ਕੀਤੀ ਆ ਪਰ ਆਉਣ ਵਾਲਾ ਜਿਹੜਾ ਸਮਾਂ ਝੋਨੇ ਵਾਲਾ ਵਾ ਇਹਦੇ ਲਈ ਤਾਂ بارش ਪਾਣੀ ਜ਼ਰੂਰੀ ਆ ਔਰ ਉਹ ਇੰਦਰ ਦੇਵਤਾ ਅੱਗੇ ਹੱਥ ਜੋੜ ਦੇ ਕਿਸਾਨ ਵੀ بارش ਨੂੰ ਕਰੀ ਜਾਓ ਤੇ ਬਾਕੀ ਸਾਡਾ ਝਾੜ ਵਧੂਗਾ ਇਸੇ ਤਰ੍ਹਾਂ ਨਾਲ ਨਾਲੇ ਬਿਜਲੀ ਦੇ ਸਾਰੇ ਯੰਤਰ ਬੰਦ ਰਹਿਣ ਤਾਂ ਕਿ ਬਿਜਲੀ ਬਚੇ ਸੈਂਟਰਲ ਪੂਲ ਦਾ ਵੀ ਨਾਲ ਸਾਨੂੰ ਸਹਿਯੋਗ ਮਿਲ ਜਾਏ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਔਰ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮਿਲ ਯੂਐਸਏ ਟੀਵੀ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ